ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਕਰਤ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਇਆਂ ਵਿਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ ਛੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 3 ਮਾਰਚ 2023 20 ਫੱਗਣ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, ਰੋਕੂ ਜਾਦੂ ਬਾਕਸ, ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਵਾਦ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 hours ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰੇ ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪੌਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੌਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਨਵਪ੍ਰੀਤ ਸਿੰਘ ਜੋਰਾਂ ਵੱਲੋਂ ਸੋ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਨ ਲਈ ਕਿਹਾ ਹੋ ਰਿਹਾ ਇਹਨਾਂ ਬਾਬੇ ਇਹਨਾਂ ਕਿਹਾ ਕਿ ਬਾਬਿਆਂ ਪਿੱਛੇ ਨਾ ਲੱਗੀਏ ਜੋ ਹਾਲਾਤ ਅੱਜ ਬਣ ਗਏ ਹਨ ਜੇ ਅਸੀਂ ਆਪਣੀਆਂ ਜੜ੍ਹਾਂ ਵੱਲ ਨਾ ਮੁੜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ ਔਰ ਗੱਲ ਸਾਡੀ ਹੋਣ ਤੇ ਆਈ ਹੋਈ ਹੈ ਆਪਣਾ ਮੁਲਕ ਲਈ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਔਰ ਹਰ ਜਥੇਬੰਦੀ ਦੇ ਕੌਮੀ ਘਰ ਲਈ ਜਦੋ ਜਦ ਕਰ ਰਹੀ ਜਿਹੜੀ ਜਥੇਬੰਦੀ ਹੈ ਉਸ ਦਾ ਆਪਾਂ ਸਾਥ ਦਈਏ ਸੋ ਅੱਜ ਦੀ ਸਪੌਂਸਰਸ਼ਿਪ ਲਈ ਅਸੀਂ ਸਰਦਾਰ ਨਵਪ੍ਰੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੌਂਸਰ ਕਰੋ ਸਪੌਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619 1984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਜੂਨ 84 ਦੇ ਸਿੱਖ ਘੱਲੂਘਾਰੇ ਨਾਲ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਦਾ ਆਗਾਜ਼ ਕੀਤਾ ਸੋ ਪਿਛਲੇ 39 ਸਾਲ ਤੋਂ ਭਾਰਤੀ ਏਜੰਸੀਆਂ ਨੇ ਸਿੱਖ ਨਸਲ ਕੁਸ਼ੀ ਲਈ ਅੱਡ ਅੱਡ ਤਰ੍ਹਾਂ ਦੇ ਜਿਹੜੇ ਹਥਿਆਰ ਵਰਤੇ ਸੋ ਇਸ ਸੰਬੰਧੀ ਸਾਡੇ TV84 ਦੇ ਰੈਗੂਲਰ ਵਿਊਅਰ ਅਤੇ ਸਿੱਖ ਬੁੱਧੀਜੀਵੀ ਸਰਦਾਰ ਸਰਨਦੀਪ ਸਿੰਘ ਹੋਰਾਂ ਨੇ ਲਿਖਤ ਜਿਹੜੀ ਭੇਜੀ ਹੈ ਉਹ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਨਵਪ੍ਰੀਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਸਾਡੀ ਤਾਕਤ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲਦੀ ਹੈ ਔਰ ਦਸਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਆਪਣੀ ਜੋਤ 10 ਗੁਰੂ ਸਾਹਿਬਾਨ ਦੀ ਜੋਤ ਜਦੋਂ ਅਸੀਂ ਇਹ ਗੁਰੂ ਸਾਹਿਬ ਦਾ ਦੋਹਰਾ ਅਰਦਾਸ ਤੋਂ ਬਾਅਦ ਦੁਹਰਾਉਂਦੇ ਹਾਂ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਗੱਲ ਇਹਦੇ 'ਚ ਹੀ ਕੰਪਲੀਟ ਹੋ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣੇ ਪਰ ਫਿਰ ਇੱਕ ਐਡੀਸ਼ਨਲ ਅਸੀਂ ਵਾਕ ਦੇਖਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਲੇ ਹੁਣ ਇਹ ਵੀ ਰਿਮਾਈਂਡਰ ਕਰਵਾਇਆ ਕਿ ਮਹਿਜ਼ ਇਹ ਇੱਕ ਰਸਮ ਵਾਂਗ ਨਹੀਂ ਹੈ ਕਿ ਅਸੀਂ ਗੁਰੂ ਧਾਰ ਲਿਆ ਜਾਂ ਗੁਰੂ ਮੰਨ ਲਿਆ ਕਿ ਹਰ ਇੱਕ ਸਿੱਖ ਦੇ ਅੰਦਰ ਜਿਹੜਾ ਜਗਿਆਸੂ ਹੈ ਰੱਬ ਨੂੰ ਮਿਲਣ ਦੀ ਚਾਹਨਾ ਰੱਖਣ ਵਾਲਾ ਜਿਹੜਾ ਵੀ ਇਨਸਾਨ ਹੈ ਉਹ ਜਦੋਂ ਜਿਹਦੇ ਅੰਦਰ ਡਿਜ਼ਾਇਰ ਹੈ ਕਿ ਵਾਹਿਗੁਰੂ ਨੂੰ ਕਿਵੇਂ ਮਿਲਣਾ ਖੋਜ ਸ਼ਬਦ ਮੈਲੇ ਉਹ ਸ਼ਬਦ ਦੇ ਨਾਲ ਜੁੜੇ ਸ਼ਬਦ ਨੂੰ ਪੜ੍ਹੇ ਵਿਚਾਰੇ ਔਰ ਆਪਣੇ ਮਨ ਦੇ ਅੰਦਰ ਜਿਹੜਾ ਫਿਰ ਉਸ ਨੂੰ ਧਾਰਨ ਕਰੇ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਕਿ ਜਦੋਂ ਗੱਲ ਇੱਕ ਪਾਸੇ ਸੁਣਨ ਦੀ ਹੈ ਇੱਕ ਪਾਸੇ ਮੰਨਣ ਦੀ ਹੈ ਪਹਿਲਾਂ ਪੜ੍ਹਾਂਗੇ ਜਾਂ ਸੁਣਾਂਗੇ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ
विण गुण कीते भगत ना होए स्वस्थ आत बाणी बरमाओ सत सुहान सदा मन चाओ। हुण इस दे विच सब तो पहला जेड़ा ओ सुनन दी गल है जी। फिर जे बहुत वार जदों पेरेंट्स साडे कोई एडवाइस दे रहे हुंदे सी ते ओ कहंदे सी भी तू तेरे ते असर नहीं होना, एक कन चों तेरे वड़दे आ दूजे चों निकल जांदे, क्योंकि जे सुन के तुसी उहनूं रिटेन करदे हो फिर उहनूं तुसी मन्नोगे, उस ते अमल दरामद करो। मनना तां इही है, फिर अगों चार पौड़ियां, जे पहलां चार पौड़ियां सुनन दीआं ने ते फिर सुणिआ सिद्ध पीर ईसर बर्मा सत संतोख सुनया सरा गुणा के, फिर चार मनन दिया ने, मन्ने की गत मन्ने सुरत मन्ने मार्ग मन्ने पावे मोख द्वार। सो सुनया मन्या मन कीता पाओ। हुण एक पाओ डर है कि असी एक रब दे डर पैच जिउंदे, यह पाओ है पब्बे नू कन्ने दे नाल, जिसका मतलब है प्यार, कि जदों असी प्यारे दियां गल्लां सुनिया उस दे उत्ते असी अमन्ना कीती मन्या मन दे अंदर प्यार पैदा कीता, उसदा उसकी मुहब्बत जागी, मन कीता पाओ अंतरगत तीरथ मल नाओ। जदों वाहिगुरु तुहाडे अंदर आके बैठ जांदे ने फिर तुहानू बाहर तीर्थां दे उत्ते पिलग्रम सेंटर्स ते किते पंडतां दे पिछे किसे होर लोकां दे पिछे कि जी उहदे कोल रब है उहने तुहानू भज्जण दी लोड़ नहीं है, फिर तां तुहाडे अंदर ही तीरथ है, क्योंकि तीर्थां दे तुसी रब लभण जांदे हो। पर जदों तुसी सुन के मन दे अंदर उस मुहब्बत नू पैदा कीता ते जदों रब तुहाडे अंदर आके वस गया फिर अंतरगत तीरथ मल नाओ। तीरथ पिलग्रिम सेंटर तुहाडे अंदर बन गया, जिहनूं बाबा बुल्ले शाह ने भी जदों कहा कि बुल्लिया शौ तैथों कोई वख है नहीं तेरी वेखण वाली अख है नहीं। हुण अंदर भी उह बैठा ते लुकिया क्यों होया कि तेरी बुक्कल दे विच चोर। हुण जिहड़ी हुम है जिहड़ा मैं है जिहड़ी अना है जिसने एक विथ पाई हुई है, जदों उह कंध टुट गई ते अंतरगत तीरथ मल नाओ ते फिर मन चो यही निकलदा है सब गुण तेरे मैं ना ही कोए, विण गुण कीते भगत ना होए, कि हे वाहिगुरु जो भी तू मैनूं चंगापन दित्ता है वह तेरा ही है, तेरे बिना होर कोई गुण दा मालक नहीं है, गुण देण वाला नहीं है। और जदों तक तू मैनूं ये गुण नहीं सी दित्ता अपनी याद दा अपने प्यार दा, मैं किवें इस बंदगी दे रस्ते ते भगती दे रस्ते ते तुर सकदा है। विण गुण कीते भगत ना होए, ते जदों ये गुण बंदगी दा भगती दा भाव दा दिल दे अंदर आ जांदा ते फिर स्वस्थ आत बाणी बरमाओ। हुण इस नूं बेशक डिफरेंटली इंटरप्रेट किया जाता है, पर मैनूं ये लगता है कि आत आर्थिकता नाल जुड़िया होया, हक हलाल की कमाई, क्योंकि जदों गुरु नानक साहब ने भी यह याद दहानी करवाई सी, काल खाए किछ हथों दे नानक राह पछाणे से, कि जेड़े घालणा दी कमाई हक हलाल दी कमाई रिज़के हलाल जिस नूं कहा जांदा है उह कमांदे ने खांदे ने ते उह तुहाडा स्वस्थ उह तुहाडी हैल्थी आर्थिकता है हैल्थी कमाई है, ते जदों उह तुसी रब अंदर दे तीरथ च नाते रब दे नाल मुहब्बत पाड़ी किरत तुहाडी सुचजी है फिर तुहाडे अंदरों वाहिगुरू दे प्यार रूपी ए बाणी दा जिहड़ा ए उमा उठदा ते तुसी सच्चे हो सत सुहाण सदा मन चाओ। फिर तुहाडे च कोई टेंदी कला कोई कमजोरी नहीं है, तुसी सच दे नाल खड़े हो, तुसी सोहणे लगदे हो, क्योंकि सच सोहणा है तुहाडे अंदर और बाहर उस सुहप्पण दा झलकारा हुंदा है, ते मन दे अंदर हमेशा चा हुंदा है। चढ़दी कला जिहड़ी है उह चा दी अवस्था है, जिस नूं असी क्रिश्चियनिटी दे विच स्टेट ऑफ ब्लिसफुल एक्सटेसी। हुण इह और इस नूं होर इसे जदों जपजी साहिब कहिंदे नानक भगतां सदा विगास सुनया दुख पाप का नास। हुण विगास की है? खेड़ है, खुशी है। जदों भाई वीर सिंह नाम नूं बयान दे रहे, कहिंदे ने नाम खेड़ है, जे कोई रब नाल जुड़िया होया बंदा उस चों तुहानूं क्रोध नजर आंदा है, गुस्सा नजर आंदा है, चुलचुलाहट नजर आंदी है, नैगेटिविटी नजर आंदी है, फिर वह भी यह भुलेखा पाल रहा है कि वह रब नाल जुड़िया होया। तो बहुत बार मैं जदों इस किस्म के बारे सुनता सी कहिंदे सी जिहड़ा जी बहुत सिमरन करता वह बड़ा क्रोधी भी हो जाता, ये बिल्कुल ठीक नहीं है, क्योंकि बाणी ने तो याद दहानी करवाई
कि नानक भगतां सदा विगास कि जेडे उदी बंदगी च ने उन्हां दे नेड़े तां उदासी और नैगेटिविटी आंदी नहीं है, वो हमेशा विगास च ने, खेड़े च ने। वाहिगुरु दा नाम ही खेड़ा है, आनंद पिया मेरी माए सतगुरु मैं पाए। खेड़ा, आनंद, जॉय, ये सारे उही लफज ने जेड़े याद दहानी करवांदे ने कि भाई क्योंकि जदों तुसी अंदर दे नाल जुड़ गए और है तो तुसी उस दा ही एक जुज सी। जदों ये सवाल खड़ा कीता सी गुरु साहब ने कि मन तू जोत स्वरूप है, अपना मूल पछाण, के भी तू बॉडी नहीं है, तू एलीमेंट्स नहीं है, तू एक बिनसन वाली बॉडी तो बिनसन वाली है, पर तेरे अंदर उस प्यारे ने अपना आपा रख्या होया। जदों तू इस दी पछाण कर लेंगा और उस दे नाल एक मिकता होएगी, फिर ये जग भी जेड़ा है मिठा लगेगा, ये लगेगा कि ये जग सच्चे की है कोठड़ी, सच्चे का विचवास, के ये उस वाहिगुरु सच ने बनाया और सच दा बनाया कूड़ नहीं हो सकता, कि आप सत किया सब सत, इस सत ते सगली उत्पत, इस सच तो ही सारी क्रिएशन हुंदी है। और असी वीर नवप्रीत सिंह जी का शुक्रिया अदा करते हैं कि उन्होंने अज साडा लास्ट प्रोग्राम है इस हफ्ते का, और मैनू भी चंगा लगा, असी कई दिनों तो गुरबाणी विचार नू मिस कर रहे सी, वधिया कीता स्टार्टिंग हो गई, गुरु ग्रंथ साहिब बाणी, और यही जदों असी जे इस दे उत्ते अमल दरामद नहीं है जिंदगी दे अंदर, तुहाडे वाहिगुरु दे नाम दी खूबसूरती जिहड़ी तुहाडे विहार च नहीं है, तुहाडे आचार च नहीं है, तुहाडे लाइफ स्टाइल च नहीं है, तुहानू मिलण वाले उस प्यार तो जिहड़े ने उह सरशार नहीं हुंदे, ते इह फिर बहुत कुछ जिहनूं रिचुअलिज़म कहा जांदा है, हिपोक्रेसी कहा जांदा है, महज दुनिया नूं दिखाण नूं कहा जांदा है, बगला भगत जिहदे लई लफ़ज़ इस्तेमाल हुंदा सी कि भाई फिर असी बगले भगत हैं, जे सचमुच उस रब दी असी मुहब्बत च हैं, प्यार च हैं, फिर बेगानगी दा भी एहसास नहीं हुंदा किसे प्रति, फिर किसे ते शिकवा भी नहीं हुंदा, गिला भी नहीं हुंदा। बहुत बार मैं देखदा डे टू डे लाइफ साडा काफी वक्त एक दूसरे प्रति शिकायत करन ते लग जांदा है, ना हो एक दूसरे प्रति ते अपने प्रति शिकायत ते हुंदा है कि भई मेरे कोल ए भी नहीं, ए भी नहीं, ए भी नहीं, मैनू ए भी दुख, ए भी दुख, ए भी दुख, हुण ओ नेगेटिविटी दी लिस्ट है। पर जदों तुसी पॉजिटिविटी च हुंदे हो, रब दी बंदगी च हुंदे हो, उस दे प्यार च हुंदे हो, फिर तुसी ए कहंदे हो कि भाई जे सुख दे तां तुझे आराधी, दुख पी तुझे ध्याई, जे भुख दे तां इत ही राजा, दुख विच सुख मनाई, कि जे तू भुख दे, जे तू दुख दे, फिर तो तुसी ए भी यही मंगदे हो, विसर नाही दात, विसर नाही दातार, अपना नाम देहो, गुण गावां दिन रात, नानक चाओ एहो, कि मेरे अंदर इको ही चाह है, इको ही मेरी मंग है, इको ही मेरी सदर है, इको ही मेरी डिजायर है, इको ही मेरी विश है, कि विसर नाही दातार, कि मैनू कदे भुले ना। और यही गल भाई वीर सिंह जदों गुरमुख सिक्ख्या दे विच किसे नूं असीस भी लिखदे सी ते ओह यही कहंदे सी कि तैनूं रब ना भुले, ए दुआ फकीरां दी, कि भई कोई कि रब ना, जदों रब याद आ जांदा है फिर जिवें भाई नंद लाल जिहड़े बहुत वड्डे पर्शियन दे स्कॉलर भी सन, दसवें पातशाह दे हजूर आए, ते फिर उहनां दी कलम जिस कदर गुरु कलगीधर दे प्यार दे विच सरशार हुई, रंगी गई, और उन्होंने एक था ये बयान है, और ये उन्होंने कहा कि गम ची बाशत, सवाल कीता कि गम ची बाशत, गम की है, और नाल ही जवाब दिता है गफलत अज याद खुदा, कि खुदा दी याद तो गफलत, खुदा नू भुला देना ही गम है। जिंदगी दे अंदर गम उदो ही आंदा है जदो रब भुलदा है, और शादी खुशी नू कहंदे ने, व्याह लई तां हुण सानूं लगदा वी व्याह इह प्रश्न है, कि उन्होंने फिर नैक्सट पुछ भी शादी की है, कि जदों रब याद आ जाए, रब अंदर वस जाए, तां समझो कि तुसीं शाद हो, फिर तुहाडा दिल शाद शाद है, नहीं तां दिल जिहड़ा है उह गमां दे अंदर ही भरिया होया, और उवें ही जिंदगी लंघ जांदी है शिकायत दे विच, रौलियां दे विच, पलच पलच सगली मोई, झूठे तंदा मोह, इकस हर कै नाम बिन अग्गै लई आ खोहे,
दै विसार विगुचना प्रभिन अवर ना कोए प्रीतम चरणी जो लगे तिन की निर्मल सोए। फिर उन्होंने आवाज के अंदर जो प्यारे दे नाल लगा होया वह निर्मल हो जाता है। सो अगेन वीर नवप्रीत सिंह जी तुहाडा बहुत बहुत शुक्रिया। हुण रूहानियत दे अठवें आसमान तो धरती दे उत्ते उतरीए, क्योंकि एक पासे जिहड़े रब वाले हुंदे ने उहनां नूं तां इही हुंदा है कि भाई उन्होंने उहदी याद दे विच खलकत खुदा जिहनूं खलकते खुदा जां कहिंदे ने उस नूं असीं किवें खुशी दे सकदे हां। सेवा दे विच लगदे ने उह, परउपकार दे विच लगदे ने। उन्हां नूं इस गल दी समझ हुंदी है कि खालक खलक खलक मैं खालक पूर रहो सब थाई, कि रब वसदा खलकत दे विच। और ये भी जदों भाई नंद लाल जी जिन्हां दा जिक्र मैं कीता, एक उन्हां दा रहतनामा भाई नंद लाल जी, एक उन्हां दा जिहड़ा पंजाबी दे विच भी लिखत मिलदी है, और उहदे च उह कहिंदे ने कि भाई जदों खलकत सुखी वसदी है ते फिर खालक बहुत खुश हुंदा है। उन्हां ने अपनी सिंपल जोत विकास दे थले उन्हां दा ਦੀ ਲਿਖਤ ਹੈ ਜੀ। ਔਰ ਉਹਨਾਂ ਨੂੰ ਹਮੇਸ਼ਾ ਹੀ ਇਹ ਲੱਗਦਾ ਹੈ ਕਿ ਭਾਈ ਅਸੀਂ ਕਿਵੇਂ ਖਲਕਤ ਦਾ ਭਲਾ ਕਰੀਏ। ਹੁਣ ਜਿਹੜੇ ਰੱਬ ਤੋਂ ਟੁੱਟੇ ਲੋਕ ਹੁੰਦੇ ਨੇ, ਕਿਉਂਕਿ ਜੇ ਅਸੀਂ ਰੱਬ ਦੀ ਵੱਡੀ ਗੇਮ ਦੇ ਵਿੱਚ ਰਿਜੀਮਸ ਨੂੰ ਦੇਖੀਏ, ਸਾਮਰਾਜਾਂ ਨੂੰ ਦੇਖੀਏ, 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਸਫਰਿੰਗ ਨੂੰ ਦੇਖੀਏ, ਪੇਨ ਨੂੰ ਦੇਖੀਏ, ਅੱਜ ਵੀ ਜਦੋਂ ਅਸੀਂ ਇਸ ਆਪਣੇ ਅਜੋਕੇ 8 ਬਿਲੀਅਨ ਲੋਕਾਂ ਦੇ ਸੰਸਾਰ ਵੱਲ ਨਜ਼ਰ ਮਾਰਦੇ ਹਾਂ ਤੇ ਉਹ ਜਿਹੜੀ ਪੇਨ, ਜੇ ਰੂਸ ਯੂਕਰੇਨ ਤੇ ਚੜ੍ਹਾਈ ਕਰਦਾ ਤੇ ਪਿਛਲੇ 1 ਸਾਲ ਤੋਂ ਕਿਵੇਂ ਹਜ਼ਾਰਾਂ ਨੀ ਲੱਖਾਂ ਲੋਕ ਘਰੋਂ ਬੇਘਰ ਹੋਏ ਨੇ, ਕਿਵੇਂ ਲੋਕ ਮਰ ਰਹੇ ਨੇ, ਕਿਸ ਦਰਦ ਦੇ ਵਿੱਚ ਨੇ। ਜੇ ਇਜ਼ਰਾਈਲ ਵਧੀਕੀਆਂ ਕਰ ਰਿਹਾ ਫਲਸਤੀਨੀਆਂ ਦੇ ਨਾਲ, ਹਰ ਚੌਥੇ ਦਿਨ ਵੈਸਟ ਬੈਂਕ ਦੇ ਉੱਤੇ ਚੜ੍ਹਾਈ ਕੀਤੀ ਹੁੰਦੀ ਹੈ, ਹੁਣ ਉਹ ਸੈਟਲਮੈਂਟਸ ਬਣਾਉਣ ਦੇ ਨਾਂ ਥੱਲੇ ਜਿਹੜਾ ਉਹਨਾਂ ਕੋਲ ਮਾੜਾ ਮੋਟਾ ਸਪੇਸ ਹੈ ਉਹ ਵੀ ਖੋਣ ਦਾ ਯਤਨ ਹੈ, ਉਸ ਦੇ ਵਿੱਚ ਵੀ ਅਸੀਂ ਉਸ ਦਰਦ ਔਰ ਪੇਨ ਨੂੰ ਦੇਖਦੇ ਹਾਂ। ਅਫਗਾਨਿਸਤਾਨ ਦੀ ਪੇਨ ਲਗਾਤਾਰਤਾ ਦੇ ਨਾਲ ਅਸੀਂ ਕਿਸ ਜ਼ਮਾਨੇ ਤੋਂ, ਜਦੋਂ ਸੋਵੀਅਤ ਯੂਨੀਅਨ ਹਮਲਾਵਰ ਹੁੰਦਾ ਉਸ ਜ਼ਮਾਨੇ ਤੋਂ ਲੈ ਕੇ ਅੱਜ ਤੱਕ 1979 ਤੋਂ ਲੈ ਕੇ ਆਲਮੋਸਟ 40-45 ਸਾਲ, ਮਿਲੀਅਨਸ ਡੈਥ, 4 ਮਿਲੀਅਨਸ ਜਿਹੜੇ ਨੇ ਜ਼ਖਮੀ, ਇਰਾਕ ਵਾਰ ਜਿਸ ਦਾ ਕੋਈ ਮਤਲਬ ਨਹੀਂ ਸੀ, ਬਹਾਨਾ ਬਣਾ ਕੇ ਵੈਪਨਸ ਆਫ ਮਾਸ ਡਿਸਟਰਕਸ਼ਨ ਅਮਰੀਕਾ ਔਰ ਇਹਦੇ ਅਲਾਈ ਜਿਹੜੇ ਨੇ ਚੜ੍ਹਾਈ ਕਰਦੇ ਨੇ, ਅੱਜ ਤੱਕ ਉਸ ਸਾਰੇ 'ਚੋਂ ਹੀ ਇਰਾਕ ਵਾਰ ਨੇ ਕਿਵੇਂ ਡੀਸਟੈਬਲਾਈਜ਼ ਕੀਤਾ ਖਿੱਤੇ ਨੂੰ। ਤੁਸੀਂ ਸੀਰੀਆ ਦੇ ਵਿੱਚ ਦੇਖੋ ਕਿੰਨੇ ਮਿਲੀਅਨਸ ਲੋਕ ਅੱਜ ਵੀ ਬੇਘਰ ਹੋ ਕੇ, ਕੋਈ ਗ੍ਰੀਸ ਦੇ ਵਿੱਚ ਰੁਲ ਰਿਹਾ, ਕੋਈ ਟਰਕੀ ਦੇ ਕੈਂਪਾਂ 'ਚ ਪਿਆ, ਕਿੰਨੇ ਮਰ ਗਏ, ਇਹੀ ਹਾਲ ਮਿਡਲ ਈਸਟ ਦੇ ਬਾਕੀ ਥਾਵਾਂ ਦੇ ਉੱਤੇ ਚੱਲ ਰਿਹਾ। ਕਿੰਨਾ ਲੰਮਾ ਵਕਤ ਸਾਊਥ ਅਮੈਰੀਕਾ ਦੇ ਵਿੱਚ ਪ੍ਰੋਕਸੀ ਵਾਰ ਸੋਵੀਅਤ ਯੂਨੀਅਨ ਵਰਸਸ ਅਮਰੀਕਾ ਰਹੀ। ਅੱਜ ਅਸੀਂ ਜੇ ਆਪਣੇ ਖਿੱਤੇ ਦੇ ਵਿੱਚ ਦੇਖੀਏ ਤਾਂ ਕਸ਼ਮੀਰ ਦੇ ਵਿੱਚ ਜਿੱਥੇ ਪਿਛਲੇ ਆਲਮੋਸਟ 75 ਸਾਲ ਤੋਂ ਹੀ ਜ਼ੁਲਮ ਦੀ ਇੰਤਹਾ ਰਹੀ, ਲੇਕਿਨ 2019 ਤੋਂ ਬਾਅਦ ਕਿਸ ਕਿਸਮ ਦੀ 1 ਮਿਲੀਅਨ ਫੌਜ ਉੱਥੇ ਕੀ ਕਰ ਰਹੀ ਹੈ। ਔਰ ਹੁਣ ਅਸੀਂ ਜੇ ਸਿੱਖਾਂ ਦੀ, ਸਿੱਖ ਕੌਮ ਦੀ ਗੱਲ ਕਰੀਏ, ਟੋਟਲ ਵਾਰ ਜਿਹੜੀ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰਾ 84 ਦੇ ਨਾਲ ਉਹਨਾਂ ਨੇ ਵਿੱਢੀ, ਬੇਸ਼ੱਕ ਇਹ ਵਾਰ ਤਾਂ 15 ਅਗਸਤ 1947 ਤੋਂ ਬਾਅਦ, ਜਦੋਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਔਰ ਸਾਡੇ ਬਹੁਤ ਸਾਰੇ ਵਿਊਰਸ ਨੇ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਸਰਦਾਰ ਕਪੂਰ ਸਿੰਘ ਹੋਰਾਂ ਦੇ ਜੀਵਨ ਔਰ ਉਹਨਾਂ ਦੀ ਕਹਾਣੀ, ਅਸਲ 'ਚ ਸਿੱਖ ਕੌਮ ਦੀ ਇੱਕ ਗੁਲਾਮੀ 'ਚੋਂ ਫਰੰਗੀ ਦੀ ਨਿਕਲ ਕੇ ਹਿੰਦੂ ਤੋਂ ਵੀ ਗੁਲਾਮੀ ਦੀ ਤਰਾਸਤੀ 'ਚ ਫਸਣ ਦੀ ਸੀ, ਉਸ ਨੂੰ ਬਹੁਤ ਪਸੰਦ ਕੀਤਾ। ਔਰ ਬਹੁਤ ਸਾਰਿਆਂ ਨੇ ਕਿਹਾ ਕਿ ਬੇਸ਼ੱਕ ਇੱਕ ਤਬਕਾ ਸਿਰਫ ਚਟਪਟੀਆਂ ਖਬਰਾਂ ਦੇ ਉੱਤੇ ਕਾਮੈਂਟਰੀ ਚਾਹੁੰਦਾ ਹੋਏਗਾ, ਪਰ ਇਹਨਾਂ ਗੰਭੀਰ ਵਿਸ਼ਿਆਂ ਦੇ ਉੱਤੇ ਔਰ ਜਿਹੜੀ ਖਾਸ ਤੌਰ 'ਤੇ ਸਾਡੀ ਹੋਣੀ ਹੈ ਉਸ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਗੱਲ ਕਰਿਆ ਕਰੋ। ਅਸੀਂ ਵੈਸੇ ਕੋਸ਼ਿਸ਼ ਤਾਂ ਕਰਦੇ ਹਾਂ, ਕਈ ਵਾਰ ਉਪਰਾਮਤਾ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਗੰਭੀਰ ਟੌਪਿਕ ਲੈਂਦੇ ਹੋ ਜਾਂ ਈਵਨ ਇੰਟਰਨੈਸ਼ਨਲ ਪੋਲੀਟਿਕਸ ਦਾ ਵੀ ਲੈਂਦੇ ਹੋ ਤਾਂ ਵਿਊਰਸ ਹੀ ਉੱਡ ਜਾਂਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਵੀ ਸ਼ਾਇਦ ਇਹ ਸਾਡੇ ਨਹੀਂ। ਔਰ ਮੈਂ ਜੋਕਿੰਗਲੀ ਕੱਲ੍ਹ ਕਿਸੇ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਉਹ ਇੱਕ ਫਕੀਰ ਦੀ ਕਹਾਣੀ ਕੋਈ ਸੁਣਾ ਰਿਹਾ ਸੀ ਕਿ ਜੀ ਉਹਨੇ ਉਹਦੇ ਸਾਹਮਣੇ ਉਹਦੇ ਚੇਲੇ ਬੈਠੇ ਨੇ ਔਰ ਉਹ ਕਹਿ ਰਿਹਾ ਜੀ ਕਿ ਵੀ ਬੜਾ ਭਿਅੰਕਰ ਸਮਾਂ ਆ ਰਿਹਾ, ਬਹੁਤ ਤਬਾਹੀ ਹੋਏਗੀ, ਬਹੁਤ ਖੂਨ ਖਰਾਬਾ ਹੋਏਗਾ, 5-5 ਕੋਹ 'ਤੇ ਦੀਵਾ ਜਗੂ,
के बिल्कुल आबादियां खत्म हो जाएंगी और सारे सुन रहे ने और जदों ही बाबे ने काम खत्म उदी गल मुक्की एक उठ के कहंदा बाबा जी ये दसो भी साडे आले को ते जगू के ना जगू मैं उन्हें होर कोई फिक्र नहीं तबाए तो उन्हें अपनी सेव के भी ये दसो बाबा जी भी साडे आले को ते दीवा जगू के ना जगू हुण बहुत सारियां नूं क्योंकि इस चाहे और असीं यह भुल जांदे हैं कि दुनिया ग्लोबल विलेज की जदों गल हुंदी है ये सारिया नीतियां किवें एक दूसरे नाल जुड़िया हुई ने किवें सारे जड़े एक दूजे दे इस किस्म दे अग्रेसर किस्म दे लोग ने वह किवें एक दूसरे की पिट्ठ पलोसते ने एक दूसरे की पिट्ठ ते थापी देंदे ने और जड़िया उन्हां दियां कालियां करतूतां ने उन्हां नूं रोकण दे विच मोहरे आके खलो जांदे ने और उहदा वर्तारा असी G20 फॉरन मिनिस्टर्स मीट जिहड़ी दिल्ली दे विच चल रही है उस दे विच मैं देखदा क्योंकि ऑलरेडी मैनूं अज एक वीर ने कहा सी वी तुसीं इस ते कमेंट नहीं कीता है G20 दे मैं कहा जी करन जोगा ही नहीं है वी तुहानूं दंभी किस्म दे झूठे किस्म दे ये सारे नज़र आ रहे ने उन्हां वीहां मुल्कां दे विच G20 दे रशिया चाइना तो है ही है इंडिया हुण इंडिया दी गेम देख लो एक पासे जिहड़ी अज उन्हां दी स्टेटमेंट फॉरन मिनिस्टर्स दी क्वाड दे हवाले नाल विच ही क्वाड दा सैशन वी वाड़िया होया आंदी है उहदे चो चाइना नूं तां इह करन लई कि जी उह LAC जां दूजे ते वन साइडड फैसला ना लिया जाए और इंडो पैसिफिक ए होए तां उह होए पर उसे मामले च ही जदों फॉरन मिनिस्टर्स दी मीटिंग G20 दा पहला सैशन हुंदा कोई जॉइंट स्टेटमेंट ही नहीं दित्ती जा सकती क्योंकि इंडिया जिहड़ा उह रशिया नूं कंडेम करन नूं तैयार नहीं हालां चाइना ने तो जो भी वो कर रहा है LAC दे उत्ते ऑलरेडी उन्होंने मन्या ही नहीं होया मैकमोन लाइन वो तो रियली बॉर्डर डिस्प्यूट है लेकिन जदों रशिया ने फरवरी 2022 दे विच यूक्रेन ते धावा बोलिया उते एक सॉवरन मुल्क दूसरे मुल्क की सॉवरनिटी दे उत्ते हमला कर रहा है लेकिन ये दंभ उत्ते चल रहा है हुण इंडिया एक पासे अमरीका और दूजे चाइना नूं कह रहे हैं और चाइना इंडिया नूं कह रहा है कि देखो ਤੁਸੀਂ ਇਹ ਬਾਰਡਰ ਡਿਸਪਿਊਟ ਨੂੰ ਪਾਸੇ ਛੱਡੋ ਬਾਕੀ ਜਿਹੜੀ ਹੈ ਬਿਜ਼ਨਸ ਐਜ਼ ਯੂਜੂਅਲ ਫਲਾਈਟਸ ਦਾ ਆਉਣਾ ਜਾਣਾ ਦੂਜਾ ਐਕਸਚੇਂਜ ਕਰੋ ਇੰਡੀਆ ਕਹਿੰਦਾ ਨਾ ਪਹਿਲਾਂ ਇਹ ਜਿਹੜਾ LAC ਵਾਲਾ ਹੋਏ ਹੁਣ ਇਹੀ ਗੱਲ ਜਦੋਂ ਪਾਕਿਸਤਾਨ ਇੰਡੀਆ ਰਿਲੇਸ਼ਨਸ ਦੀ ਹੁੰਦੀ ਹੈ ਕਸ਼ਮੀਰ ਦੇ ਉੱਤੇ ਪਾਕਿਸਤਾਨ ਇਨਸਿਸਟ ਕਰਦਾ ਕਿ ਵੀ ਪਹਿਲਾਂ ਜਿਹੜੇ ਮਸਲੇ ਨੇ ਉਹਦੇ 'ਚ ਕਸ਼ਮੀਰ ਨੂੰ ਨਿਬੇੜੋ ਅਤੇ ਇੰਡੀਆ ਕਹਿੰਦਾ ਨਾ 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 ਇਹਨੂੰ ਬੈਕ ਬਰਨਰ 'ਤੇ ਰੱਖ ਲਓ ਪਹਿਲਾਂ ਅਸੀਂ ਵਪਾਰਕ ਜਾਂ ਦੂਜਾ ਕਰ ਲਈਏ ਇਹਨੂੰ ਫਿਰ ਦੇਖਿਆ ਜਾਏਗਾ ਹੁਣ ਤੁਸੀਂ ਇੱਕੋ ਥਾਂ ਦੇ ਉੱਤੇ ਉਹ ਡਿਊਲਿਟੀ ਨਹੀਂ ਜਾਂ ਡਾਇਕੋਟਮੀ ਨਹੀਂ ਬੇਈਮਾਨੀ ਦੇਖਦੇ ਹੋ ਸਿਰੇ ਦੀ ਕਿਉਂਕਿ ਇਹੀ ਕ੍ਰਾਈਟੇਰੀਆ ਹੋਰ ਨੇ ਇੱਕ ਪਾਸਿਓਂ ਹੋਰ ਹੈ ਦੂਜੇ ਪਾਸਿਓਂ ਹੋਰ ਹੈ ਹੁਣ ਜਿਹੜੇ G20 ਵਾਲੇ ਯੂਕਰੇਨ ਦੇ ਹਿਊਮਨ ਰਾਈਟਸ ਨੂੰ ਲੈ ਕੇ ਇੰਨੇ ਕੁ ਚਿੰਤਤ ਨੇ ਪ੍ਰੈਸ਼ਰ ਵੀ ਬਿਲਟ ਕਰ ਰਹੇ ਨੇ ਕਿ ਜੀ ਧੱਕਾ ਹੋ ਗਿਆ ਔਰ ਇਹ ਵੋ ਹੁਣ ਉਹ ਉਸ ਮੁਲਕ ਦੀ ਰਾਜਧਾਨੀ 'ਚ ਬੈਠੇ ਨੇ ਜਿਹੜੇ ਮੁਲਕ ਦਾ ਪ੍ਰਾਈਮ ਮਿਨਿਸਟਰ ਜੇ ਉਸਦੇ ਉੱਤੇ BBC 2-part ਡਾਕੂਮੈਂਟਰੀ ਕਰਦੀ ਹੈ ਤੇ ਉਹ ਨਾ ਸਿਰਫ ਉਹਦੇ ਤੇ ਬੈਨ ਲਾਉਂਦਾ ਆਪਣੇ ਮੁਲਕ ਦੇ ਵਿੱਚ ਟਵਿੱਟਰ ਫੇਸਬੁੱਕ ਯੂਟਿਊਬ ਨੂੰ ਜਿਹੜਾ ਉਹ ਫੋਰਸ ਕਰਦਾ ਪਰ ਐਨ ਜਦੋਂ G20 ਸ਼ੁਰੂ ਹੋਣ ਵਾਲਾ ਹੈ ਉਹਨਾਂ ਦੇ ਦਿੱਲੀ ਔਰ ਮੁੰਬਈ ਆਫਿਸਿਸ ਦੇ ਵਿੱਚ ਸਾਰੀ ਸਾਰੀ ਰਾਤ ਬਿਠਾ ਕੇ BBC ਦੇ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ ਦਫ਼ਤਰਾਂ 'ਚ ਨੇ ਉਹਨਾਂ ਨੂੰ ਹਰਾਸ ਕਰਦਾ ਪਰ ਇਹਨਾਂ 'ਚੋਂ ਕਿਸੇ ਦੇ ਕੋਲ ਨਹੀਂ ਹੈ ਵੀ ਕਿਸੇ ਨੇ ਕੋਈ ਇਸ ਦੇ ਉੱਤੇ ਟਿੱਪਣੀ ਕੀਤੀ ਹੋਏ ਜਾਂ ਦੂਸਰਾ ਕੀਤਾ ਹੋਏ ਜਿਹੜੇ ਮੁਲਕ ਦਾ ਪ੍ਰਾਈਮ ਮਿਨਿਸਟਰ ਖੁਦ 12 ਸਾਲ ਯੂਰਪੀਅਨ ਕੰਟਰੀਜ਼ ਔਰ ਅਮਰੀਕਾ 'ਚ ਜਿਸ 'ਤੇ ਪਾਬੰਦੀ ਰਹੀ ਕਿਉਂਕਿ ਜੈਨੋਸਾਈਡ ਦੇ ਲਈ ਉਹ ਜ਼ਿੰਮੇਵਾਰ ਹੈ ਉਹ ਜਿਹੜਾ ਵਰਲਡ ਲੀਡਰਸ ਨੂੰ ਜਿਹੜਾ ਉਹ ਅਗਦ ਪੜੇ ਸ਼ੈਤਾਨ ਵੇ ਲਾ ਲਓ ਉਹ ਉਹਨਾਂ ਨੂੰ ਉਪਦੇਸ਼ ਦੇ ਰਿਹਾ ਵੀ ਕੀ ਕਰਨਾ ਕੀ ਨਹੀਂ ਕਰਨਾ ਸੋ ਬਹੁਤ ਵਾਰ ਅਸੀਂ ਬੇਸ਼ੱਕ ਹੋਪਫੁਲ ਵੀ ਹੁੰਦੇ ਹਾਂ ਕਿ ਵਰਲਡ ਆਰਡਰ ਦੇ ਵਿੱਚ ਜਸਟਿਸ ਆਏ UN ਦੇ ਚਾਰਟਰ ਥੱਲੇ ਜੋ ਕੁਛ ਕਿਹਾ ਹੋਇਆ ਉਸ 'ਤੇ ਅਮਲ ਦਰਾਮਦ ਹੋਏ ਪਰ ਜਿਨ੍ਹਾਂ ਨੇ ਕਰਨਾ ਜਿਨ੍ਹਾਂ ਬਾਰੇ ਕਦੇ ਪੰਜਾਬੀ ਦਾ ਕਪਲੇਟ ਅਸੀਂ ਪੰਜਾਬੀ ਪੋਮ 'ਚ ਪੜ੍ਹਦੇ ਹੁੰਦੇ ਸੀ ਕਿ ਵੀ ਜਿਹੜਾ ਮੁਨਸਫ ਦੀ ਕੁਰਸੀ 'ਤੇ ਬਹਿ ਕੇ ਨਹੀਂ ਇਨਸਾਫ਼ ਕਰਦਾ ਉਹਨੂੰ ਇੱਥੇ ਵੀ ਲਾਹਨਤ ਹੈ ਉਹਨੂੰ ਉੱਥੇ ਵੀ ਲਾਹਨਤ ਹੈ ਹੁਣ ਮੁਨਸਫ ਜੱਜ ਨੂੰ ਕਹਿੰਦੇ ਨੇ ਕਿ ਵੀ ਜਿਹੜਾ ਜੱਜ ਹੈ ਉਸਦੇ ਸਾਹਮਣੇ ਨਿਆਂ ਅਦਲ ਜਸਟਿਸ ਹੋਣਾ ਚਾਹੀਦਾ ਹੁਣ ਇੱਥੇ ਨਿਆਂ ਵਾਲੇ ਕਿਹੜੇ ਨੇ 5 ਵੱਡੇ ਬ੍ਰਾਹਮਣ ਬੈਠੇ ਹੈ UN ਸਿਕਿਉਰਿਟੀ ਕੌਂਸਲ 'ਚ ਵੀਟੋ ਵੀਲਡਿੰਗ ਮੈਂਬਰਸ ਉਹ ਕੀ ਕਰ ਰਹੇ ਨੇ ਜ਼ਾਹਰ ਹੈ ਕਿ ਵੀ ਅਸੀਂ ਜਦੋਂ ਇਹਨਾਂ ਸਾਰੇ ਕ੍ਰਾਈਟੇਰੀਆ ਦੀ ਗੱਲ ਕਰਦੇ ਸੋ ਜਦੋਂ ਇਸ ਲੈਵਲ ਦਾ ਦੰਭਪਣਾ ਚੱਲ ਰਿਹਾ ਹੋਏ ਅਤੇ ਛੋਟੀ ਜਿਹੀ ਇੱਕ ਸਿੱਖ ਕੌਮ ਜਿਹਨੇ 4 ਸਦੀਆਂ ਦੇ ਵਿੱਚ
अड अड दौर चो घलूकार इतिहास इकट्ठा किया हो और फाइटबैक भी किया करेगी भी जे. लेकिन असी जो न्याय की जस्टिस की दूसरी चीज की तवक्को करते हैं उन्होंने तो यह इवें ही है कि बकरा जड़ा है वो पटीशन करे कसाई नू जां चटकेई नू के देख मैं बहुत चंगा मैं तो तेरा कोई नुकसान नहीं कीता ते तू मेरे ते जड़ा मेरे नाल न्याय कर इवें नहीं हुंदा सो ये फिर भी असी क्योंकि जदों डिस्कस करदे हैं अपनी अगली जनरेशन नू भी दसण दी कोशिश हुंदी है सानू तां साडी जनरेशन नू तां कोई भुलेखा नहीं है भी कित्थों की गुजरिया और की होया ते नजर भी आ रहा की होण जा रहा है असीं पिछले दो हफ्ते तो लगातारता नाल दस रहे हैं कि भाई हुण जे 18 कंपनियां पंजाब च आ गई हैं एक की गेम चल रही है सिखां दी होर नस्लकुशी दा दौर शुरू होण जा रहा है और इस सारे दे चलदे हैं साडे वीर शरणदीप सिंह जिहड़े एक बड़े सोचवान बुद्धिजीवी ने आस्ट्रेलिया च काफ़ी वक्त तो रहे फिर कैनेडा च ने उन्होंने सानू जिहड़ी है काफ़ी आलमोस्ट फरवरी 17 दी उन्हां दी लिखत सी लेकिन क्योंकि थोड़ी ये लंबी भी है इस दे उत्ते मैं विचार भी जिहड़ा एनालिटिकली देना चाहुंदा सी इसलिए इहनूं मैं डिले करदा गया पर मैनूं लगा कि भाई इस नूं असीं टच बेस कर लईए और उन्होंने जिहड़ा इस दे उत्ते कि कंस्पीरेसी अगेंस्ट सिक्स की है असीं हालां अपने प्रोग्रामां च तां पिछले 10-11 साल तो मैं वन एक टाइम या दूजे टाइम इन्हां नुक्तियां नूं उठांदा पर उन्होंने एक अंदाज कलमबद्ध कीता उन्होंने कहा कि भाई 84 तो बाद जदों साडे ते घल्लूकार है वापरिया फिर की होया साडे नाल जां किन्हां हालातां च आ के असीं किवें फसे मैं उन्होंने जबान ही दोहरावांगा कि 1984 तो बाद सिखां नूं ते अपना आप संभालण विच ही 10-15 साल लग गए ते कई हुण तक भी घरों बेघर होए फिरदे ने यह सारा समा भारतीय एजेंसियां ने सिख इतिहास 1984 का डाटा स्टडी किया अगली प्लानिंग उत्ते लाया हो कि दोबारा फिर कदे उन्होंने 1984 वाला चैलेंज सिख ना कर सकन क्योंकि सिख फॉट बैक उन्होंने उन्होंने कहने मुताबिक कि वह डाटा और सिख हिस्टरी से कि भाई वह की करन मेरे हिसाब नाल इन्होंने हिसाब लगा लिया होना है कि सिखा नाल सीधी लड़ाई का फायदा कोई नहीं क्योंकि नुकसान बहुत होंगे इस करके लुक के नुकसान करो जिन्ना भी हो सकता है स्टेट किन्नी भी तगड़ी क्यों ना होए पर एक हद तक की पैसा ते मैन पावर यूटिलाइज कर सकती हुंदी है क्योंकि बहुत सारी ताकत ते हथियार होर फ्रंट ते लड़ाई अते सुरक्षा लई रिजर्व रखने हुंदे ने इस करके इन्होंने ड्रग वॉरफेयर वाला ते ब्रेन वाशिंग वाला रस्ता चुन लिया क्योंकि घट बजट विच सिखां दा ज्यादा नुकसान किया जा सकता है मोटा मोटा जिहा हिसाब ते सिखां नूं पता ही है कि की चल रहा पंजाब विच पर मैं थोड़े पॉइंट शॉर्टलिस्ट करके लिख रहा एजेंसीज ने की स्टडी किया हो ते आउण वाले समय च की हो सकदा है सेल्फ एक्सप्लेनेटरी है कि भाई उन्होंने ये देखिया भी होर पैसे और दूजे कानू करने ने दो नुकतियां ते एक तो उन्होंने ड्रग्स लिया के सुट दती है दूसरा ब्रेन वॉश करो और पहला पार्ट क्योंकि उन्होंने राइटअप है इसके बारे जो किसी को शब्दावली से कोई इतराज भी हो तो मेरा कसूर नहीं है उन्होंने और जो एनालिसिस वही होता है कि जो तुम ईमानदारी महसूस कर दो नंबर एक उन्होंने कहा एजेंसियां ने 1984 वेले दियां सारियां घटनावां ते डाटा स्टडी करके कंकलूजन कढ लिया कि वड्डी गिणती विच पंजाब दे जट्टां ने जुझारू लहर विच हिस्सा लिया तो हुण इन्हां नूं ही ज्यादा टारगेट करो ये डाटा वाइज वैसे आबादी भी ज्यादा है लेकिन इस कोई शक नहीं है कि उन्होंने कहा भी किवें फिर उन्होंने सिखां विचले अडड सैक्शंस चो जट्टां नूं किवें टारगेट कीता है कर्जे दिओ जमीना खोवो पासपोर्ट दिओ फसल वेचण वेले खज्जल करो इन्ना खराब करो कि खेती तो मूँह मोड़ जाण ते जमीना आप ही छड देण और एक काफी इफेक्टिव भी हो रहा है जात पात उलझा दियो इन्हां दे खिलाफ होर भी फ्रंट खोल दियो जिवें बिहार पंजाब विच बिहारी वसाओ रंगरेटे सिखां वाला रिश्ता तोड़ो हुण पंजाब च ठीक है जात पात दा कोड कोई गया नहीं है, गया नहीं है। लेकिन जे तुसी सोशल मीडिया ते देखो किवें रंगरेटे दे नां थले आईडी दे थले किवें सिखां दे अड अड फिरकियां नूं इक दूजे नाल उलझाण दी लाइन है ये पहला असी कदे नहीं देखिया कि भी इस लैवल दी नफरत और इस लैवल दी प्रोवोकेशन उन्हां दा ये कहना है कि भाई ये सब उस एजेंडे थले हो रहा है मजहबी सिखां नूं पत्ते ते पैसे दिओ
ताकि उन्हां नूं जट्टां दा कोई गर्ज ना रहे ना वरतों रहो ना रिश्ता रहो फॉर एग्जाम्पल हुणे जे जिवें एक बंदा अपने आप नूं रंगरेटा कह के जट्टां खिलाफ बकवास करदा सी मोटिव सिर्फ रंगरेटे ते जट सिखां विच फसाद पाउणा इस तो इलावा और इहदे कोई शक नहीं हो रंगरेटे दे नाल इस किस्म की घटिया शब्दावली हुंदी है और दूसरे भी बिना यह समझे कि भाई ये पता नहीं किदा बुलाया बोलदा है वह उस किस्म का तो आम जिहड़े दोनों वर्गों च बैठे ने कल भी साडे वीर बलकार सिंह न्यू जर्सी न्यूयॉर्क तो जिन्होंने पहला भी लिखा सी उन्होंने सानू एक वीडियो भेजी कि एक दलित गरीब सिख पाठी उहदे नाल किवें जात पाती वितकरा हो रहा उन्हें कहा जी ठीक है मैं सिखी छड्डी मैं सौदा साध वल चलिया ये नहीं है भी जिहड़ा उह वितकरा नहीं हो पर जिवें उहनूं उभार उभार के इस वेले पोलिटिसाइज किया गया है ये उन्हों का कहना है भी ये एजेंसियां दी पूरी खेड है और ये उन्होंने क्या कि इस तो इलावा रोज नवे साध खड़े करो आपस में लड़ाओ सौदा साध दा साडे सामने ही है आपस में लड़ाओ गुरु घरां विच खरीद के बंदे फिट करो जां एजेंसियां दे लोग फिट करो दुखी तिक्की जिहड़ा भी कोई सिखां खिलाफ बोले उन्होंने सिक्योरिटी दिओ ते उह खुल के भौंक सकण ते हिंदू सिख दा विवाद खड़ा हो जाए ते रोज फसाद होण बेदवियां करवाओ ताकि सिखां दा हौसला टुट जाए कि छड्डो हुण किस किस नाल लड़ाई करिए भाव के समाजिक आर्थिक सियासी धार्मिक हर पासे इन्नियां मुसीबतां खड़ियां कर दिओ हर पासे तो घेरो ये बिल्कुल ठीक है जदों मल्टीपल हुंदा है फिर बंदा की करदा बंदा फिर हार के बह जांदा है। दूसरा नुक्ता उन्होंने कहा भी क्रिमिनलाइजेशन ऑफ पंजाब पंजाब दे विच दा पंजाब दा अपराधीकरण पंजाब विच गैंग खड़े करो बाहरी स्टेटां जो क्रिमिनल लिया के पंजाब विच उन्हां दा दबदबा कायम करो जो हुण लारेंस बिश्नोई गैंग और दूजे तीजे सारे कोई हरियाणवी कोई दूसरियां स्टेटां तो सिद्धू मूसेवाला दा कतल जिन्हां हालातां च होया फिर जिहड़े कीते जिन्होंने जिन्होंने नामजद उन्हां नूं गोइंदवाल जेल च एनकाउंटर बना के सो ये सारी एजेंसियां दी खेड दा हिस्सा है ये कोई अपने आप हो रहा वरतारा नहीं है। उन्होंने कहा कि भाई वो पंजाब नूं तां पंजाब च डर पैदा करो लोकां च तां कि वह पंजाब नूं जल्दी छड़ के भज जाण उपरों देसी हथियार ते ड्रग्स की सप्लाई जारी रखो ताँ कि पंजाब विच क्राइम वध जाए लाइसेंसी हथियार जब्त करो जा लाइसेंस कैंसल करो ते ताँ कि लोड़ पैण ते लोक अपनी सुरक्षा भी ना कर सकन इन्हां ने लाइसेंस रद्द करन तो पहला लाइसेंस लैणा ते रिन्यू करना भी बहुत औखा कर दिता सी लाइसेंस की फीस भी बहुत वधा दित्ती सी कि पंजाब दे लोक हथियार रखणा ही अफोर्ड ना कर सकन फिर मजबूर हो के नजायज़ हथियार रखण ते सरकार नूं कोई वड्डी कार्रवाई का बहाना मिल जाए। मैनूं पता लग्या कि बहुत सारे गैंग जो इंटरनेट उत्ते हमेशा छाए हुंदे हन वो असल विच एग्जिस्ट नहीं करते सगों सरकार का सिर्फ एक प्रोपेगेंडा है तां कि घटनावां नूं अंजाम सरकारी एजेंसियां दे बंदे देण ते जिम्मेवारी किसी इहो जिहे गैंग ते पै जाए जो एग्जिस्ट ही नहीं करता बस रिकॉर्ड विच ही है ना किसी नूं कोई सुराग हथ लगे कि क्राइम कौन कर गया ना कोई मसला पड़ के लोग चुप चाप सारा कुछ बर्दाश्त करी जान ते गैंग्स नूं ही जिम्मेदार समझण पंजाब दा नुकसान हो ही जाए फिर जदों सरकार कोई वड्डी कार्रवाई करके नौजवान मारे तां पंजाबी लोकां दी सपोर्ट मिले कि सरकार बहुत वधिया काम कर रही है गैंगस्टर मार रही है पर आम लोग ये समझ नहीं सकते कि गैंग ते सिर्फ खड़े ही तां कीते सी तां कि नौजवानां नूं मारन दा बहाना मिल जाए। उन्होंने कहा इट इज़ ए ट्रैप ये ट्रैप है। फिर पंजाब दे बहुत सारे गुंडे ते गैंग सियासी पार्टियां लई काम करदे ने उन्हां दे कहण ते क्राइम हुंदा है जदों भी अकाली विरोधी धिर च आ जांदे ने गुंडागर्दी शुरू करवा दिंदे ने तां कि रूलिंग पार्टी दी सरकार दी बदनामी होए ते जदों इन्हां दी सरकार आउंदी है फिर लाल बत्ती विच ड्रग दी तस्करी जोर फड़ लैंदी है। बस यही काम कांग्रेस ते बाकी लंडी बुच्ची लीडरां दा है सारी कुर्सी पावर चौधर ते पैसे दी भुख है इन्हां चार चीज़ां लई लीडर अपना जमीर ते की प्यो भी वेच सकते हैं। मैं इत्थे इहनूं क्लोज करदा अजे उन्हां दे कपल ऑफ पॉइंट्स ने इहनूं असीं जारी रखांगे मैं घड़ी वाल देख रहा और असीं नैक्सट प्रोग्राम दे विच बाकी सैकंड इस सैगमेंट
छोटे जे वक्फे बाद ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ। ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟ੍ਰਸਟ, 701 North Post Oak Road, ਸੂਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713-686-1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ 3000 ਹਿੰਦੂ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ। ਉਹ ਸਰਕਾਰ ਦਾ ਕਹਿਣਾ ਹੈ ਕਿ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਿੰਦੂ ਮੰਦਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੌਣ ਕਹਿੰਦਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਸਤਪਾਲ ਮਲਿਕ ਮੇਘਾਲਿਆ ਦਾ ਗਵਰਨਰ, ਉਸਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਇਹ ਜੇ ਹਿੰਦੂ ਰਾਸ਼ਟਰ ਦੀ ਬਕਵਾਸ ਬੰਦ ਕਰ ਦਿੱਤੀ ਜਾਏ ਤਾਂ ਫਿਰ ਖਾਲਿਸਤਾਨ ਦੀ ਗੱਲ ਨਹੀਂ ਰਹੇਗੀ। ਉਹਨਾਂ ਨੇ ਕਿਹਾ ਜੀ ਖਾਲਿਸਤਾਨ ਸੀ ਕਿਸੇ ਲਈ ਕਹਿੰਦੇ ਨੇ ਕਿਉਂਕਿ ਇਹ ਹਿੰਦੂ ਰਾਸ਼ਟਰ ਕਹਿੰਦੇ ਨੇ। ਔਰ ਅਸੀਂ ਕੱਲ੍ਹ ਦੀ ਗੁਫ਼ਤਗੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ ਫਰਕ ਨਹੀਂ ਪੈਂਦਾ ਵੀ ਇਹਨੂੰ ਹਿੰਦੂ ਰਾਸ਼ਟਰ ਕਹਿਣ, ਬਾਂਦਰ ਰਾਸ਼ਟਰ ਕਹਿਣ, ਚੂਹਾ ਰਾਸ਼ਟਰ ਕਹਿਣ, ਜੋ ਵੀ ਇਹਨਾਂ ਦਾ ਇਸ਼ਟ ਹੈ ਉਹਦੇ ਨਾਂ ਤੇ ਕਹਿਣ। ਆਲਰੇਡੀ ਜਦੋਂ ਇਹ ਸੈਕੂਲਰ ਇੰਡੀਆ ਸੀ ਉਦੋਂ ਵੀ ਸਾਡੇ ਲਈ ਇਹ ਹਿੰਦੂ ਰਾਸ਼ਟਰ ਵਾਂਗ ਹੀ ਜਿਹੜਾ ਇਹਨਾਂ ਨੇ ਬਿਹੇਵ ਕੀਤਾ। ਔਰ ਅੱਜ ਬੇਸ਼ੱਕ ਟੈਕਨੀਕਲੀ ਕਾਨਸਟੀਟਿਊਸ਼ਨ 'ਚ ਅਜੇ ਹਿੰਦੂ ਇੰਡੀਆ ਲਫ਼ਜ਼ ਨਹੀਂ ਆਇਆ, ਲੇਕਿਨ ਆਲਰੇਡੀ ਇੰਡੀਆ ਹਿੰਦੂ ਰਾਸ਼ਟਰ ਹੈ। ਜਿਵੇਂ ਜੋ ਸਾਰੀਆਂ ਪਾਲਿਸੀ ਸਟੇਟਾਂ ਦੇ ਵਿੱਚ 10-11 ਸਟੇਟਾਂ ਦੇ ਐਂਟਾਈ ਕਨਵਰਸ਼ਨ ਲਾਅ, ਜਿਵੇਂ ਹਰ ਚੀਜ਼ ਦੇ ਉੱਤੇ ਦਬਾਅ ਬਣਾਇਆ ਹੋਇਆ। ਔਰ ਇਹ ਇਕੱਲਾ ਇਹ ਨਹੀਂ ਹੈ, ਬਹੁਤਿਆਂ ਨੂੰ ਇਹ ਲੱਗਦਾ ਕਿ ਜੀ ਜੇ 2024 ਦੀਆਂ ਚੋਣਾਂ 'ਚ ਜਾਂ ਫਿਊਚਰ 'ਚ ਕੋਈ ਬਦਲਾਅ ਆ ਜਾਏ, ਦੂਜੀਆਂ ਤਰ੍ਹਾਂ ਆ ਜਾਣ, ਈਵਨ ਜਿੱਥੇ ਦੂਸਰਿਆਂ ਦੀਆਂ ਸਰਕਾਰਾਂ ਨੇ ਉੱਥੇ ਜਿਸ ਜ਼ੋਰ ਸ਼ੋਰ ਦੇ ਨਾਲ ਉਹ ਰਾਦਰ ਮੋਰ ਲੋਇਲ ਦੈਨ ਦਾ ਕਿੰਗ ਵਾਂਗ ਉਹ ਹਿੰਦੂ ਧਰਮ ਦੇ ਪ੍ਰਚਾਰ ਦੇ ਉੱਤੇ ਲੱਗੇ ਹੋਏ ਨੇ। ਰਾਹੁਲ ਗਾਂਧੀ ਦੇਖ ਲਓ, ਹੁਣ ਭਾਵੇਂ ਅੱਜ ਉਹ 2 ਦਿਨ ਪਹਿਲਾਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਬੋਲ ਰਿਹਾ ਸੀ ਕਿ ਜੀ ਦੇਖੋ ਬਿਲਕੁਲ ਉੱਥੇ ਡੈਮੋਕ੍ਰੇਸੀ ਦਾ ਖਾਤਮਾ ਹੋ ਗਿਆ, ਮੇਰੇ ਆਪਣੇ ਫੋਨ ਦੇ ਵਿੱਚ ਪੈਗਾਸਸ ਸਪਾਈਵੇਅਰ ਹੈ, ਉੱਥੇ ਕੋਈ ਗੱਲ ਮੈਨੂੰ ਝੂਠੇ ਕ੍ਰਿਮੀਨਲ ਕੇਸਾਂ 'ਚ ਉਲਝਾਇਆ ਹੋਇਆ ਐਂਡ ਬਾਕੀਆਂ ਨਾਲ ਵੀ ਇਵੇਂ ਹੋ ਰਿਹਾ। ਹੁਣ ਇਹ ਠੀਕ ਹੈ, ਪੜ੍ਹ ਕੇ ਖਬਰ ਸਾਨੂੰ ਵੀ ਲੱਗਦਾ ਦੇਖੋ ਜੀ ਇਹ ਹੋ ਰਿਹਾ, ਪਰ ਖੁਦ ਜੇ ਤੁਸੀਂ ਦੇਖੋ ਵੀ ਕਿਵੇਂ ਉਹਦਾ ਜ਼ੋਰ ਲੱਗਾ ਰਾਹੁਲ ਗਾਂਧੀ ਦੇ ਪੀ ਆਰ ਕਰਨ ਵਾਲਿਆਂ ਦਾ ਕਿ ਭਾਈ ਉਹਨਾਂ ਨੇ ਉਹ ਜਾ ਕੇ ਜਿਹੜਾ ਉਹ ਪੁਸ਼ਕਰ ਤੀਰਥ 'ਚੋਂ ਕੁੰਡਲੀ ਕਢਾਏ ਕਿ ਜੀ ਅਸੀਂ ਸੋਲਿਡ
ਸਾਰਸਵਤ ਬ੍ਰਾਹਮਣ ਕੌਲ ਬ੍ਰਾਹਮਣ ਅਲਾ ਫਿਰੋਜ਼ ਗਾਂਧੀ ਦੀ ਔਲਾਦ ਵੀ ਤੇਰਾ ਕਿਹੜਾ ਉਹ ਬ੍ਰਾਹਮਣ ਜਾ ਲੇਕਿਨ ਕਿ ਫਿਰ ਉਹਨੇ ਮੇਕ ਸ਼ੋਰ ਕੀਤਾ ਕਿ ਜੀ ਮੈਂ ਸ਼ਿਵਜੀ ਦਾ ਭਗਤ ਹੈ ਉਹਦੀ ਜਨੇਊ ਦੀ ਫੋਟੋ ਵੀ ਔਰ ਜਦੋਂ ਜਾਂਦਾ ਜੀ ਸ਼ਿਵ ਭਗਤੀ ਮੈਂ ਤਾਂ ਸ਼ਿਵ ਜੀ ਫਲਾਣਾ ਹੁਣ ਇਹੀ ਹਾਲ ਅਸੀਂ ਉਹਦੇ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਦੇ ਉਹ ਨਾਸਤਕ ਕਦੇ ਉਹ ਲਿਬਰਲ ਅਤੇ ਕਦੇ ਉਹ ਲੈਫਟਿਸਟ ਅਤੇ ਫਿਰ ਉਹ ਹਨੂੰਮਾਨ ਚਾਲੀਸਾ ਪੜ੍ਹਨ ਵਾਲਾ ਉਹ ਪਹਿਲਾਂ ਗਲ ਚ ਮਫਲਰ ਜਿਹਾ ਪਾ ਕੇ ਖੋਂ ਖੋਂ ਕਰੀ ਕਰਨ ਵਾਲਾ ਹੁਣ ਉਹ ਪੱਕਾ ਜਿਹੜਾ ਹਿੰਦੂ ਤਵੀ ਔਰ ਹਨੂੰਮਾਨ ਚਾਲੀਸਾ ਔਰ ਹਨੂੰਮਾਨ ਜੀ ਕੀ ਕਿਰਪਾ ਹੈ ਹਮ ਪਰ ਔਰ ਪੇਪਰ ਫਾਈਲ ਕਰਨ ਵੀ ਜਾਣਾ ਹੈ ਮੇਕ ਸ਼ੋਰ ਕਿ ਕਾਫਲਾ ਲੈ ਕੇ ਪਹਿਲਾਂ ਹਨੂੰਮਾਨ ਮੰਦਰ ਔਰ ਟੀਵੀ ਦੇ ਐਂਕਰ ਦੇ ਸਾਹਮਣੇ ਬਹਿ ਕੇ ਉਹਦੇ ਤੋਂ ਹੀ ਸਵਾਲ ਪੁਛਵਾਇਆ ਕਿ ਜੀ ਹਨੂੰਮਾਨ ਚਾਲੀਸਾ ਆਤਾ ਹੈ ਉਹ ਪੜ੍ਹ ਕੇ ਸੁਣਾ ਰਹੇ ਸੋ ਮਤਲਬ ਉੱਥੇ ਤਾਂ ਦੌੜ ਇਸ ਗੱਲ ਦੀ ਲੱਗੀ ਹੋਈ ਹੈ ਕਿ ਕਿਹੜਾ ਇੱਕ ਦੂਜੇ ਨਾਲੋਂ ਜ਼ਿਆਦਾ ਇਹ ਪ੍ਰਚਾਰ ਕਰੇ ਕਿ ਭਾਈ ਮੈਂ ਹਿੰਦੂਤਵਾ ਲਾਗੂ ਕਰ ਰਿਹਾ ਔਰ ਇਹੀ ਔਰ ਮਾਈਨੋਰਟੀਜ਼ ਨੂੰ ਟਾਰਗੇਟ ਕਰੇ ਹੁਣ ਇਹ ਖਬਰ ਆਂਧਰਾ ਪ੍ਰਦੇਸ਼ ਦੀ ਆਂਧਰਾ ਪ੍ਰਦੇਸ਼ ਬਹੁਤ ਵੱਡਾ ਸੂਬਾ ਹੈ ਔਰ ਉੱਥੇ ਕੋਈ ਬੀਜੇਪੀ ਦੀ ਗਵਰਨਮੈਂਟ ਨਹੀਂ ਹੈ ਜਗਨਨਾਥ ਰੈਡੀ ਇਹ ਕਾਂਗਰਸ ਦਾ ਪ੍ਰੋਮੀਨੈਂਟ ਲੀਡਰ ਸੀ ਚੀਫ ਮਿਨਿਸਟਰ ਉਹਨੂੰ YSR ਕਹਿੰਦੇ ਸੀ ਔਰ ਉਹਦੇ ਮੁੰਡੇ ਦੀ ਹਕੂਮਤ ਹੈ ਹੁਣ ਇਹ ਤੁਸੀਂ ਖਬਰ ਦੇਖੋਗੇ ਔਰ ਕਿਸੇ ਵੀ ਵੈਸਟ ਦੇ ਜਾਂ ਦੂਜੇ ਜਿਹੜੇ ਬੰਦੇ ਨੂੰ ਇਹ ਪਤਾ ਹੈ ਵੀ ਇਹ ਜਿਹੜੀਆਂ ਜਦੋਂ ਤੁਸੀਂ ਮੁਲਕ ਜਾਂ ਡੈਮੋਕ੍ਰੇਸੀ ਜਾਂ ਜਿਹੜਾ ਸਟੇਟ ਹੈ ਉਹ ਕਿਵੇਂ ਸੈਪਰੇਟ ਹੁੰਦੀ ਹੈ ਫਰੋਮ ਦਾ ਰਿਲੀਜਨ ਤਾਂ ਲੱਗੇਗਾ ਕਿ ਵੀ ਇਹ ਤਾਂ ਇਸ ਤਰ੍ਹਾਂ ਦਾ ਕੰਮ ਤਾਂ ਜਦੋਂ ਹਿੰਦੂ ਰਾਜੇ ਸੀ ਇੰਨਾ ਬਜਟ ਤਾਂ ਉਹਨਾਂ ਨੇ ਵੀ ਕਦੇ ਐਲੋਕੇਟ ਨਹੀਂ ਕੀਤਾ ਹੋਏਗਾ ਕਿ ਭਾਈ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੁਣ ਇਹ ਖਬਰ ਹੈ ਔਰ ਖਬਰ ਆਫ ਇੰਡੀਆ ਦੀ ਹੈ ਆਂਧਰਾ ਪ੍ਰਦੇਸ਼ ਪਲੈਜਿਸ ਟੂ ਬਿਲਡ 3000 ਨਿਊ ਟੈਂਪਲਸ ਸਟੇਟ ਸ਼ੋਇੰਗ ਇੰਟਰਸਟ ਇਨ ਪ੍ਰੋਟੈਕਟਿੰਗ ਐਂਡ ਸਪਰੈਡਿੰਗ ਹਿੰਦੂ ਫੇਥ ਇਹ ਨੋਨ ਬੀਜੇਪੀ ਗਵਰਨਮੈਂਟ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਦਾ ਸਟੇਟ ਗਵਰਨਮੈਂਟ ਆਫ ਆਂਧਰਾ ਪ੍ਰਦੇਸ਼ ਹੈਜ਼ ਪੁੱਟ ਫੋਰਥ ਐਫਰਟਸ ਟੂ ਗਰੰਟੀ ਦੈਟ ਈਚ ਆਫ ਦਾ ਸਟੇਟਸ 26 ਡਿਸਟ੍ਰਿਕਟਸ ਇਜ ਹੋਮ ਟੂ ਐਟ ਲੀਸਟ ਵਨ ਸਿਗਨੀਫਿਕੈਂਟ ਹਿੰਦੂ ਟੈਂਪਲ ਅਕੋਰਡਿੰਗ ਟੂ ਐਡਮਿਨਿਸਟ੍ਰੇਸ਼ਨ ਦਾ ਸਟੇਟ ਹੈਜ਼ ਗ੍ਰੇਟਲੀ ਇਨਕਰੀਜ਼ਡ ਇਟ ਇੰਟਰਸਟ ਇਨ ਬਿਲਡਿੰਗ ਸ਼ਰਾਈਨਸ ਇਨ ਐਵਰੀ ਵਿਲੇਜ ਆਫ ਦਾ ਸਟੇਟ ਇਹ ਜਿਹੜੇ 3000 ਪਹਿਲਾਂ ਤਾਂ ਡਿਸਟ੍ਰਿਕਟ ਵਾਈਜ਼ ਹੈ ਕਿ ਘੱਟੋ ਘੱਟ ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਾਡੇ ਸਟੇਟ ਦੇ ਹਰ ਪਿੰਡ ਦੇ ਵਿੱਚ ਇੱਕ ਹਿੰਦੂ ਮੰਦਰ ਹੋਏ ਇਹ ਡਿਪਟੀ ਚੀਫ ਮਿਨਿਸਟਰ ਮਿਸਟਰ ਕੋਟੂ ਸੱਤਿਆ ਨਾਰਾਇਣਾ ਕਹਿ ਰਿਹਾ ਕਿ ਦਾ ਐਂਡੇਵਿਓਰ ਟੂ ਪ੍ਰੋਟੈਕਟ ਐਂਡ ਸਪਰੈਡ ਦਾ ਹਿੰਦੂ ਫੇਥ ਕਿ ਮਕਸਦ ਕੀ ਹੈ ਮੰਦਰ ਕਿ ਅਸੀਂ ਪ੍ਰੋਟੈਕਟ ਵੀ ਕਰਨਾ ਔਰ ਪਸਾਰਨਾ ਵੀ ਹੈ ਹਿੰਦੂ ਫੇਥ ਹੈਜ਼ ਬੀਨ ਲਾਂਚਡ ਅਕ੍ਰੋਸ ਦਾ ਸਟੇਟ ਔਨ ਦਾ ਆਰਡਰਸ ਆਫ ਚੀਫ ਮਿਨਿਸਟਰ YS ਜਗਨ ਮੋਹਨ ਰੈਡੀ ਐਂਡ that the state would build 3,000 temples in coming years. Deputy Chief Minister, who is the Endowment Minister, confirmed the initiative by releasing an official statement which read, to protect and propagate the Hindu faith on a massive scale, construction of Hindu temples in the localities of weaker sections has been initiated. Ke bhai assi Hindu dharm de prachar prasar layi ਗਰੀਬਾਂ ਦੀਆਂ ਬਸਤੀਆਂ ਦੇ ਵਿੱਚ ਆਲਰੇਡੀ ਮੰਦਰ ਬਣਾਉਣ ਦੇ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਦਾ ਜਿਹੜਾ ਤ੍ਰਿਪੁੱਤੀ ਦੇਵ ਦਰਸ਼ਨ ਟਰੱਸਟ ਹੈ ਵਿਚ ਵਾਜ਼ ਐਸਟੈਬਲਿਸ਼ ਟੂ ਬਿਲਡ ਸ਼੍ਰੀ ਵੈਂਕਟੇਸ਼ਵਰਾ ਸਵਾਮੀ ਟੈਂਪਲਸ ਐਟ ਵੇਰੀਅਸ ਸਾਈਟਸ ਅਰਾਊਂਡ ਇੰਡੀਆ ਹੈਜ਼ ਅਲੋਟਿਡ ₹10 lakh ਫਾਰ ਦਾ ਕੰਸਟਰਕਸ਼ਨ ਆਫ ਈਚ ਟੈਂਪਲ ਜਿਹੜੇ 3000 ਮੰਦਰ ਬਣਾਉਣੇ ਨੇ ਉਹਨਾਂ ਲਈ ਆਲਰੇਡੀ 10-10 lakh ਰੁਪਈਆ ਹਰ ਮੰਦਰ ਦੇ ਲਈ ਉਹ ਐਲੋਕੇਟ ਕਰ ਦਿੱਤਾ ਗਿਆ ਔਰ ਦਾ ਸਟੇਟ ਐਡਮਿਨਿਸਟ੍ਰੇਸ਼ਨ ਇਜ਼ ਆਲਰੇਡੀ ਸਟੇਟਡ ਦੈਟ ਇਟ ਵੁੱਡ ਸਟਾਰਟ ਬਿਲਡਿੰਗ 1330 ਟੈਂਪਲਸ ਦਾ ਲਿਸਟ ਨਾਓ ਇਨਕਲੂਡਸ 1465 ਮੋਰ ਟੈਂਪਲਸ ਔਰ ਫਿਰ 200 ਹੋਰ ਮੰਦਰ ਜਿੱਥੇ ਐਕਸਟਰਾ ਦਿੱਤਾ ਜਾਏਗਾ ਆਲਰੇਡੀ 1330 ਹੁਣ ਬਣਾ ਰਹੇ ਨੇ ਪਹਿਲਾਂ 1465 ਸੋ ਪੂਰੀ ਜਿਹੜੀ ਹੈ ਇਸ ਦੇ ਉੱਤੇ ਖਬਰ ਹੀ ਇਹ ਹੈ ਕਿ ਭਾਈ ਇਹ ਕਿੰਨਾ ਵੱਡਾ ਕੰਮ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋ ਰਿਹਾ ਹੁਣ ਇਹ ਕਿਹੜਾ ਕਨਸਟੀਟਿਊਸ਼ਨ ਇੰਡੀਆ ਦਾ ਇਹ ਕਹਿੰਦਾ ਕਿ ਜੇ ਤੁਸੀਂ ਇਹ ਠੀਕ ਹੈ ਜੇ ਧਾਰਮਿਕ ਤੁਹਾਨੂੰ ਲੱਗਦਾ ਕਿ ਭਾਈ ਕੋਈ ਥਾਂ ਹੈ ਜਿਹਦੇ 'ਚ ਧਾਰਮਿਕ ਹੈ ਫਿਰ ਮੰਦਰ ਮਸੀਤ ਚਰਚ ਗੁਰਦੁਆਰਾ ਸਿਨਾਗੋਗ ਔਰ ਜੋ ਵੀ ਹੋਰ ਨੇ ਉਹਨਾਂ ਦਾ ਵੀ ਹੁੰਦਾ ਲੇਕਿਨ ਇਹ ਤਾਂ ਹੈ ਹੀ ਹਿੰਦੂ ਰਾਸ਼ਟਰ ਹੈ ਹਿੰਦੂ ਨੇਸ਼ਨ ਹੈ ਹੁਣ ਇੱਕ ਪਾਸੇ ਜੇ ਤੁਸੀਂ ਇਹ ਖਬਰ ਦੇਖਦੇ ਹੋ ਦੂਸਰੇ ਪਾਸੇ ਨਾਲ ਦੀ ਨਾਲ ਔਰ ਇਹ ਅੱਜ ਈਵਨ NDTV ਦੇ ਉੱਤੇ ਵੀ ਡਿਸਕਸ ਹੋ ਰਹੀ ਸੀ ਔਰ ਦੂਸਰੇ ਵੀ
ਖਬਰ ਕੀ ਹੈ ਹੁਣ ਵਰਲਡ ਬੁੱਕ ਫੇਅਰ ਲੱਗਾ ਹੋਇਆ ਦਿੱਲੀ ਦੇ ਵਿੱਚ ਕਿ ਹੁਣ ਉਹਦੇ 'ਚ ਜਿਹੜੇ ਨੇ ਇੱਕ ਕ੍ਰਿਸਚਨ ਆਰਗੇਨਾਈਜੇਸ਼ਨ ਨੇ ਵੀ ਬੁੱਕ ਵਰਲਡ ਬੁੱਕ ਫੇਅਰ ਹੈ ਆਪਣਾ ਉਹ ਬੂਥ ਲਾਇਆ ਔਰ ਉਹਦੇ 'ਚ ਉਹਨਾਂ ਨੇ ਬਾਈਬਲ ਜਿਹੜੀ ਹੈ ਉਹ ਫ੍ਰੀ ਰੱਖੀ ਕਿ ਭਾਈ ਦੂਜਾ ਔਰ ਉਹਦੇ ਤੇ ਹਿੰਦੂ ਤਵੀਆਂ ਦੀ ਭੀੜ ਨੇ ਆ ਕੇ ਹਮਲਾ ਕੀਤਾ ਇਹ ਕਨਵਰਜਨ ਕਰ ਰਹੇ ਨੇ ਪੁਲਿਸ ਨੇ ਇੰਟਰਵੀਨ ਕੀਤਾ ਔਰ ਪੁਲਿਸ ਨੇ ਔਰ ਜਿਹੜੇ ਫਿਰ ਉਹਦੇ ਔਰ ਉਹਨਾਂ ਨੇ ਜੀ ਨਹੀਂ ਤੁਸੀਂ ਫ੍ਰੀ ਨਹੀਂ ਦੇ ਸਕਦੇ ਬਾਈਬਲ ਹੁਣ ਜਿਹੜਾ ਹੈ ਉਹਦੀ 40 ਰੁਪਏ ਕੀਮਤ ਰੱਖੀ ਹੈ ਕਿ ਉਹ ਦਿਓ ਹੁਣ ਇਹ ਪੂਰੀ ਇਹਨਾਂ ਦੇ ਸਾਊਥ ਏਸ਼ੀਆ ਸੋਲੀਡੈਰਿਟੀ ਦੇ ਥੱਲੇ ਟਵੀਟ ਵੀ ਸੀ ਐਟ ਦਾ ਵਰਲਡ ਬੁੱਕ ਫੇਅਰ ਇਨ ਡੈਲੀ ਹਿੰਦੂ ਸੁਪਰੈਮਿਸਟਸ ਆਰ ਵੈਂਡਲਾਈਜ਼ਿੰਗ ਏ ਕ੍ਰਿਸਚਨ ਆਰਗੇਨਾਈਜੇਸ਼ਨਸ ਬੁੱਕ ਸਟਾਲ ਚੈਂਟਿੰਗ ਹਨੂੰਮਾਨ ਚਾਲੀਸਾ ਸ਼ਾਊਟਿੰਗ ਭਾਰਤ ਮਾਤਾ ਕੀ ਜੈ ਦਿਸ ਇਜ਼ ਨਾਟ ਯੂਪੀ ਔਰ ਐਮਪੀ ਦਿਸ ਇਜ਼ ਪ੍ਰਗਤੀ ਮੈਦਾਨ ਦਿੱਲੀ ਹੁਣ ਯੂਪੀ ਐਮਪੀ ਦੇ ਵਿੱਚ ਤਾਂ ਸਰਕਾਰਾਂ ਹੀ ਬੀਜੇਪੀ ਦੀਆਂ ਨੇ ਉੱਥੇ ਤਾਂ ਜੋ ਚੱਲ ਉੱਥੇ ਤਾਂ ਬੁਲਡੋਜ਼ਰ ਚੱਲ ਰਹੇ ਨੇ ਅੱਜ ਵੀ ਸੀ ਮੁਸਲਮਾਨਾਂ ਦੀਆਂ ਆਬਾਦੀਆਂ ਜਿਹੜੇ ਚੰਗੇ ਘਰ ਸਾਫ਼ ਕਰਦੇ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਚੀਕਾਂ ਮਾਰ ਰਹੇ ਕਿੱਥੇ ਜੁਡੀਸ਼ਰੀ ਹੈ ਕਿੱਥੇ ਕੀ ਹੈ ਇਹ ਹਿੰਦੂ ਔਰ ਉਹਨੇ ਕਿਹਾ ਇਹ ਤਾਂ ਪ੍ਰਗਤੀ ਮੈਦਾਨ ਦਿੱਲੀ 'ਚ ਹੋ ਰਿਹਾ ਫੁੱਲ ਇਨ ਦਾ ਗਲੇਅਰਸ ਆਫ ਕੈਮਰਾਜ਼ ਕਿ ਵਰਲਡ ਬੁੱਕ ਫੇਅਰ ਹੈ ਔਰ ਉੱਥੇ ਤੁਸੀਂ ਜਿਹੜਾ ਉਹ ਮੁਫ਼ਤ ਵੀ ਆਪਣਾ ਜਿਹੜੀ ਹੈ ਉਹ ਕਿਤਾਬ ਨਹੀਂ ਦੇ ਸਕਦੇ ਉਹਦੇ 'ਤੇ ਵੀ ਹੁਣ ਇਹ ਤਾਂ ਜੋ ਹਿੰਦੂ ਤਵੀ ਕਰ ਰਹੇ ਨੇ ਔਰ ਗੁਲਾਮੀ ਕੀ ਹੁੰਦੀ ਹੈ ਜਾਂ ਕਿਵੇਂ ਲੋਕ ਗੁਲਾਮੀ ਦਾ ਸ਼ਿਕਾਰ ਹੁੰਦੇ ਨੇ ਹਰਿਆਣਾ ਔਰ ਰਾਜਸਥਾਨ ਦੇ ਵਿੱਚ ਇੱਕ ਬੜੀ ਪਾਵਰਫੁੱਲ ਕਮਿਊਨਿਟੀ ਹੈ ਉਹਨਾਂ ਨੂੰ ਮਿਊ ਕਮਿਊਨਿਟੀ ਕਹਿੰਦੇ ਨੇ ਮਿਊ ਇਹ ਅੰਗਰੇਜ਼ਾਂ ਦੇ ਵੇਲੇ ਵੀ ਬੜੇ ਬਹਾਦਰ ਮੰਨੇ ਜਾਂਦੇ ਨੇ ਰਾਜਪੂਤ ਨੇ ਮੁਸਲਮਾਨ ਔਰ ਇੱਕ ਪੂਰਾ ਮੇਵਾਤ ਡਿਸਟ੍ਰਿਕਟ ਹੈ ਹਰਿਆਣੇ ਦਾ ਜਿਹਦੇ 'ਚ ਉਹ ਮੈਜੋਰਿਟੀ 'ਚ ਨੇ ਔਰ ਇਹ ਇਹਨਾਂ ਦੇ ਐਨਸੈਸਟਰ ਕਈ ਜਨਰੇਸ਼ਨਾਂ ਪਹਿਲਾਂ ਰਾਜਪੂਤ ਔਰਿਜਨ ਸੀ ਉਹ ਮੁਸਲਮਾਨ ਹੋ ਗਏ ਸੀ ਔਰ ਹਰਿਆਣੇ ਦੇ ਵਿੱਚ ਜਿੰਨੀਆਂ ਵੀ ਮੁਸਲਮਾਨਾਂ ਦੇ ਖਿਲਾਫ਼ ਡਿਸਕ੍ਰਿਮੀਨੇਸ਼ਨ ਜਾਂ ਅਟੈਕ ਦੀਆਂ ਖ਼ਬਰਾਂ ਹੁੰਦੀਆਂ ਨੇ ਤੁਸੀਂ ਮੇਵਾਤ ਦੇ ਵਿੱਚ ਉਹਨਾਂ ਮਿਊ ਮੁਸਲਮਾਨਾਂ ਦੇ ਨਾਲ ਹੁੰਦੀਆਂ ਨੇ ਬੜੇ ਜ਼ਿੰਦਾ ਦਿਲ ਕਿਸਮ ਦੇ ਲੋਕ ਹੁਣ ਇਹ ਜਿਹੜੀ ਬੀਬੀ ਹੈ ਰਾਜਸਥਾਨ ਦੇ ਵਿੱਚ ਕਾਂਗਰਸ ਦੀ MLA ਹੈ ਇੱਕ ਉਸ ਦਾ ਨਾਂ ਹੈ ਸ਼ਾਫੀਆ ਜ਼ੁਬੈਰ ਮੁਸਲਮਾਨ ਲੇਡੀ ਹੈ ਲੇਕਿਨ ਗੁਲਾਮੀ ਕਿਵੇਂ ਹੁੰਦੀ ਹੈ ਜਾਂ ਕਿਵੇਂ ਜਦੋਂ ਅਲਾਮਾ ਇਕਬਾਲ ਨੂੰ ਇਹ ਫੀਅਰ ਸੀ ਕਿ ਵੀ ਜੇ ਸਾਡਾ ਮੁਲਕ ਨਾ ਬਣਿਆ ਸਾਰੇ ਦੇ ਉੱਤੇ ਹਿੰਦੂਆਂ ਦਾ ਕਬਜ਼ਾ ਹੋਇਆ ਜਾਂ ਅੰਗਰੇਜ਼ ਚਲੇ ਗਏ ਇਹਨਾਂ ਦੀ ਮੈਜੋਰਿਟੀ ਹੈ ਅਤੇ ਸਾਡਾ ਉਹ ਹਾਲ ਹੋਏਗਾ ਜੋ 1492 'ਚ ਸਪੇਨ ਇਨਕੁਜ਼ੀਸ਼ਨ 'ਚ ਹੋਇਆ ਸੀ ਜਿੱਥੇ ਮੁਸਲਮਾਨ ਯਹੂਦੀ ਉਹਨਾਂ ਦਾ 600-700 ਸਾਲ ਉੱਥੇ ਜਿਹੜਾ ਰੂਲ ਕੀਤਾ ਸੀ ਮੁਸਲਮਾਨਾਂ ਨੇ ਬਟ ਬਿਲਕੁਲ ਸਾਫ਼ ਕਰਦੇ ਸੀ ਹੁਣ ਅੱਜ ਬੇਸ਼ੱਕ ਅੱਜ ਦੀ ਦੁਨੀਆ 'ਚ ਸਾਫ਼ ਤਾਂ ਉਸ ਲੈਵਲ 'ਤੇ ਨਹੀਂ ਹੋ ਸਕਦੇ ਡਰ ਇੰਨਾ ਕੁ ਪੈਦਾ ਕਰ ਦਿੱਤਾ ਮੁਸਲਮਾਨਾਂ 'ਚ ਕਿ ਉਹ ਹੱਥ ਜੋੜ ਕੇ ਖੁਦ ਹੀ ਕਹਿ ਰਹੇ ਨੇ ਕਿ ਜੀ ਅਸੀਂ ਹਿੰਦੂ ਹੀ ਹੈ ਜੀ ਔਰ ਉਹ ਜੇ ਕੋਈ ਮੰਨ ਲੈਂਦਾ ਉਹਨਾਂ ਦੇ ਥੱਲੇ ਗੋਡੇ ਟੇਕ ਦਿੰਦਾ ਫਿਰ ਭਾਵੇਂ ਨਮਾਜ਼ ਪੜ੍ਹੀ ਜਾਣ ਜਾਂ ਦੂਜਾ ਹੋਏ ਔਰ ਤੁਸੀਂ ਔਰ ਇਹ ਮਿਓ ਮੁਸਲਿਮਸ ਆਰ ਡਿਸੈਂਡੈਂਟਸ ਆਫ ਰਾਮ ਐਂਡ ਕ੍ਰਿਸ਼ਨ ਸੇਜ਼ ਰਾਜਸਥਾਨ ਕਾਂਗਰਸ MLA ਸ਼ਾਫੀਆ ਜ਼ੁਬੈਰ ਹੁਣ ਜਿਹੜਾ ਰਾਜਸਥਾਨ ਕਾਂਗਰਸ MLA ਫਰੋਮ ਰਾਮਗੜ੍ਹ ਕੰਸਟੀਚੁਐਂਸੀ ਸ਼ਾਫੀਆ ਜ਼ੁਬੈਰ ਸੈਡ ਇਨ ਦਾ ਅਸੈਂਬਲੀ ਇਹ ਸਟੇਟ ਅਸੈਂਬਲੀ 'ਚ ਕਹਿ ਰਹੀ ਹੈ ਦੈਟ ਮਿਓਸ ਦਾ ਮੁਸਲਿਮ ਰਾਜਪੂਤ ਕਮਿਊਨਿਟੀ ਇਨ ਮੇਵਾਤ ਆਰ ਡਿਸੈਂਡੈਂਟਸ ਆਫ ਰਾਮ ਐਂਡ ਕ੍ਰਿਸ਼ਨ ਸ਼ੀ ਸੈਡ ਦਿਸ ਵਾਇਲ ਰਿਸਪੋਂਸਿੰਗ ਟੂ BJP MLA ਸੇਇੰਗ ਦੈਟ ਮੇਵਾਤ ਇਜ਼ ਏ ਬੈਕਵਰਡ ਏਰੀਆ ਸ਼ੀ ਆਲਸੋ ਡਿਮਾਂਡਡ ਦਾ ਕੰਪਨਸੇਸ਼ਨ ਫਾਰ ਦਾ ਫੈਮਲੀਜ਼ ਆਫ ਡੈਡ ਕੈਟਲ ਹੁਣ ਉਹ ਜੁਨੈਦ ਔਰ ਨਾਸਰ ਜਿਹੜੇ ਦੋ ਮੁਸਲਮਾਨ ਵਿਚਾਰੇ ਰਾਜਸਥਾਨ ਦੇ ਜਿਉਂਦੇ ਸਾੜ ਤੇ ਹਰਿਆਣੇ ਦੇ ਵਿੱਚ ਉਹ ਉਹਨਾਂ ਦੀ ਕਮਿਊਨਿਟੀ ਨਾਲ ਹੀ ਤਾਲੁਕ ਨੇ ਹੁਣ ਇਹ ਇੰਨੀ ਕੁ ਮਜਬੂਰ ਹੈ MLA ਹੈ ਆਪਣੇ ਲੋਕਾਂ ਦੀ ਗੱਲ ਵੀ ਕਰਨਾ ਚਾਹੁੰਦੇ ਉਹਨਾਂ ਨੂੰ ਕਹਿੰਦੇ ਜੀ ਕੰਪਨਸੇਸ਼ਨ ਦੇ ਦਿਓ ਫੈਮਲੀਜ਼ ਨੂੰ ਵੈਸੇ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਰਾਮ ਔਰ ਕ੍ਰਿਸ਼ਨ ਦੀ ਔਲਾਦ ਹੀ ਹੈ ਭਾਵੇਂ ਅਸੀਂ ਮੁਸਲਮਾਨ ਹੋ ਗਏ ਔਰ ਸੋ ਇਹ ਹੈ ਕਿ ਵੀ ਹੁਣ ਜੇ ਕੋਈ ਇਹ ਕਹੇ ਕਿ ਜੀ ਇੰਡੀਆ ਹਿੰਦੂ ਨੇਸ਼ਨ ਨਹੀਂ ਹੈ ਔਰ ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖ ਲਓ ਅਜਨਾਲੇ ਦੀ ਘਟਨਾ ਦੇ ਪਿਛੋਕੜ ਔਰ ਉਸ ਤੋਂ ਪੋਸਟ ਅਜਨਾਲਾ ਰਿਐਕਸ਼ਨ ਦੇਖੋ ਕਿਵੇਂ ਉਹ ਬਾਦਲ ਕੇ ਹੋਣ ਮਜੀਠਾ ਹੋਏ ਅਮਰਿੰਦਰ ਹੋਏ ਵੜਿੰਗ ਹੋਏ ਅੜਿੰਗ ਹੋਏ ਕਿੰਨੇ ਕੁ ਉਸ ਕਿਸਮ ਦੀ ਨਸਲ ਦੇ ਮੈਂ ਕੱਲ੍ਹ ਕਿਹਾ ਸੀ ਵੀ ਚੌਂ ਚੌਂ ਕਰਦੇ ਕਤੂਰੇ ਸਾਡੇ 2-3 ਵਿਊਰਸ ਨੇ ਬਹੁਤ ਪਸੰਦ ਕੀਤੇ ਹੁਣ ਕਿੰਨਿਆਂ ਕੁ ਦਾ ਨਾਂ ਲਓ ਤੁਸੀਂ ਜਦੋਂ ਤੁਸੀਂ ਦੇਖੋ ਵੀ ਆਵਾਜ਼ ਤੁਹਾਡੇ ਕੰਨਾਂ 'ਚ ਤੋਂ ਵੀ ਮੈਂ ਇਹ ਚੌਂ ਚੌਂ ਕਹਿੰਦਾ ਵੀ ਇਹਨਾਂ ਨੂੰ ਕੀ ਹੋਇਆ ਭੁੱਖੇ ਨੇ ਪਰ ਉਹ ਆਪਣੇ ਮਾਲਕ ਨੂੰ ਖੁਸ਼ ਕਰ ਰਹੇ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੇ ਨੇ ਇਹ ਦੱਸਣ ਦੇ ਲਈ ਕਿ ਦੇਖੋ ਔਰ ਫਿਰ ਜਿਹਨੇ ਖੁਸ਼ ਕਰਨਾ ਹੁੰਦਾ ਉਹਨੂੰ ਲੱਗਦਾ ਵੀ ਉਹਦੀ ਆਵਾਜ਼ ਮੇਰੇ ਨਾਲ ਉੱਚੀ ਹੈ ਉਹ ਹੋਰ ਵੀ ਜਿਹੜਾ ਉੱਚਾ ਫਿਰ ਬਾਹੂ ਬਾਹੂ ਕਰਦਾ ਸੋ ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ
कि किवें ऑलरेडी सारा कुछ जो चल रहा है वो हिंदू राष्ट्र दे उस झंडे थले ही चल रहा है। ਭਾਵੇਂ ਪਹਿਲਿਆਂ ਕੋਲ ਸੈਕੂਲਰਿਜ਼ਮ ਸੀ ਉਦੋਂ ਉਹਨਾਂ ਦਾ ਜਿਹੜਾ ਉਹ ਲੁਕਵਾਂ ਦਾਸ ਸੀ, ਹੁਣ ਜਿਹੜਾ ਉਹ ਨੰਗੇ ਚਿੱਟੇ ਹੋ ਕੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਜਦੋਂ ਲਾਈ ਲੋਈ ਕੀ ਕਰੇਗਾ ਕੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇੰਗਲ ਡਰਾਈਵ, ਵੇਅਰਸਕੇਵ, ਵਰਜੀਨੀਆ 24486। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ। ਸੋ ਇਸ ਤੋਂ ਪਹਿਲਾਂ 30 ਜਨਵਰੀ ਨੂੰ ਮੈਲਬਰਨ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਵੋਟਾਂ ਪਈਆਂ ਸਨ। ਹਿੰਦੂ ਤਵੀਆਂ ਨੇ ਮੈਲਬਰਨ ਵਾਂਗ ਬ੍ਰਿਸਬਨ ਵਿੱਚ ਵੀ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਵੱਲੋਂ ਇਸ ਸੰਬੰਧੀ ਬ੍ਰਿਸਬਨ ਸਿਟੀ ਕੌਂਸਲ ਤੇ ਦਬਾਅ ਜਿਹੜਾ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਆ ਜਿਵੇਂ ਅਸੀਂ ਅਕਸਰ ਇਹ ਆਪਣੇ ਪ੍ਰੋਗਰਾਮਾਂ 'ਚ ਦੁਹਰਾਉਂਦੇ ਹਾਂ ਕਿ ਅਮੈਰੀਕਾ, ਕੈਨੇਡਾ, UK ਵਾਂਗ ਇਸ ਵੇਲੇ ਖਾਲਿਸਤਾਨ ਦਾ ਝੰਡਾ ਬਰਦਾਰ ਹੈ ਔਰ ਆਸਟ੍ਰੇਲੀਆ ਦੇ ਸਾਡੇ ਨੌਜਵਾਨ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਆਸਟ੍ਰੇਲੀਆ ਨੂੰ ਚੌਥਾ ਥਾਂ ਦਵਾ ਦਿੱਤਾ ਖਾਲਿਸਤਾਨ ਦੇ ਰਡਾਰ 'ਤੇ। ਔਰ ਜ਼ਾਹਰ ਹੈ ਕਿ ਵੀ ਜਿਵੇਂ ਇਹਨਾਂ ਦਾ ਹੀ ਪਦਾਰਥ ਵਿਗਿਆਨ ਇਹਨਾਂ ਦਾ ਇੱਕ ਸਬਜੈਕਟ ਹੈ, ਉਸ ਦੇ ਵਿੱਚ ਇਹ ਇੱਕ ਇਹਨਾਂ ਦਾ ਕੌਜ਼ ਐਂਡ ਇਫੈਕਟ ਥਿਊਰੀ ਹੈ ਔਰ ਉਹਦੇ 'ਚ ਇੱਕ ਬੜਾ ਪੋਪੂਲਰ ਕੋਟ ਉਹ ਸੰਸਕ੍ਰਿਤ ਦੇ ਵਿੱਚ ਦਿੰਦੇ ਨੇ ਹਿੰਦੀ 'ਚ ਕਿ ਜਹਾਂ ਜਹਾਂ ਧੂੰਆਂ ਹੈ ਵਹਾਂ ਵਹਾਂ ਆਗ ਹੈ। ਕਿ ਜਿੱਥੇ ਧੂੰਆਂ ਹੋਏਗਾ ਸਮਝੋ ਉੱਥੇ ਸਮਝ ਲਓ ਵੀ ਅੱਗ ਅੱਗ ਜ਼ਰੂਰ ਹੋਏਗੀ। ਵੀ ਇਹ ਉਹਨਾਂ ਦਾ ਕੌਜ਼ ਐਂਡ ਇਫੈਕਟ ਪ੍ਰਿੰਸੀਪਲ ਹੈ, ਜਹਾਂ ਜਹਾਂ ਧੂੰਆਂ ਹੈ ਵਹਾਂ ਵਹਾਂ ਆਗ ਹੈ। ਤੇ ਜਿੱਥੇ ਧੂੰਆਂ ਵੀ ਨਜ਼ਰ ਆ ਰਿਹਾ ਹੋਏ ਤੇ ਅੱਗ ਦੇ ਵੀ ਜਿਹੜੇ ਨੇ ਉਹ ਪੂਰੇ ਭਬਾਕੇ ਪੈ ਰਹੇ ਹੋਣ ਤੇ ਉਦੋਂ ਸਮਝੋ, ਔਰ ਇਹਨਾਂ ਦੀ ਕੁਰਸੀ ਵੀ ਹਿੱਲ ਰਹੀ ਹੋਏ, ਇਹਨਾਂ ਦੀ ਧੋਤੀ ਵੀ ਜਿਹੜੀ ਹੈ ਉਹ ਸ਼ੇਕ ਹੋ ਰਹੀ ਹੋਏ, ਤੇ ਮੱਥੇ ਤੇ ਲਾਇਆ ਤਿਲਕ ਜਿਹੜਾ ਉਹ ਵੀ ਖੱਬੇ ਸੱਜੇ ਜਿਹੜਾ ਸੰਧੂਰ ਘੁੰਮਦਾ ਹੋਏ, ਤੇ ਉਦੋਂ ਲੱਗੋ ਉਦੋਂ ਸਮਝੋ ਕਿ ਜ਼ਰੂਰ ਕੁਛ ਹੋ ਰਿਹਾ, ਕੁਛ ਹੋ ਰਿਹਾ। ਸੋ ਆਸਟ੍ਰੇਲੀਆ 'ਚ ਮੈਲਬਰਨ 'ਚ ਅਸੀਂ ਦੇਖਿਆ ਕਿ ਭਾਈ ਉਹ ਸਾਰਾ ਹੈ ਤਾਂ ਇੱਕ ਇਤਿਹਾਸਕ ਕੰਟੈਕਸਟ 'ਚ ਹੀ ਹੈ, ਸ਼ਾਇਦ 10ਵੇਂ ਪਾਤਸ਼ਾਹ ਦੇ ਪੀਰੀਅਡ 'ਚ ਉਹਨਾਂ ਦੇ ਦਰਬਾਰ ਦੇ ਵਿੱਚ ਜਿਹੜਾ ਭਾਈ ਸੁਥਰੇ ਦਾ ਜ਼ਿਕਰ ਆਉਂਦਾ, 6ਵੇਂ ਪਾਤਸ਼ਾਹ ਵੇਲੇ ਵੀ ਆਉਂਦਾ, ਉਹਦੀ ਇੱਕ ਆਪਣੀ ਕਹਾਣੀ ਹੈ ਕਿ ਕਿਵੇਂ ਉਸ ਨੂੰ ਜੰਗਲ 'ਚ ਜਿਹੜੇ ਉਹਦੇ ਪੇਰੈਂਟਸ ਨੇ ਉਹ ਅਨਲੱਕੀ ਬ੍ਰਾਹਮਣ ਨੇ ਡਿਗਰੀ ਦਿੱਤੀ ਹੋਣੀ ਸੁੱਟ ਗਏ ਤੇ 6ਵੇਂ ਪਾਤਸ਼ਾਹ ਸ਼ਿਕਾਰ ਤੇ ਚੜ੍ਹੇ ਸੀ, ਉਹਨਾਂ ਨੇ ਦੇਖਿਆ ਰੋਣ ਦੀ ਆਵਾਜ਼ ਆ ਰਹੀ ਹੈ, ਉਹਨਾਂ ਨੇ ਸਿੱਖਾਂ ਨੂੰ ਕਿਹਾ ਲਿਆਓ, ਤਾਂ ਉਹਨੇ ਕਿਹਾ ਜੀ ਬੜਾ ਗੰਦਾ ਲਿਬੜਿਆ ਜਿਹਾ ਬੱਚਾ, ਜਨਮ ਵੇਲੇ ਇਵੇਂ ਕਰਦੇ ਹੁੰਦੇ ਸੀ, ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਲਿਬੜਿਆ ਨਹੀਂ ਹੈ, ਬਹੁਤ ਸੁਥਰਾ ਹੈ। ਔਰ ਇਹਨੂੰ ਔਰ ਉਹਨਾਂ ਨੇ ਜਦੋਂ ਉਹਨੂੰ ਨਵਾ ਧਵਾ ਕੇ ਬੱਚੇ ਨੂੰ ਜਾਂ ਕੱਪੜੇ ਪਾ ਕੇ ਉਹ ਫਿਰ ਗੁਰੂ ਦਰਬਾਰ 'ਚ ਹੀ ਰਿਹਾ। ਔਰ ਉਸ ਨੂੰ ਜਦੋਂ ਹਾਸਰਸ ਦੀ ਗੱਲ ਹੁੰਦੀ ਹੈ, ਸਾਡੇ ਕੁਛ ਵਿਊਅਰਸ ਕਹਿਣਗੇ ਕਿ ਜੇ ਅਸੀਂ ਪ੍ਰੋਗਰਾਮ ਦੇਖਦੇ ਵੀ ਹਾਂ
ਪਰ ਜਦੋਂ ਤੁਸੀਂ ਕੋਈ ਹਾਸੇ ਵਾਲੀ ਗੱਲ ਵੀ ਕਹਿੰਦੇ ਵੀ ਤੁਸੀਂ ਬਿਲਕੁਲ ਕੰਟੈਕਟ ਚ ਹੋ ਤਾਂ ਫਿਰ ਕਹਿੰਦੇ ਵੀ ਸਾਡੀਆਂ ਵੀ ਵੱਖੀਆਂ ਦੂਰੀਆਂ ਹੁੰਦੀਆਂ ਤੇ ਮੈਂ ਕਿਹਾ ਭਾਈ ਇਹ ਜਿਹੜਾ ਹਾਸ ਰਸ ਹੈ ਇਹ ਬੜਾ ਇੰਪੋਰਟੈਂਟ ਜਦੋਂ ਤੁਸੀਂ ਨਾਟਕੀ ਅੰਦਾਜ਼ ਚ ਵੀ ਗੱਲ ਕਰਦੇ ਹੋ ਗੁਰੂ ਨਾਨਕ ਸਾਹਿਬ ਦਾ ਜੇ ਪ੍ਰਚਾਰ ਢੰਗ ਵੀ ਤੁਸੀਂ ਦੇਖੋ ਜੇ ਹਰਿਦੁਆਰ ਗਏ ਸਾਰੇ ਸੂਰਜ ਵੱਲ ਪਾਣੀ ਸੁੱਟ ਰਹੇ ਨੇ ਉਹ ਪਿੱਛੇ ਵੱਲ ਸੁੱਟਣ ਲੱਗ ਗਏ ਜੇ ਜਗਨਨਾਥਪੁਰੀ ਗਏ ਉਹ ਸਾਰੇ ਦੀਵੇ ਬਾਲ ਰਹੇ ਨੇ ਉਵੇਂ ਖੜੇ ਨੇ ਇਸੇ ਤਰ੍ਹਾਂ ਸੁਲਤਾਨਪੁਰ ਦੀ ਮਸੀਤ ਚ ਉਹਨਾਂ ਨੇ ਕਿਹਾ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹ ਦੋ ਬੈਠੇ ਰਹੇ ਸੋ ਹਾਸਰਸ ਦੇ ਵਿੱਚ ਇੱਕ ਆਪਣਾ ਤਰੀਕਾ ਹੁੰਦਾ ਗੱਲ ਕਹਿਣ ਦਾ ਔਰ ਆਉਂਦਾ ਕਿ ਵੀ ਦੀਵਾਨ ਲੱਗਾ ਇੱਕ ਵੱਡਾ ਯੋਗੀ ਜਿਹਨੇ ਜਿਹਦੇ ਨਾਲ ਚੇਲੇ ਬਾਲਕੇ ਵੀ ਨੇ ਉਹ ਆ ਕੇ ਦਰਬਾਰ 'ਚ ਆਇਆ ਜੋ ਚੱਲ ਰਹੀ ਸੀ ਦਰਬਾਰ ਦੀ ਕੀਰਤਨ ਜਾਂ ਕਾਰਵਾਈ ਭਾਈ ਸੁਥਰਾ ਛੇਵੇਂ ਪਾਤਸ਼ਾਹ ਦੇ ਪਿੱਛੇ ਜਿਹੜਾ ਖੜਾ ਚੌਰ ਕਰ ਰਿਹਾ ਸੀ ਔਰ ਉਹ ਆ ਕੇ ਬੈਠਾ ਉਹਦੇ ਚੇਲਿਆਂ ਨੇ ਐਲਾਨ ਕੀਤਾ ਕਿ ਜੀ ਸਵਾਮੀ ਸ਼ਾਂਤੀ ਸਰੂਪ ਜਿਹੜੇ ਨੇ ਉਹ ਪਧਾਰੇ ਨੇ ਕਿਸੇ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਔਰ ਚੱਲਦਾ ਰਿਹਾ ਹੁਣ ਉਹ ਸੁਥਰਾ ਜਿਹੜਾ ਉਹ ਪਿੱਛੇ ਖੜਾ ਗੁਰੂ ਹਰਗੋਬਿੰਦ ਸਾਹਿਬ ਦੇ ਦਸਵੇਂ ਪਾਤਸ਼ਾਹ ਦੇ ਕਿਉਂਕਿ ਸੁਥਰੇ ਦੀ ਲੰਮੀ ਉਮਰ ਹੋਈ ਹੈ ਉਹ ਫਿਰ ਕਾਫੀ ਲੰਬਾ ਵਕਤ ਸਰਵਾਈਵ ਕੀਤਾ ਔਰ ਜਿਵੇਂ ਉਹ ਸਾਖੀਕਾਰ ਵਰਣਨ ਕਰਦੇ ਨੇ ਕਿ ਬਈ ਉਹਨਾਂ ਨੇ ਉਹਦੀ ਅੱਖ ਦੇ ਨਾਲ ਰਲੀ ਸ਼ਾਂਤੀ ਸਰੂਪ ਨਾਲ ਤੇ ਉਹਨਾਂ ਦੰਦ ਨੂੰ ਦਿਖਾ ਦਿੱਤੇ ਜਾਂ ਥੋੜਾ ਜਿਹਾ ਉਹ ਹੋਇਆ ਥੋੜਾ ਜਿਹਾ ਫਿਰ ਉਹ ਦੋ ਚਾਰ ਮਿੰਟ ਬਾਅਦ ਫਿਰ ਹੋਇਆ ਉਹਨੇ ਫਿਰ ਦੰਦ ਦਿਖਾ ਦਿੱਤੇ ਉਹ ਫਿਰ ਖੜਾ ਹੋ ਗਿਆ ਔਰ ਤੀਜੀ ਵਾਰੀ ਜਦੋਂ ਉਹਨੇ ਕੀਤਾ ਤੇ ਉਹਦੇ ਤੋਂ ਉਹਦਾ ਸਭ ਪੇਸ਼ੈਂਸ ਖਤਮ ਹੋ ਗਈ ਔਰ ਉਹ ਖਲੋ ਕੇ ਕਹਿੰਦਾ ਇਹ ਚੰਗਾ ਤੁਸੀਂ ਉਹ ਇੱਥੇ ਰੂਹਾਨੀਅਤ ਦਾ ਇਹ ਡਰਾਮਾ ਕੀਤਾ ਹੋਇਆ ਤੁਸੀਂ ਇੱਥੇ ਜਿਹੜੇ ਨੇ ਮਸਕਰੇ ਰੱਖੇ ਹੋਏ ਨੇ ਮੇਰੇ ਨਾਲ ਕੀ ਤੇ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਸੁਥਰਿਆ ਕੀ ਕਰ ਦਿੱਤਾ ਜੀ ਪੰਡਿਤ ਜੀ ਨੂੰ ਤੇ ਉਹ ਕਹਿੰਦਾ ਜੀ ਮੈਂ ਤਾਂ ਮਹਾਰਾਜ ਕੁਛ ਨਹੀਂ ਕੀਤਾ ਉਹਨੂੰ ਉਹ ਕਹਿੰਦਾ ਨਹੀਂ ਇਹ ਫਿਰ ਉਹਨਾਂ ਨੇ ਕਿਹਾ ਨਹੀਂ ਸੁਥਰਿਆ ਤੂੰ ਹੀ ਦੱਸ ਸੰਗਤ ਨੂੰ ਕੀ ਹੋਏ ਕਹਿੰਦਾ ਜੀ ਮੈਂ ਤਾਂ ਸੁਣਿਆ ਜਦੋਂ ਇਹਨਾਂ ਨੇ ਕਿਹਾ ਵੀ ਨਾ ਸਾਡਾ ਸ਼ਾਂਤੀ ਸਰੂਪ ਹੈ ਕਹਿੰਦਾ ਮੈਂ ਕਿਹਾ ਵੀ ਮੈਂ ਪਰਖ ਲਵਾਂ ਵੀ ਹੈ ਵੀ ਨਹੀਂ ਸ਼ਾਂਤੀ ਨਾਲੇ ਨਾ ਵੀ ਸ਼ਾਂਤੀ ਸਰੂਪ ਹੈ ਇੰਨੀ ਇਹਨਾਂ ਦੇ ਚੇਲੇ ਦੱਸਦੇ ਨੇ ਵੀ ਤਪੱਸਿਆ ਕਰਕੇ ਆਏ ਤੇ ਕਹਿੰਦਾ ਵੀ ਮੈਂ ਜਦੋਂ ਅਜੇ ਪਹਿਲਾ ਜਿਹੜਾ ਉਹ ਵਾਰ ਕੀਤਾ ਤੇ ਮੈਨੂੰ ਲੱਗਾ ਵੀ ਸਵਾਹ ਦੇ ਥੱਲੇ ਉਹ ਥੋੜਾ ਤਾ ਆ ਰਿਹਾ ਕੋਈ ਨਾ ਮਾੜੀ ਮੋਟੀ ਅੱਗ ਹੈ ਕਹਿੰਦਾ ਮੈਂ ਦੂਜੀ ਵਾਰੀ ਕੀਤਾ ਤੇ ਮੈਨੂੰ ਅੰਗਿਆਰ ਨਜ਼ਰ ਆਏ ਤੀਜੀ ਵਾਰੀ ਕੀਤਾ ਕਹਿੰਦਾ ਭਾਂਬੜ ਮੱਚ ਗਿਆ ਇਹ ਸ਼ਾਂਤੀ ਸਰੂਪ ਕਾਹਦਾ ਹੈ ਸੋ ਜੇ ਕਹਿਣਾ ਹੋਏ ਕਿ ਭਾਈ ਅਸੀਂ ਵੀ ਜਦੋਂ ਦੇਖਦੇ ਹਾਂ ਕਿ ਵੀ ਕਿਵੇਂ ਇੰਡੀਅਨ ਸਟੇਟ ਆਪਣਾ ਕੰਪੋਜ਼ਰ ਜਿਹੜਾ ਉਹ ਲੂਜ਼ ਕਰ ਚੁੱਕੀ ਹੈ ਕੈਨੇਡਾ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਵੀ ਉਹਨਾਂ ਦੀ ਸਰਕਾਰ ਜਦੋਂ ਉਹਨਾਂ ਨੂੰ ਲੱਗਾ ਵੀ ਉਹਨਾਂ ਦਾ ਦਬਾਅ ਨਹੀਂ ਬਣਿਆ ਉਹਨਾਂ ਨੇ ਪ੍ਰੋਟੈਸਟ ਕੀਤਾ ਡਿਮਾਰਸ਼ੇ ਦਿੱਤਾ ਟਰੈਵਲ ਐਡਵਾਈਜ਼ਰੀ ਦਿੱਤੀ ਫਿਰ ਜਿਹੜਾ ਉਹ ਸਿੱਧੇ ਸਿੱਧੇ ਇਲਜ਼ਾਮ ਵੀ ਲਾ ਤੇ ਆਪਣੇ ਮੰਦਰਾਂ ਤੇ ਆਪ ਹੀ ਜਿਹੜੀ ਹੈ ਕਾਲਖ ਪੋਤਣ ਲੱਗ ਗਏ ਆਪਣੇ ਸਿਰ 'ਚ ਆਪ ਹੀ ਸਵਾਹ ਪਾ ਕੇ ਕਹਿਣ 'ਚ ਫਲਾਣਾ ਪਾ ਗਿਆ ਢਿਮਕਾ ਪਾ ਗਿਆ ਹੁਣ ਉਹੀ ਮਾਡਲ ਇਹਨਾਂ ਨੇ ਆਸਟ੍ਰੇਲੀਆ 'ਚ ਮੈਲਬਰਨ 'ਚ ਸਾਹਮਣੇ ਆਇਆ ਉਹੀ ਮੰਦਰਾਂ ਦੇ ਵੈਂਡਲਾਈਜੇਸ਼ਨ ਦਾ ਡਰਾਮਾ ਅਟੈਕ ਔਨ ਟੈਂਪਲ ਯੇ ਵੋ ਅਖੀਰਲੇ ਦਿਨ ਫਿਰ ਉਹ ਕਿਵੇਂ ਚੱਕੇ ਚਕਾਏ ਜਿਹੜੇ ਨੇ ਉਹ ਆ ਵੀ ਗਏ ਔਰ ਜਾਂਦਿਆਂ ਜਾਂਦਿਆਂ ਜਿਹੜਾ ਉਹ ਉਹਨਾਂ ਨੂੰ ਦੇਗ ਵੀ ਵਰਤਾਈ ਗਈ ਔਰ ਫਿਰ ਚੀਕਾਂ ਕਿ ਜੀ ਆ ਗਏ ਗੁੰਡੇ ਆ ਗਏ ਫਲਾਣਾ ਉਹਨੂੰ ਪੂਰਾ ਆਪ ਹੀ ਕਰਦੇ ਨੇ ਆਪ ਹੀ ਰੌਲਾ ਪਾਉਂਦੇ ਨੇ ਆਪ ਹੀ ਡਰੀ ਜਾਂਦੇ ਨੇ ਹੁਣ ਉਹੀ ਦੁਹਰਾ ਜੋ ਮੈਲਬਰਨ ਦੇ ਵਿੱਚ ਇਹਨਾਂ ਦੇ ਇਹਦੇ ਬਾਵਜੂਦ ਕਿ ਆਸਟ੍ਰੇਲੀਆ ਸਰਕਾਰ 'ਤੇ ਵੀ ਦਬਾਅ ਜੈਸ਼ੰਕਰ ਵੀ ਆਇਆ ਉਹ ਮੁਰਲੀਧਰਨ ਵੀ ਪਿੱਛੇ ਜੇ ਆਇਆ ਜਿਹੜੇ ਇਹਨਾਂ ਦੇ ਕੌਂਸਲੇਟ ਨੇ ਪਤਤ ਕਿਸਮ ਦੇ ਸਿੱਖ ਰੱਖੇ ਹੋਏ ਉਹ ਓਵਰਨਾਈਟ ਵਰਕ ਕਰ ਰਹੇ ਨੇ ਟੂ ਪਲੀਜ਼ ਲਿਆ ਕੇ ਉਹਨਾਂ ਨੇ ਪਰਥ ਦੇ ਵਿੱਚ ਔਰ ਦੂਸਰੇ ਜਿਹੜੇ ਨੇ ਉਹ ਸਰਕਾਰੀ ਸਿੱਖ ਵੀ ਉਹਨਾਂ ਦੀ ਵੀ ਨਮਾਇਸ਼ ਲਾਈ ਹੈ ਦੱਸਣ ਦੇ ਲਈ ਦੇਖੋ ਜੀ ਮੇਨ ਸਟ੍ਰੀਮ ਗੁਰਦੁਆਰਿਆਂ ਦੇ ਸਾਡੇ ਨਾਲ ਨੇ ਲੇਕਿਨ ਤੁਸੀਂ ਕਿੰਨੀ ਕੁ ਦੇਰ ਜਿਹੜਾ ਉਹ ਡਰਨਾ ਜਿਹੜਾ ਉਹ ਖੜਾ ਕਰਕੇ ਉਹ ਕਾਵਾਂ ਨੂੰ ਡਰਾਉਂਦੇ ਰਹੋਗੇ ਬੰਦਾ ਤਾਂ ਬੰਦਾ ਹੀ ਹੈ ਉਹਨੂੰ ਤਾਂ ਪਤਾ ਵੀ ਇਹਦਾ ਐਂਡ ਆਫ ਤੱਕ ਵੀ ਇਹ ਡਰਨਾ ਅਸੀਂ ਖੜਾ ਕੀਤਾ ਲੇਕਿਨ ਉਹੀ ਕਹਾਣੀ ਹੁਣ ਬ੍ਰਿਸਬੇਨ ਦੇ ਵਿੱਚ ਦੁਹਰਾਈ ਜਾ ਰਹੀ ਹੈ ਬ੍ਰਿਸਬੇਨ ਦਾ ਰੈਫਰੈਂਡਮ 19 ਮਾਰਚ ਨੂੰ ਔਰ ਅਸੀਂ ਆਲਰੇਡੀ ਮਾਰਚ ਐਂਟਰ ਕਰ ਗਏ ਔਰ ਆਲਰੇਡੀ ਜਿਹੜਾ ਬ੍ਰਿਸਬੇਨ ਸਿਟੀ ਕੌਂਸਲ ਦੀ ਪਰਮਿਸ਼ਨ ਨਾਲ ਸਿੱਖਸ ਫਾਰ ਜਸਟਿਸ ਨੇ ਜਿੱਥੇ ਵੋਟਾਂ ਪੈਣੀਆਂ ਨੇ ਉਹ ਬੜਾ ਪ੍ਰੈਸਟੀਜੀਅਸ ਸਿਟੀ ਸੈਂਟਰ ਹੈ ਆਲਰੇਡੀ ਗੁਰਦੁਆਰਿਆਂ ਦੇ ਵਿੱਚ ਡੈਸਕ ਵੀ ਲੱਗੇ ਵੱਡੇ ਵੱਡੇ ਜਿਹੜੇ ਨੇ ਉਹ ਬੋਰਡ ਵੀ ਨੇ ਔਰ ਕੈਂਪੇਨ 1-to-1 ਡੋਰ ਟੂ ਡੋਰ ਕੈਂਪੇਨ ਵੀ ਹੈ ਫਿਰ ਆਉਣ ਵਾਲੇ ਪੀਰੀਅਡ 'ਚ ਜ਼ਾਹਰ ਹੈ ਕਾਰ ਰੈਲੀ ਵੀ ਹੋਏਗੀ ਔਰ ਫਿਰ ਫਾਈਨਲ ਜਿਹੜਾ ਡੇਟ 19 ਮਾਰਚ ਨੂੰ ਜਿਹੜਾ ਉਹ ਜਲਵਾਗਰ ਹੋਏਗਾ ਖਾਲਿਸਤਾਨ ਦਾ ਜਿਹੜਾ ਝੰਡਾ
अपने रियल फॉर्म्स वोटिंग फॉर्म्स हुण इन्हां ने आस्ट्रेलियन हिंदू मीडिया और दूसरा इन्हां दे किस किस्म दी सारी लाइन चल रही है। एक पासे तां उन्हां ने आस्ट्रेलियन सिटी कौंसल नूं इह कहा कि भाई असी जिहड़ा इहनूं रोको बंद करो सेफ्टी एंड कंसर्न ऑफ ब्रिस्बेन हिंदूज उहदे च उह कह रहे ने कि नंबर ऑफ आवर मैंबरस रिजाइड इन ब्रिस्बेन एंड आर रेट पेयर्स ऑफ ब्रिस्बेन सिटी कौंसल के जी असी भी टैक्स पेयर हाँ तुसीं किवें अलाउ इन्हां नूं कर रहे हो इत्थे करना जी। दे आर आउटरेज्ड दैट ए प्रेस्टीजियस कन्वेंशन सेंटर इन देयर सिटी हुण उन्हां ने भी थां होई रही जिहड़ा प्रेस्टीजियस कन्वेंशन सेंटर जिथे वोटां पाउणियां ने मोटिवेटेड प्योरली बाई प्रॉफिट इज अलाउइंग इटसेल्फ टू बी एसोसिएटेड विद अ मूवमेंट दैट हैज डायरेक्ट लिंक्स टू वायलेंस एंड टेरर एंड ए पब्लिक स्टेटेड हेटेड फॉर हिंदूज which includes calls for the killing of Hindus. उन्होंने कहा जी ये prestigious city center उन्हां नूं allow कर रहा है जिहड़े जिन्हां ने तां हिंदुआं नूं मारन दा ऐलान हुण इस दे उल्ट इन्हां दा ही आस्ट्रेलियन हिंदू मीडिया जां आस्ट्रेलियन टुडे जिहड़ा इन्हां दा येलो रैग है पीला चीथड़ा जे तुसीं इन्हां दे ट्वीट देखो अड्ड-अड़ थावां दे उत्ते ते तुहानूं इह नज़र आएगा इक पालनी सारा एल गेट्स दे थले सारा गेट्स ट्वीट है नाउ that we know Khalistanis are not Indians let us see them change all their restaurant and grocery store names Australia has freedom of choice so I want to know I am paying for Indian cuisine we need lists of authentic Indian foods in Australia when it suits them they are Indian hun oh eh keh rahi hai jehdi hai ke bhai eh jehde Khalistani ne पर इंडियन इन्होंने अपने स्टोर जां कुजीन जां रेस्टोरेंट्स दा ये बदलो क्योंकि ये जड़ा ये धोखा है और मैं लिस्ट चाहुंदी हां जिहदे ते प्योर इंडियन होए। पहली गल तो मेरा ये इतराज हमेशा इस ते रहा है मैं क्या भी ये जड़ा साडा पंजाबी फूड है सानू खालिस्तानी फूड कहण दे भी शायद लोड़ नहीं है ये है ही जिहनूं रादर तुसीं जाके अपना जिहड़ा उह दही भात दा रेस्टोरेंट खोलो और उहदे उहनूं इंडियन फूड कहो जिहनूं तुसीं इंडियन फूड कह के परोसदे हो पंजाबी फूड उह तुसीं कदों इह जाणिआ वी परौंठे की हुंदे ने ते तुहाडे कल्चर च गंगा जमनी तहज़ीब दे विच किहड़ा फूड दा कॉन्सेप्ट है तुसीं तां उही मसरी ते चौल ਇਹ ਤੁਹਾਡਾ ਫੂਡ ਹੈ ਔਰ ਪਹਿਰਾਵਾ ਆਪਣਾ ਦੇਖ ਲਓ ਆਪਣਾ ਫੂਡ ਦੇਖ ਲਓ ਸੋ ਜਿਹਨੂੰ ਤੁਸੀਂ ਇੰਡੀਅਨ ਫੂਡ ਕਹਿ ਕੇ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਸਾਡੀ ਪੰਜਾਬ ਦੀ ਜਿਹੜੀ ਵਿਰਾਸਤ ਹੈ ਸਾਡੇ ਫੂਡ ਦੀ ਤੁਸੀਂ ਸਾਰੇ ਚੇਂਜ ਕਰੋ ਆਪਣੇ ਆਪ ਕਿਉਂਕਿ ਇਹ ਸਾਡਾ ਜਿਹੜਾ ਫੂਡ ਹੈ ਪੰਜਾਬੀ ਫੂਡ ਸਾਡੇ ਦੋਵੇਂ ਪਾਸੇ ਇਹ ਪੰਜਾਬੀ ਫੂਡ ਦੇ ਥੱਲੇ ਹੈ ਨੋਟ ਦਾ ਇੰਡੀਅਨ ਪਰ ਹੇਟਡ ਦੀ ਗੱਲ ਦੇਖੋ ਕਿ ਵੀ ਇਹ ਕਿਸ ਹੱਦ ਤੱਕ ਜਾ ਰਹੇ ਨੇ ਪਰ ਇਹ ਕਹਿ ਰਹੇ ਨੇ ਜੀ ਸਿਟੀ ਕੌਂਸਲ 'ਚ ਹਿੰਦੂਆਂ ਦੇ ਖਿਲਾਫ ਇਹ ਜਿਹੜਾ ਇਹਨਾਂ ਦਾ ਪ੍ਰੋਪਰ ਫਿਰ ਇਹ ਕਹਿੰਦਾ ਆਈ ਹੈਵ ਨੋ ਡਾਊਟ ਦੈਟ ਇਫ ਐਨ ਐਂਟੀਟੀ ਵਿਦ ਲਿੰਕਸ ਟੂ ਆਈਸਿਸ ਅਲਕਾਇਦਾ ਔਰ ਦਾ ਨਾਜ਼ੀ ਮੂਵਮੈਂਟ ਹੈਡ ਰਿਕੁਐਸਟਡ ਟੂ ਹੋਲਡ ਐਨ ਈਵੈਂਟ ਐਟ ਯੋਰ ਸੈਂਟਰ ਯੋਰ ਰਿਸਪੋਂਸ ਵੁੱਡ ਹੈਵ ਬਿਨ ਮੀ ਸਟਾਰਕਲੀ ਡਿਫਰੈਂਟ ਯੋਰ ਡਿਸੀਜਨ ਨੋਟ ਓਨਲੀ ਹਰਟਸ ਦਾ ਸੈਂਟੀਮੈਂਟਸ ਆਫ ਆਸਟ੍ਰੇਲੀਅਨ ਹਿੰਦੂਜ਼ ਬਟ ਆਲਸੋ ਆਫ ਹਿੰਦੂਜ਼ ਐਂਡ ਅਦਰਸ ਥਰੂ ਆਊਟ ਦਾ ਵਰਲਡ ਹੂ ਅਪੋਜ ਟੈਰਰ ਵਾਇਲੈਂਸ ਐਂਡ ਪ੍ਰੋਪੀਗੇਸ਼ਨ ਆਫ ਹੁਣ ਤਾਨਾ ਮਾਰ ਰਹੇ ਨੇ ਕਿ ਜੇ ਆਈਸਿਸ ਵਾਲੇ ਅਲਕਾਇਦਾ ਵਾਲੇ ਚਾਹੁੰਦੇ ਕਰਨ ਤੁਸੀਂ ਕਰਨ ਦਿੰਦੇ ਔਰ ਤੁਸੀਂ ਇਹ ਇਕੱਲੇ ਆਸਟ੍ਰੇਲੀਆ ਦੇ ਹਿੰਦੂ ਹਰਟ ਰਹੇ ਨੇ ਸਾਰੇ ਪਾਸੇ ਗਲੋਬਲੀ ਜਿਹੜਾ ਉਹ ਜਿਹੜਾ ਉਹ ਹਰਟ ਨੇ ਔਰ ਆਸਟ੍ਰੇਲੀਅਨ ਹਿੰਦੂਜ਼ ਵਿਲ ਨੋਟ ਪੈਟਰਨਾਈਜ਼ ਏ ਵੈਨਿਊ ਦੈਟ ਐਸੋਸੀਏਟਸ ਇਟਸੈਲਫ ਵਿਦ ਸੱਚ ਏ ਰਿਪਗਨੈਂਟ ਆਈਡੀਓਲੋਜੀ ਰਿਪਗਨੈਂਟ ਹੈ ਖਾਲਸਾ ਤੁਹਾਡਾ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਸਵੀਟ ਐਂਡ ਹਨੀ ਹੈ ਜਿਹਦੇ ਥੱਲੇ ਤੁਸੀਂ ਉਸੇ ਹੀ ਆਸਟ੍ਰੇਲੀਆ ਦੇ ਡਾਕਟਰ ਗ੍ਰੈਮ ਸਟੇਨਜ਼ ਔਰ ਉਹਦੇ ਦੋ ਮਾਸੂਮ ਬੱਚਿਆਂ ਨੂੰ ਜਿਉਂਦੇ ਸਾੜਿਆ ਜਿਹਦੇ ਥੱਲੇ ਤੁਸੀਂ ਦੁਨੀਆ ਭਰ ਦੇ ਵਿੱਚ ਟੈਰਰ ਦੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਨੂੰ ਪ੍ਰਮੋਟ ਕਰ ਰਹੇ ਹੋ ਪਰ ਤੁਸੀਂ ਉਸ ਆਈਡੀਓਲੋਜੀ ਨੂੰ ਖਾਲਸੇ ਦੀ ਜਿਹਦਾ ਸਰਬੱਤ ਦਾ ਭਲਾ ਔਰ ਆਸਟ੍ਰੇਲੀਅਨ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕੋਵਿਡ ਹੋਏ ਫਲੱਡਸ ਹੋਣ ਵਾਇਲਡ ਫਾਇਰਸ ਹੋਣ ਐਵੇਂ ਨਹੀਂ ਉਹਨਾਂ ਨੇ ਸਪੈਸ਼ਲ ਅਵਾਰਡ ਉਹਨਾਂ ਸਿੱਖਾਂ ਨੂੰ ਦਿੱਤੇ ਜਿਨ੍ਹਾਂ ਨੇ ਉਸ ਸਾਰੇ ਦੇ ਵਿੱਚ ਜਿਹੜਾ ਸਰਵ ਕੀਤਾ ਪਰ ਜੋ ਤੁਸੀਂ ਝੂਠ ਹੀ ਬੋਲਣਾ ਜੋ ਮਰਜ਼ੀ ਬੋਲੋ ਤੁਹਾਨੂੰ ਕੌਣ ਰੋਕ ਸਕਦਾ ਫਿਰ ਇਹ ਕਹਿੰਦੇ ਨੇ ਆਈ ਅਰਜ ਯੂ ਟੂ ਰੀਕਨਸੀਡਰ ਯੋਰ ਡਿਸੀਜਨ ਇਹ ਸਿਟੀ ਕੌਂਸਲ ਨੂੰ ਲਿਖ ਰਹੇ ਨੇ ਇਫ ਦਾ ਇਵੈਂਟ ਡਜ਼ ਪ੍ਰੋਸੀਡ ਆਈ ਰਿਕੁਐਸਟ ਦੈਟ ਯੂ ਇਨਸ਼ੋਰ ਦੈਟ ਦਾ ਫੋਲੋਇੰਗ ਸੇਫਗਾਰਡਸ ਆਰ ਇਨ ਪਲੇਸ ਟੂ ਇਨਸ਼ੋਰ ਦਾ ਸੇਫਟੀ ਆਫ ਮੈਂਬਰਸ ਆਫ ਦਾ ਪਬਲਿਕ ਇਹ ਉਹਨਾਂ ਨੂੰ ਕਹਿ ਰਹੇ ਨੇ ਪਹਿਲਾਂ ਤਾਂ ਬੰਦ ਕਰੋ ਇੰਨਾ ਪ੍ਰੈਸਟੀਜੀਅਸ ਸੈਂਟਰ ਕਿਉਂ ਪਰ ਜੇ ਤੁਸੀਂ ਨਹੀਂ ਹਟਦੇ
ਤੁਸੀਂ ਇਹਨਾਂ ਨੂੰ ਦੇਣਾ ਹੀ ਹੈ, ਫਿਰ ਇਹਨਾਂ ਗੱਲਾਂ ਨੂੰ ਯਕੀਨੀ ਬਣਾਓ। ਨੰਬਰ 1, ਦੈਟ ਨੋ ਵੈਪਨਸ ਆਫ ਐਨੀ ਕਾਇੰਡ, ਵੈਦਰ ਸੈਰੇਮੋਨੀਅਲ ਔਰ ਅਦਰਵਾਈਜ਼, ਇਨਕਲੂਡਿੰਗ ਨਾਈਵਸ, ਸਵਾਰਡਸ, ਸਟਿਕਸ ਔਰ ਪੋਲਸ ਵੀ ਅਲਾਊਡ ਇਨ ਟੂ ਦਾ ਵੈਨਿਊ। ਪਾਬੰਦੀ ਲਾਓ, ਕੋਈ ਕਿਰਪਾਨ, ਕੋਈ ਦੂਜੀ ਤੀਜੀ ਅੰਦਰ ਨਹੀਂ ਜਾਓ। ਸੈਰੇਮੋਨੀਅਲ ਵੀ ਬੱਲੇ ਬਈ, ਤੁਹਾਡਾ ਇਹ ਅਕਲ ਦੀ ਦਵਾਈ ਖਾਓ। ਫਿਰ ਨੰਬਰ 2, ਨੋ ਇੰਪਲੀਮੈਂਟਸ ਦੈਟ ਕੈਨ ਬੀ ਯੂਜ਼ਡ ਐਜ ਵੈਪਨਸ, ਇਨਕਲੂਡਿੰਗ ਗਾਰਡਨਿੰਗ ਇੰਪਲੀਮੈਂਟਸ, ਟੂਲਸ, ਫਲੈਗ ਪੋਲਸ ਔਰ ਪੀਸਿਸ ਆਫ ਟਿੰਬਰ ਬੀ ਅਲਾਊਡ ਇਨ ਟੂ ਦਾ ਵੈਨਿਊ। ਹੁਣ ਕਸੋਨਕ ਦਾ ਤਾਂ ਜਿਹੜਾ ਹੈ ਉਹਦਾ ਕੀ ਕਰੋਗੇ, ਜੇ ਤੁਸੀਂ ਉਸੇ ਤੇ ਹੀ ਆ ਗਏ, ਜੇ ਤੁਸੀਂ ਇਹੀ ਸਮਝਦੇ ਹੋ ਵੀ ਤੁਹਾਡਾ ਇਲਾਜ ਇਹੀ ਹੈ, ਤੇ ਉਹਦੇ 'ਚ ਤਾਂ ਫਿਰ ਕਸੋਨਾ ਤਾਂ ਜਿਹੜਾ ਉਹ ਫਿਰ ਸਾਰੀ ਅਕਲ ਟਿਕਾਣੇ ਲੈ ਆਉਂਦਾ। ਉਹਨਾਂ ਸਿੱਖਾਂ ਨੂੰ ਲੋੜ ਵੀ ਨਹੀਂ ਕਿਸੇ ਹੋਰ ਚੀਜ਼ ਦੀ, ਜੇ ਤੁਸੀਂ ਉਹੀ ਲੈਣ, ਤੁਸੀਂ ਤਾਂ ਵਾਰ ਹੀ ਪਿੱਠ 'ਚ ਕਰਦੇ ਹੋ। ਜੇ ਤੁਸੀਂ ਸਾਹਮਣੇ ਆ ਕੇ ਹੋਏ, ਫਿਰ ਤੁਹਾਨੂੰ ਉਹ ਮੈਲਬਰਨ ਵੀ ਯਾਦ ਰਹਿਣਾ ਚਾਹੀਦਾ ਕਿ ਭਾਈ ਫਿਰ ਕੀ ਹਸ਼ਰ ਹੁੰਦਾ। ਫਿਰ ਨੰਬਰ 3, ਦੈਟ ਯੂ ਇਨਸ਼ੋਰ ਦੈਟ ਐਡੀਕੁਏਟ ਸਿਕਿਉਰਿਟੀ ਪਰਸਨਲ ਆਰ ਡਿਪਲੋਇਡ ਐਟ ਦਾ ਵੈਨਿਊ। ਉਹਨਾਂ ਨੇ ਕਿਹਾ ਜੀ ਬਹੁਤ ਸਾਨੂੰ ਜਿਹੜਾ ਅਸੀਂ ਆ ਕੇ ਸ਼ਰਾਰਤ ਕਰਨੀ ਹੈ, ਤੇ ਸਾਡੇ ਨਾਲ ਇੱਕ ਇੱਕ ਨਾਲ ਚਾਰ ਚਾਰ ਸਿਕਿਉਰਿਟੀ ਵਾਲੇ ਦਿਓ, ਨਹੀਂ ਤਾਂ ਇੱਕ ਨਾਲ ਇੱਕ ਇੱਕ ਨੂੰ ਤਾਂ ਸਿੱਖਾਂ ਨੇ ਨਹੀਂ ਮੰਨਣਾ ਹੈ। ਫਿਰ ਉਹ ਕਹਿ ਰਹੇ, ਦਾ ਆਰਗਨਾਈਜ਼ਰਸ ਆਫ ਮੈਲਬਰਨ ਰੈਫਰੈਂਡਮ ਹੈਵ ਕਲੇਮਡ ਦੈਟ 60,000 ਪੀਪਲ ਵੋਟਡ ਦੇਅਰ। ਉਹ ਕਹਿੰਦਾ ਜੀ ਉੱਥੇ 60,000 ਨੇ ਕੀਤਾ ਵੋਟ, ਇੱਥੇ ਜੇ ਇੰਨਿਆਂ ਨੇ ਵੀ ਕੀਤਾ ਤੇ ਸਾਨੂੰ ਤਾਂ 19 ਸਿਕਿਉਰਿਟੀ ਚਾਹੀਦੀ ਹੈ, ਇਹ ਤਾਂ ਸਾਡਾ ਧੋਤੀ ਜਿਹੜੀ ਹੈ ਉਹ ਰੱਖ ਲੈਣੀ ਹੈ ਉਹਨਾਂ ਨੇ ਉੱਥੇ। That there is an adequate police presence. ਬੱਲੇ ਵੀ ਤੁਹਾਡੇ ਹੈ, ਭਾਰਤ ਮਾਤਾ ਦੇ ਸਪੂਤੋ, ਹਾਂ ਉਹੀ ਹੈ ਵੀ ਮਾਰ ਰਹੇ ਨੇ, ਜਿਹੜਾ ਲਲਕਾਰਾ ਮਾਰ ਰਹੇ ਨੇ, ਜੇ ਅਸੀਂ ਬਾਲ ਦੂਨੇ ਸਾਹ ਨੂੰਨੇ। ਔਰ ਫਿਰ ਜਦੋਂ ਦੂਜਾ ਕਾਊਂਟਰ ਵੱਜਿਆ, ਹੱਥ ਜੋੜ ਕੇ ਖਲੋ ਗਏ, ਨਹੀਂ ਜੀ ਗਊ ਦੇ ਜਾਏ। ਔਰ ਇਸ ਦੇ ਨਾਲ ਨਾਲ ਇੱਕ ਪਾਸਾ ਇਹ ਉਹਨਾਂ ਦਾ, ਸੈਕੰਡਲੀ ਉਹਨਾਂ ਨੇ ਫਿਰ ਆਪਣੇ ਲੋਕਾਂ ਨੂੰ ਅਪਡੇਟ ਦੇ, ਇਹ ਤਾਂ ਕੌਂਸਲ ਵਾਲਿਆਂ ਨੂੰ ਕਿਹਾ ਜੀ ਆਹ ਪ੍ਰਬੰਧ ਕਰੋ, ਸਿਕਿਉਰਿਟੀ ਵੀ ਦਿਓ, ਦੂਜਾ ਵੀ ਕਰੋ, ਅਪਡੇਟ ਔਨ ਸੇਫਟੀ ਐਂਡ ਸਿਕਿਉਰਿਟੀ ਅਰਾਊਂਡ ਦਾ ਵੈਨਿਊ, ਦੇਰ ਇਜ਼ ਨਥਿੰਗ ਇਨ ਪਲੇਸ ਫਾਰ ਦਾ ਜਨਰਲ ਪਬਲਿਕ ਐਟ BCEC ਅਕੋਰਡਿੰਗ ਟੂ BCEC ਸਿਕਿਉਰਿਟੀ, ਪੁਲਿਸ ਹੈਵ ਨੋਟ ਰਿਸਪੋਂਡਿਡ ਡਾਇਰੈਕਟਲੀ ਟੂ ਰਿਕੁਐਸਟ ਫਾਰ ਏ ਲੀਅਜ਼ਨ ਆਫੀਸਰ ਟੂ ਕਮਿਊਨੀਕੇਟ ਔਨ ਸੇਫਟੀ ਐਂਡ ਸਿਕਿਉਰਿਟੀ ਐਜ਼ ਯੈਟ। ਕਹਿੰਦੇ ਜੀ ਉਹ ਸਾਡੀ ਕੋਈ ਗੱਲ ਨਹੀਂ ਸੁਣੀ, ਕੋਈ ਉਹਨਾਂ ਦਾ ਸਾਡੇ ਨਾਲ ਸੰਪਰਕ ਨਹੀਂ ਕਰ ਰਿਹਾ। ਵਟ ਦਿਸ ਮੀਨਸ ਕੰਸੀਡਰਿੰਗ ਟਾਰਗੇਟ ਆਫ ਹੇਟ ਕ੍ਰਾਈਮਸ ਐਂਡ ਵਾਇਲੈਂਸ ਇਨ ਮੈਲਬਰਨ, ਕਿ ਵੀ ਜੋ ਮੈਲਬਰਨ 'ਚ ਹੋਇਆ ਹੁਣ ਇਹਦਾ ਕੀ ਮਤਲਬ ਹੋਏਗਾ। ਇੰਡੀਅਨ ਕਮਿਊਨਿਟੀ ਸ਼ੁੱਡ ਕੰਸੀਡਰ ਅਵਾਇਡਿੰਗ ਦਾ ਸਿਟੀ ਇਨ ਜਨਰਲ ਔਨ ਦਾ ਡੇ। ਉਹ ਕਹਿੰਦੇ ਮਤ ਜਾਓ, ਨਜ਼ਦੀਕ ਨਾ ਜਾਣਾ। ਇਹ ਪਹਿਲਾਂ ਇਹ ਡਰਾਮਾ ਕੀਤਾ ਕਿ ਵੀ ਜੇ ਉਹ ਪੈਨਿਕ 'ਚ ਆ ਗਏ, ਹੁਣ ਉਹਨਾਂ ਨੂੰ ਐਡਵਾਈਸ ਕਰ ਰਹੇ ਨੇ ਮਤ ਜਾਣਾ, ਸਰਦਾਰ ਜੀ ਮਾਰੇਂਗੇ। ਇੰਡੀਅਨ ਕਮਿਊਨਿਟੀ ਸ਼ੁੱਡ ਕੰਸੀਡਰ ਅਵਾਇਡਿੰਗ ਦਾ ਸਿਟੀ ਇਨ ਜਨਰਲ ਔਨ ਦਾ ਡੇ। ਇੰਡੀਅਨ ਬਿਜ਼ਨਸਿਸ ਇਨ ਦਾ ਸਾਊਥ ਬੈਂਕ ਏਰੀਆ ਸ਼ੁੱਡ ਬੀ ਨੋਟੀਫਾਈਡ ਆਫ ਦਾ ਈਵੈਂਟ ਐਂਡ ਰਿਸਕ ਆਫ ਟਾਰਗੇਟਿੰਗ। ਵਪਾਰ ਦੁਕਾਨਾਂ ਵੀ ਬੰਦ ਰੱਖਿਓ ਪਹਿਲਾਂ, ਅਦਰਵਾਈਜ਼ ਦੱਸ ਦਿਓ ਵੀ ਤੁਹਾਡੇ 'ਤੇ ਵੀ ਡਰ ਪੈਦਾ ਕਰ ਰਹੇ ਨੇ ਔਰ ਇਹ ਖਾਮਖਾ ਵਾਇਲੈਂਸ ਦਾ ਮਾਹੌਲ ਬਣਾਉਣ। ਇੰਡੀਅਨ ਪਰਸਨ ਇਨ ਦਾ ਵਿਸਿਨਿਟੀ ਸ਼ੁੱਡ ਬੀ ਰੈਡੀ ਟੂ ਕਾਲ 000 ਐਂਡ ਨੋਟ ਰਿਲਾਈ ਔਨ ਪੁਲਿਸ ਔਰ BCEC ਔਰ ਸਾਊਥ ਬੈਂਕ ਸਿਕਿਉਰਿਟੀ ਟੂ ਬੀ ਪ੍ਰਪੇਅਰਡ ਫਾਰ ਪੋਸੀਬਲ ਅਟੈਕਸ। ਫੋਨ ਆਪਣੇ ਕੋਲ ਰੱਖੋ, ਜਦੋਂ ਹੀ ਲੱਗੇ 000 ਕਰੋ। ਇਹ ਲੋਕਲ ਤਾਂ ਨਾ ਇਤਬਾਰ ਕਰਨਾ, ਇਹ ਨਹੀਂ ਤੁਹਾਨੂੰ ਪ੍ਰੋਟੈਕਟ ਕਰਨਗੇ। ਹਿੰਦੂ ਟੈਂਪਲ ਸ਼ੁੱਡ ਪ੍ਰੋਐਕਟਿਵਲੀ ਇੰਪਲੀਮੈਂਟ ਦੇਅਰ ਸੇਫਟੀ ਐਂਡ ਸਿਕਿਉਰਿਟੀ ਪਲਾਨਸ ਐਂਡ ਕਮਿਊਨੀਕੇਟ ਟੂ ਦੇਅਰ ਮੈਂਬਰਸ ਦੈਟ ਨੋ ਕੰਟੈਕਟ ਇਜ਼ ਦਾ ਬੈਸਟ ਪਾਲਿਸੀ ਫਾਰ ਦੇਅਰ ਪਰਸਨਲ ਸੇਫਟੀ। ਕਿ ਆਪਣੇ ਫੋਨਾਂ 'ਤੇ ਵੀ ਜਿਹੜਾ ਉਹ ਕਿਸੇ ਨਾਲ ਕੰਟੈਕਟ ਨਾ ਕਰਨਾ, ਨੋ ਪਾਲਿਸੀ ਜਿਹੜਾ ਸਾਰਾ ਹੈਗਾ। ਔਰ ਉਹ ਜਿਹੜਾ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਜਿਹੜਾ ਇਸ ਕਿਸਮ ਦਾ ਕਿਹਾ। ਔਰ ਉਹਨਾਂ ਨੇ ਕਿਹਾ, ਸੋ ਦੋਜ਼ ਗਾਈਡਲਾਈਨਸ ਆਰ ਫਾਰ ਐਨੀ ਇੰਡੀਅਨ ਗੋਇੰਗ ਬਾਈ ਹਿਜ਼ ਔਰ ਹਰ ਓਨ ਲਾਈਫ, ਸੋ ਦੇ ਡੋਂਟ ਗੈਟ ਅਟੈਕ ਬਾਈ ਦਾ ਖਾਲਸ। ਹੁਣ ਇੱਥੇ ਖਾਲਸ ਵਿਕੇ ਠੀਕ ਹੈ, ਪਿਓਰ ਨਹੀਂ ਕਦੇ ਵੀ ਅਟੈਕ, ਉਹਦੇ 'ਤੇ ਸਵਾਲੀਆ ਨਿਸ਼ਾਨ ਲਾਇਆ ਹੋਇਆ। ਔਰ ਵਾਕਿਆ ਅਸੀਂ ਸਮਝਦੇ ਹਾਂ ਕਿ ਵੀ ਉਹ ਮੈਨੂੰ ਭਾਈ ਸੁਥਰਾ ਯਾਦ ਆਇਆ ਅੱਜ ਕਿ ਬਈ ਕਿਵੇਂ, ਇਹ ਤਾਂ ਸ਼ਾਂਤੀ ਪ੍ਰਸ਼ਾਦ ਨੇ, ਪਰ ਇਹ ਆਪੇ ਹੀ ਡਰੀ ਜਾਂਦੇ ਨੇ, ਆਪੇ ਹੀ ਚੀਕਾਂ ਮਾਰੀ ਜਾਂਦੇ ਨੇ, ਆਪੇ ਹੀ ਰੋਈ ਜਾਂਦੇ ਨੇ, ਆਪੇ ਹੀ ਫਿਰ ਕਹਿੰਦੇ ਮੈਂ ਤਾਂ ਨਹੀਂ ਰੋਂਦਾ, ਅਥਰੂ ਡਿੱਗ ਰਿਹਾ ਨੇ, ਫਿਰ ਕਹਿੰਦੇ ਨੇ ਡਰ ਕੇ ਦੌੜ ਰਹੇ ਨੇ, ਮੈਂ ਤਾਂ ਨਹੀਂ ਡਰਿਆ, ਡਰਾਇਆ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ। ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇੰਗਲ ਡਰਾਈਵ, ਵੇਅਰਸਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਥੇਬੰਦੀ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਨਾਲ ਮੁਲਾਕਾਤ ਕੀਤੀ। ਸਰਕਾਰ ਪੱਖੀ ਅਤੇ ਭੰਬਲ ਭੁੱਸੇ ਵਿੱਚ ਫਸੇ ਕੁਝ ਸਿੱਖ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖਿਲਾਫ਼ ਕਾਰਵਾਈ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ 'ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈ, ਔਰ ਅਸੀਂ ਜਥੇਦਾਰਾਂ ਨੂੰ ਕਿਸੇ ਵੀ ਦਬਾਅ ਵਿੱਚ ਨਾ ਆਉਣ ਦੀ ਅਪੀਲ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਬਹੁਤ ਸਾਰੇ ਵੀਰ ਭੈਣਾਂ ਸਾਡੇ ਨਾਲ ਲਾਈਵ ਚੈਟ ਯੂਟਿਊਬ ਤੇ ਔਰ ਫੇਸਬੁੱਕ ਤੇ ਜੁੜੇ ਨੇ। ਅੱਛਾ, ਕੁਛ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਜ਼ੁਬੇਰ ਯਾਕੂਬ ਜੀ ਕਹਿੰਦੇ ਨੇ ਕਿ ਇਸ ਗੱਲ ਦਾ ਹੁਣ ਤਿਆਰ ਹੈ, ਨਾਓ ਇਟਸ ਅਬਾਊਟ ਟਾਈਮ ਦੈਟ ਐਵਰੀ ਸਿੱਖ ਹੂ ਓਨ ਦੇਸੀ ਰੈਸਟੋਰੈਂਟ ਔਰ ਐਨੀ ਅਦਰ ਦੇਸੀ ਬਿਜ਼ਨਸ, ਦੇ ਮਸਟ ਸਟਾਪ ਸੇਇੰਗ ਇੰਡੀਆ ਔਰ ਇੰਡੀਅਨ, ਐਸਪੈਸ਼ਲੀ ਆਪਣਾ ਬਾਜ਼ਾਰ ਆਫ ਨਿਊਯਾਰਕ, ਬਿਕੋਜ਼ ਦਾ ਓਨਰ ਇਜ਼ ਸਿੱਖ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ, ਇਸ ਤੋਂ ਜੇ ਉਹਨਾਂ ਨੂੰ ਹੈ ਤੇ ਸਾਨੂੰ ਵੀ ਇਹ ਰੱਖਣਾ ਚਾਹੀਦਾ ਵੀ ਆਪਣੇ ਨਾਂ ਨਾਲ ਇੰਡੀਆ। ਈਵਨ ਕਈ ਜਿਹੜੇ ਜਾਣਗੇ ਵੀ ਕਹਿਣਗੇ ਜੀ ਇੰਡੀਆ ਚੱਲੇ। ਮੈਂ ਕਿਹਾ ਚਲੋ, ਪਹਿਲੀ ਗੱਲ ਤਾਂ ਜਾਣਾ ਨਹੀਂ ਚਾਹੀਦਾ, ਜੇ ਜਾਣਾ ਹੀ ਹੈ ਤਾਂ ਉਹਨੂੰ ਕਹੋ ਜੀ ਪੰਜਾਬ ਚੱਲੇ ਜਾਂ ਦੇਸ਼ ਚੱਲੇ, ਇਹ ਇੰਡੀਆ ਦਾ ਜਿਹੜਾ ਛੱਜ ਬੰਨਿਆ ਨਾਲੋਂ ਇਹਨੂੰ ਲਾਓ। ਔਰ ਬਿਲਕੁਲ ਜ਼ੁਬੇਰ ਯਾਕੂਬ ਸਾਹਿਬ ਨੇ ਠੀਕ ਫਰਮਾਇਆ। ਔਰ ਕੇ ਐਸ ਢਿੱਲੋਂ ਕਹਿੰਦੇ ਨੇ ਕਿ ਖਾਲਿਸਤਾਨ ਕਮਿੰਗ ਸੂਨ, ਔਰ ਇਹ ਸਾਰੇ ਦੇ ਨਾਲ ਨਾਲ ਹੁਣ ਇੰਨੇ ਕੁ ਮੈਸੇਜਿਸ ਨੇ, ਔਰ ਮੈਂ ਘੜੀ ਵੱਲ ਵੀ ਦੇਖ ਰਿਹਾ। ਜਸ ਜੀ ਕਹਿੰਦੇ ਨੇ ਟੇਸਟੀ ਫੂਡ ਮੇਡ ਵਿਦ ਲਵਿੰਗ ਹੈਂਡਸ ਇਜ਼ ਮਾਈ ਫੇਵਰੇਟ। ਇਹ ਤਾਂ ਬਿਲਕੁਲ ਪਿਆਰੇ ਹੱਥ ਬਣਾਉਣ, ਔਰ ਜਿਹੜਾ ਦੇਸੀ ਘਿਓ ਜਿਹੜਾ ਉਸ ਦੇ ਵਿੱਚ ਬਣਿਆ ਹੋਏ, ਤਾਂ ਫਿਰ ਉਸਨੂੰ ਕੌਣ ਕਹੇਗਾ ਸਵਾਦ ਨਹੀਂ ਹੈਗਾ। ਔਰ ਸਰੋਇਆ ਜੀ ਜੀ ਐਸ ਕਹਿੰਦੇ ਨੇ ਗੁਰਬਰ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅਸੀਂ ਵੀ ਜ਼ਬਾ ਫਤਿਹ ਜੀ ਦਿੰਦੇ ਹਾਂ। ਜੀਤ ਸਿੰਘ ਕਹਿੰਦੇ ਨੇ ਕਿ ਆਸਟ੍ਰੇਲੀਆ ਵਿੱਚ ਇਹਨਾਂ ਦਾ ਕੌਣ ਹੈ, ਐਵੇਂ ਦਿਲੇ ਜਾਨਵਰ ਹਨ, ਭੁੱਖੇ ਭੁੱਖੇ ਮਰਦੇ ਸਾਰੀ ਦੁਨੀਆ 'ਚ। ਔਰ ਇਹ ਇਸੇ ਤਰ੍ਹਾਂ ਹੋਰ ਵੀ ਸਾਡੇ ਵੀਰਾਂ ਦੇ ਮਿਸਟਰ ਸਰ ਨਰਿੰਦਰ ਸਿੰਘ ਸੇਖੋਂ, ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਬਲਕਾਰ ਸਿੰਘ, ਉਹਨਾਂ ਨੇ ਕਿਹਾ ਜਦੋਂ ਤੱਕ ਪੰਜਾਬ ਦੇ ਲੋਕ ਆਜ਼ਾਦੀ ਲਈ ਬੋਲਦੇ ਨਹੀਂ, ਆਜ਼ਾਦੀ ਲਈ ਖੜੇ ਨਹੀਂ ਹੁੰਦੇ, ਤਦੋਂ ਤੱਕ ਸਿੱਖਾਂ ਦਾ ਕੋਈ ਹੱਲ ਨਹੀਂ ਹੋ ਸਕਦਾ। ਬਲਕਾਰ ਸਿੰਘ ਜੀ, ਪੰਜਾਬ ਨੇ ਤਾਂ ਹਮੇਸ਼ਾ ਹੀ ਜਿੰਨੀਆਂ ਕੁਰਬਾਨੀਆਂ ਨੇ ਬੀਤੇ 'ਚ ਵੀ, ਅੱਜ ਵੀ, ਉਹ ਤਾਂ ਤੁਹਾਨੂੰ ਹਰ ਥਾਂ ਨਜ਼ਰ ਆਉਂਦਾ ਹੈ। ਇਸ ਵੇਲੇ ਸਿਰਫ ਤੇ ਸਿਰਫ ਇੱਕ ਕ੍ਰੈਡੀਬਲ ਲੀਡਰਸ਼ਿਪ, ਜਿਸ ਦੀ ਅਗਵਾਈ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਚੱਲੇ ਔਰ ਕੌਮ ਜਿਹੜੀ ਹੈ ਨਾਲ ਖਲੋਏ। ਸ਼ਰਨ ਕੌਰ ਭੈਣ ਜੀ ਲਿਖਦੇ ਨੇ, ਕਾਰ ਰੈਲੀ ਕਿਹੜੇ ਟਾਈਮ ਤੋਂ ਸ਼ੁਰੂ ਹੋਣੀ ਹੈ ਜੀ? ਸਾਡੇ ਕੋਲ ਅਜੇ ਜਾਣਕਾਰੀ ਨਹੀਂ ਹੈ। ਜਦੋਂ ਸਾਡੇ ਕੋਲ ਜਾਣਕਾਰੀ ਆਈ, ਵੈਸੇ ਬ੍ਰਿਸਬੇਨ ਦੀ ਰੈਫਰੈਂਡਮ ਨੂੰ ਲੈ ਕੇ ਐਡ ਸਾਡੇ ਚੱਲ ਰਹੀ ਹੈ, 19 ਮਾਰਚ ਫਿਕਸ ਹੈ, ਬਟ ਬਿਫੋਰ ਜਿਹੜਾ ਉਹ ਜ਼ਰੂਰ ਕਾਰ ਰੈਲੀ ਦਾ ਹੋਏਗਾ। ਔਰ ਇਸੇ ਤਰ੍ਹਾਂ ਹੁਣ ਮੈਂ ਆਪਣੇ ਟੌਪਿਕ ਵੱਲ ਆਉਂਦਾ। ਦੇਖੋ, ਹਾਲਾਂਕਿ ਅਸੀਂ ਅਜਨਾਲਾ ਇੰਸੀਡੈਂਟ ਤੋਂ ਬਾਅਦ ਲਗਾਤਾਰਤਾ ਨਾਲ ਪ੍ਰੋਗਰਾਮ ਕੀਤੇ, ਔਰ ਕੱਲ੍ਹ ਦਾ ਵੀ ਜਿਹੜਾ ਸਾਡਾ ਸੈਗਮੈਂਟ ਸੀ ਜਿਹਦੇ 'ਚ ਅਸੀਂ ਵਾਰਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਮੁਹੰਮਦ, ਉਹਨਾਂ ਦੀਆਂ ਜਿਹੜੀਆਂ ਨੇ ਸ਼ਾਇਰਾਨਾ ਪ੍ਰੈਜੈਂਟੇਸ਼ਨਸ ਦੇ ਬੇਸ ਦੇ ਉੱਤੇ ਵੀ ਗੱਲ ਕੀਤੀ ਕਿ ਭਾਈ ਕਿਵੇਂ ਪੰਜਾਬ ਦੀ ਜਿਹੜੀ ਆਈਡੈਂਟੀ ਆ ਉਹ ਹਮੇਸ਼ਾ ਸੈਪਰੇਟ ਰਹੀ, ਜੰਗ ਹਿੰਦ ਪੰਜਾਬ, ਔਰ ਵਾਰਸ ਸ਼ਾਹ ਨੇ ਕਿਵੇਂ ਈਵਨ ਹੀਰ ਦੀਆਂ ਅੱਖਾਂ ਦੇ ਸੁਰਮੇ ਨੂੰ ਵੀ
ਕਿਵੇਂ ਬਿਆਨਿਆ ਕਿ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ ਔਰ ਇਹ ਆਪਣੇ ਆਪ ਚ ਵੱਖਰੀ ਆਈਡੈਂਟੀ ਰਹੀ ਬਹੁਤ ਪਸੰਦ ਕੀਤਾ ਗਿਆ ਉਸ ਸੈਗਮੈਂਟ ਨੂੰ ਔਰ ਕਾਫੀ ਉਸ ਦੀ ਸਰਕੂਲੇਸ਼ਨ ਔਰ ਮੈਸੇਜਸ ਵੀ ਮੈਨੂੰ ਉਸ ਦੇ ਉੱਤੇ ਆਏ ਨੇ ਔਰ ਉਹਦੇ ਚ ਅਸੀਂ ਗੱਲ ਇਹੀ ਕੀਤੀ ਸੀ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਆਪਣੇ ਇੰਟਰਵਿਊ ਜਿਹੜੇ ਬੜੇ ਬੇਬਾਕ ਨੇ ਔਰ ਕੁਦਰਤੀ ਕੱਲ ਮੈਂ ਉਹਨਾਂ ਦਾ BBC ਪੰਜਾਬੀ ਦੇ ਉੱਤੇ ਬੜਾ ਉਹ ਮੀਸਣਾ ਜਿਹਾ ਪੰਜਾਬੀ ਹਿੰਦੂ ਜਰਨਲਿਸਟ ਹੈ ਅਰਵਿੰਦ ਛਾਬੜਾ ਬਹੁਤ ਖੂਬਸੂਰਤ ਇੰਟਰਵਿਊ ਔਰ ਤਾਬੜ ਤੋੜ ਜਿਹੜੇ ਨੇ ਜਵਾਬ ਔਰ ਕਲੈਰਿਟੀ ਆਫ ਥਾਟ ਮੈਨੂੰ ਰਸ਼ਕ ਵੀ ਹੋਇਆ ਇਹ ਠੀਕ ਹੈ ਕਈ ਵਾਰ ਅਸੀਂ ਪਿਛਲੇ ਹਫ਼ਤੇ 'ਚ ਪੀਸ ਆਫ ਐਡਵਾਈਸ ਵੀ ਦਿੱਤਾ ਸੀ ਜਿਹਨਾਂ ਗੱਲਾਂ 'ਤੇ ਸਾਨੂੰ ਲੱਗਦਾ ਹੈ ਕਿ ਵੀ ਥੋੜ੍ਹੀ ਬਹੁਤ ਹੋਰ ਕਲੈਰਿਟੀ ਦੇ ਨਾਲ ਜਾਂ ਥੋੜ੍ਹਾ ਸੰਭਲ ਕੇ ਗੱਲ ਹੋਣੀ ਚਾਹੀਦੀ ਹੈ ਪਰ ਸਿਧਾਂਤਕ ਤੌਰ 'ਤੇ ਕੋਈ ਇਹ ਗੱਲ ਨਾ ਕਹਿਣਾ ਜਿਹੜੀ ਸਿਰਫ ਪੱਤਰਕਾਰ ਨੂੰ ਖੁਸ਼ ਕਰਨ ਨੂੰ ਜਾਂ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਸੋ ਉਹਦੇ 'ਚ ਉਹਨਾਂ ਨੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਪੰਜਾਬ ਦੀ ਆਈਡੈਂਟੀ ਔਰ ਇੰਡੀਅਨ ਸਿਟੀਜ਼ਨਸ਼ਿਪ ਨੂੰ ਲੈ ਕੇ ਔਰ ਸਿੱਖ ਕੌਮ ਸਿਧਾਂਤ ਏਜੰਸੀਆਂ ਦੀ ਖੇਡ ਡੀਪ ਸਟੇਟ ਔਰ ਇਹ ਸਾਰੇ ਜਦੋਂ ਤੁਸੀਂ ਦੇਖਦੇ ਹੋ ਕਿ ਇਕੱਲਾ ਇਹ ਨਹੀਂ ਹੈ ਕਿ ਵੀ ਇੱਕ ਜਿਹੜਾ ਉਹ ਫੇਲਡ ਨੈਰੇਟਿਵ ਵਾਂਗ ਆ ਉਹ ਬਿਲਕੁਲ ਤੱਥਾਂ 'ਤੇ ਆਧਾਰਿਤ ਔਰ ਉਹ ਅੱਗੋਂ ਜਿਹੜੇ ਨੇ ਉਹ ਮੀਸਣੇ ਜਿਹਾ ਬਣ ਕੇ ਬੈਠੇ ਰਹਿੰਦੇ ਨੇ ਜੋ ਉਹਨਾਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ ਹੁੰਦਾ ਤਰੇਲੀਆਂ ਆ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਕੋਲ ਉਸ ਦਾ ਕੋਈ ਕਾਊਂਟਰ ਫੋਲੋ ਅਪ ਸਵਾਲ ਹੀ ਨਹੀਂ ਬਚਦਾ ਬਹੁਤ ਵਾਰੀ ਇਹ ਹੁੰਦਾ ਇਹਨਾਂ ਦੀ ਉਲਝਾਉਣ ਦੀ ਲਾਈਨ ਤਾਂ ਹੈ ਰਿਪੋਰਟਿੰਗ ਫਿਰ ਵੀ ਉਹਨਾਂ ਨੇ ਉਸੇ ਅੰਦਾਜ਼ 'ਚ ਹੀ ਕਰਨੀ ਹੈ ਕਿ ਆ ਗਿਆ ਅੰਮ੍ਰਿਤਪਾਲ ਸਿੰਘ ਪੰਜਾਬ 'ਚ ਖਰੂਦ ਪੈ ਗਿਆ ਇੱਕ ਹੋਰ ਪਿੰਡਾਂ ਵਾਲਾ ਲਾ ਐਂਡ ਆਰਡਰ ਲੋਕ ਪੰਜਾਬੀ ਹਿੰਦੂਆਂ ਦਾ ਕੀ ਬਣੇਗਾ ਇੱਧਰ ਕੀ ਹੋਏਗਾ ਉੱਧਰ ਕੀ ਹੋਏਗਾ ਇਸ ਕਿਸਮ ਦਾ ਰੌਲਾ ਉਹੀ ਜਿਹੜੇ ਇੰਟਰਵਿਊ ਕਰਦੇ ਨੇ ਉਹਨਾਂ ਦੇ ਕਿਉਂਕਿ ਅਲਟੀਮੇਟਲੀ ਉਹਨਾਂ ਨੇ ਤਾਂ ਸਟੋਰੀ ਕਰਕੇ ਆਪਣੇ ਐਡੀਟਰ ਦੇ ਡੈਸਕ 'ਤੇ ਭੇਜ ਦੇਣੀ ਹੈ ਬਿਲਕੁਲ ਉਹ ਵੀਡੀਓ ਹੈ ਜਾਂ ਪ੍ਰਿੰਟਿੰਗ ਹੈ ਅੱਗੋਂ ਉਹਨਾਂ ਨੇ ਸਪਿਨ ਦੇਣੀ ਹੈ ਉਹਨਾਂ ਨੇ ਉਹੀ ਸਪਿਨ ਦੇਣੀ ਹੈ ਜਿਵੇਂ ਉਹ ਜਸਪਾਲ ਸਿੰਘ UNI ਲਈ ਕੰਮ ਕਰਦੇ ਰਹੇ ਔਰ ਇੱਕ ਇੰਟਰਵਿਊ 'ਚ ਉਹ ਕਹਿ ਰਹੇ ਸੀ ਕਿ ਵੀ ਸਟੇਟ ਤਾਂ ਪੈਸੇ ਦਿੰਦੀ ਹੈ ਔਰ ਜਿਹੜਾ ਜਰਨਲਿਸਟ ਨੇ ਉਹ ਤਾਂ ਦੋ ਕਦਮ ਅੱਗੇ ਹੋ ਕੇ ਚੱਲਦੇ ਨੇ ਸਟੇਟ ਦੇ ਨੈਰੇਟਿਵ ਨੂੰ ਅੱਗੇ ਤੋਰਨ ਦੇ ਲਈ ਕਿਉਂਕਿ ਆਲਮੋਸਟ ਆਲ ਉਹਨਾਂ ਨੇ ਕਿਹਾ ਦੇ ਆਰ ਪੇਡ ਔਰ ਉਹਨਾਂ ਦੀ ਰੋਟੀ ਰੋਜ਼ੀ ਹੁੰਦੀ ਹੈ ਕਿ ਉਹ ਕਿੰਨੀ ਵੱਧ ਵੱਧ ਕੇ ਉਹਨਾਂ ਨੇ ਕਰਨਾ ਸੋ ਜੇ ਉਹਨਾਂ ਦਾ ਸਾਰਾ ਵਰਤਾਰਾ ਇਸ ਲਾਈਨ ਦੇ ਉੱਤੇ ਚੱਲ ਰਿਹਾ ਤਾਂ ਫਿਰ ਜ਼ਾਹਰ ਹੈ ਕਿ ਉਹ ਇਹ ਵੀ ਦੇਖਦੇ ਨੇ ਕਿ ਕਿਸ ਇਸ਼ੂ ਚੋਂ ਕਿਹੜਾ ਇਸ਼ੂ ਕੱਢਿਆ ਜਾ ਸਕਦਾ ਹੁਣ ਤੁਸੀਂ ਦੇਖੋਗੇ ਕਿ ਕਿਸੇ ਵੀ ਇਹਨਾਂ ਪੱਤਰਕਾਰਾਂ ਚੋਂ ਜਾਂ ਦੂਸਰਿਆਂ ਚੋਂ ਜਾਂ ਕਿਸੇ ਮੀਡੀਆ ਨੇ DGP ਜਾਂ SSP ਜਾਂ ਗੌਰਮੈਂਟ ਦੇ ਅਦਾਰੇ ਉਹਨਾਂ ਨੂੰ ਇਹ ਨਹੀਂ ਪੁੱਛਿਆ ਕਿ ਵੀ ਤੁਸੀਂ ਇਹ ਫੇਕ ਕੇਸ ਕਿਉਂ ਰਜਿਸਟਰ ਕੀਤਾ ਫੇਕ FIR ਬਿਨਾਂ ਪੜਤਾਲ ਕੀਤੇ ਤੁਸੀਂ ਬੰਦਾ ਕਿਵੇਂ ਚੁੱਕਿਆ ਵਿਦਇਨ 24 ਆਵਰਸ ਔਰ ਤੁਹਾਡੇ ਕੋਲ ਕੀ ਹੱਕ ਹੈ ਕਿਸੇ ਨੂੰ ਦੇਸ਼ ਧਰੋਹੀ ਜਾਂ ਦੂਸਰੇ ਕਹਿਣ ਦਾ ਔਰ ਉਹਨੇ ਉਹ ਪੁੱਛ ਰਿਹਾ BBC ਵਾਲਾ ਜੀ ਤੁਹਾਡੇ ਕਿਹਾ ਜਾਂਦਾ ਤੁਸੀਂ ਜਦੋਂ ਕਹਿੰਦੇ ਹੋ ਕਿ ਜੀ ਤੁਸੀਂ ਇੰਡੀਅਨ ਨਹੀਂ ਹੋ ਔਰ ਤੁਸੀਂ ਜਿਹੜਾ ਸਿੱਖ ਰਾਜ ਦੀ ਖਾਲਿਸਤਾਨ ਦੀ ਗੱਲ ਕਰਦੇ ਹੋ ਦੇਸ਼ ਧਰੋਹੀ ਉਹਨੂੰ ਕਿਹਾ ਵੀ ਇਹ ਤਾਂ ਤੁਹਾਡੀ ਦੇਸ਼ ਧਰੋਹ ਜਾਂ ਸੈਡੀਸ਼ਨ ਇਹ ਹੈ ਹੀ ਅੰਗਰੇਜ਼ਾਂ ਦਾ ਦਿੱਤਾ ਕਾਨੂੰਨ ਹੈ ਜਿਹਨੂੰ ਤੁਸੀਂ ਜਿਹੜਾ ਉਹ ਕਰ ਰਹੇ ਹੋ ਕੀ ਤੁਹਾਡਾ ਸੰਵਿਧਾਨ ਹੱਕ ਨਹੀਂ ਦਿੰਦਾ ਹੈ ਵੀ ਅਸੀਂ ਆਪਣੀ ਪੀਸਫੁਲੀ ਗੱਲ ਕਰ ਸਕੀਏ ਫਿਰ ਉਹਨੇ ਕਿਹਾ ਜੀ ਜੇ ਪੀਸਫੁਲੀ ਕੋਈ ਆਊਟ ਆਫ ਕੰਟਰੋਲ ਫਿਰ ਤੁਸੀਂ ਵਾਇਲੈਂਸ ਦੇ ਖਿਲਾਫ ਹੋ ਉਹਨੂੰ ਕਿਹਾ ਜੀ ਪਹਿਲਾਂ ਤੁਸੀਂ ਦੇਖੋ ਵੀ ਤੁਹਾਡੀ ਸਟੇਟ ਜਦੋਂ ਕਿਸੇ ਦੇ ਉੱਤੇ ਜਾ ਕੇ ਘਰ 'ਚ ਛਾਪਾ ਮਾਰ ਕੇ ਸਵੇਰੇ ਕਿਸੇ ਨੂੰ ਉਠਾ ਲੈਂਦੀ ਹੈ ਔਰ ਉਹਨੂੰ ਲੈ ਜਾਂਦੀ ਹੈ ਧੂ ਕੇ ਉਹ ਬਿਨਾਂ ਕਿਸੇ ਸਬੂਤ ਤੇ ਉਹ ਆਪਣੀ ਕੋਈ ਚਾਰਾਜੋਈ ਕਰਦਾ ਉਹਨੂੰ ਤੁਸੀਂ ਵਾਇਲੈਂਸ ਕਹੋਗੇ ਉਹਨੂੰ ਤੁਸੀਂ ਵਾਇਲੈਂਸ ਕਿਉਂਕਿ ਤੁਸੀਂ ਕੀਤੀ ਵਾਇਲੈਂਸ ਉਹਨੇ ਤਾਂ ਆਪਣੀ ਪ੍ਰੋਟੈਕਟਿਵ ਮੈਸ਼ਰ ਲਿਆ ਉਹਨੇ ਕਿਹਾ ਜੀ ਇਹੀ ਗੱਲ ਸਾਨੂੰ 10ਵੇਂ ਪਾਤਸ਼ਾਹ ਨੇ ਸਿਖਾਈ ਹੋਈ ਹੈ ਅਸੀਂ ਸ਼ਸਤਰ ਰੱਖੇ ਹੋਏ ਨੇ ਜਿੰਨੇ ਗੁਰੂ ਨੇ ਕਿਹਾ ਚੁੱਕੇ ਜਾ ਸਕਦੇ ਨੇ ਚੁੱਕੋ ਕਿਉਂਕਿ ਜੇ ਸਟੇਟ ਜਿਹੜੀ ਆ ਉਹ ਵਾਇਲੈਂਸ ਦੇ ਉੱਤੇ ਆਏਗੀ ਜਿਹੜੀ ਕਿ ਉਹ ਕਰਦੀ ਹੈ ਜਦੋਂ ਧੱਕਾ ਕਰਦੀ ਹੈ ਫਿਰ ਸਾਡੇ ਸਾਹਮਣੇ ਹੋਰ ਕੋਈ ਚੋਇਸ ਨਹੀਂ ਹੈ ਔਰ ਉਹ ਅਸੀਂ ਉਹਨੂੰ ਜਾਇਜ਼ ਸੋ ਸਿਧਾਂਤਕ ਕਲੈਰਿਟੀ ਦੇ ਨਾਲ ਫਿਰ ਇਹਨਾਂ ਨੂੰ ਕੁਛ ਨਹੀਂ ਲੱਭਾ ਅਤੇ ਉਹ ਜਿਹੜੇ ਉਸ ਕਿਸਮ ਦੇ ਅੱਧੇ ਜੇ ਡਰੂ ਜਿਹੇ ਹੁੰਦੇ ਨੇ ਅੱਧੇ ਕੁ ਜਿਹਨਾਂ ਨੇ ਅਦਰਵਾਈਜ਼ ਕੁਛ ਨਹੀਂ ਕਰਨਾ ਹੁੰਦਾ ਉਹ ਵਿੱਚੋਂ ਮੀਨ ਮੇਖ ਲੱਭ ਰਹੇ ਹੁੰਦੇ ਨੇ ਧਾਰਮਿਕ ਮਰਜ਼ਾਦਾ ਦੇ ਨਾਂ ਥੱਲੇ ਕਿ ਇਹ ਹੋਇਆ ਉਹ ਸਾਰਿਆਂ ਨੇ ਘੁੰਮ ਘੁੰਮ ਆ ਗਿਆ ਜੀ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਿਉਂ ਲੈ ਕੇ ਗਏ ਫਿਰ ਪਹਿਲਾਂ ਤਾਂ ਇਹ ਸੀ ਜੀ ਧਰਨੇ 'ਚ ਉਹ ਪੁਲਿਸ ਕਹਿ ਰਹੀ ਹੈ ਦੇਖੋ ਉਹਨਾਂ ਦਾ ਵੱਡਾ ਵੀ ਜੀ ਇਹ ਤਾਂ ਇਸ ਲਈ ਕੋਈ ਨਹੀਂ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਆਦਬ ਅਦਾ ਉਹਨੇ ਕਿਹਾ ਫਿਰ ਤੁਸੀਂ ਫੁੱਲ ਬਰਸਾਣੇ ਸੀ ਗੁਰੂ ਗ੍ਰੰਥ ਸਾਹਿਬ ਦੇ ਲਾਠੀ ਚਾਰਜ ਕਿਹਨੇ ਕੀਤਾ ਉੱਥੇ ਉਦੋਂ ਤੁਹਾਨੂੰ ਭੁੱਲ ਗਿਆ ਗੁਰੂ ਗ੍ਰੰਥ ਸਾਹਿਬ ਦਾ ਫਿਰ ਕਿ ਜੀ ਥਾਣੇ 'ਚ ਕਿਉਂ ਗਏ ਕਹਿੰਦੇ ਜੀ ਥਾਣੇ 'ਚ ਤਾਂ ਗੁਰਦੁਆਰੇ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਔਰ ਮੈਨੂੰ ਭਾਈ ਨਰਿੰਦਰ ਸਿੰਘ ਨਾਲ ਗੱਲ ਹੋ ਰਹੀ ਸੀ ਇੱਕ ਦਿਨ ਤੇ ਉਹ ਮੈਨੂੰ ਕਹਿ ਰਹੇ ਸੀ ਜੀ ਜਦੋਂ ਵੀ ਕੋਈ ਚੰਗਾ ਪੁਲਿਸ ਦਾ ਜਿਹੜਾ ਗੁਰਸਿੱਖ ਔਰ ਚੰਗਾ ਕੋਈ ਭਲਾ
SHO ਜਾਂ ਦੂਸਰਾ ਆਂਦਾ ਸੀ ਉਹ ਤਾਂ ਥਾਣੇ 'ਚ ਜਿਹੜਾ ਉਹ ਪਾਠ ਰਖਵਾਉਂਦਾ ਸੀ, ਪਾਠ ਦਾ ਭੋਗ ਵਾਇਆ ਜਾਂਦਾ ਸੀ। ਇਹ ਕੋਈ ਕਿਵੇਂ ਕਹਿ ਸਕਦਾ ਕਿ ਮਹਾਰਾਜ ਦਾ ਸਰੂਪ ਨਹੀਂ ਜਾਣਦਾ? ਪਲੱਸ ਹੋਰ ਬਹੁਤ ਸਾਰੇ ਪ੍ਰੈਸੀਡੈਂਟ ਕੀ ਨੇ ਕੀ ਨਹੀਂ, ਲੇਕਿਨ ਕਿਉਂਕਿ ਇਸ ਸਭ ਦੇ ਮੁੱਦੇ 'ਤੇ ਜਿਹੜੇ ਮਜੀਠੀਆ ਔਰ ਸੁਖਬੀਰ ਬਾਦਲ ਔਰ ਦੂਜੀ ਇਹ ਜਮਾਤ ਹੈ ਜਿਹੜੀ, ਜਿਹਨਾਂ ਨੂੰ ਲੱਗਦਾ ਵੀ ਅਸੀਂ ਕਿਵੇਂ ਵਾਪਸ BJP ਨੂੰ, ਜਿਹੜੀਆਂ ਬਾਹਾਂ ਸਾਡੀਆਂ ਨਾਲੋਂ ਬਾਹਾਂ ਟੁੱਟੀਆਂ ਨੇ, ਉਹ ਕਿਵੇਂ ਅਸੀਂ ਗੱਲ ਨਾਲ ਜਾ ਕੇ ਨਿਬੜੀਏ? ਉਹਨਾਂ ਨੂੰ ਪੋਲੀਟੀਕਲ ਏਜੰਡੇ ਥਰ ਨਸ਼ੇ ਤਾਂ ਖੁਦ ਵੇਚਦੇ ਨੇ। ਔਰ ਤੁਸੀਂ ਇਹ ਦੇਖੋ ਵੀ ਜਿਹੜੇ ਚੈਪਟਰ ਨੂੰ ਅੰਮ੍ਰਿਤਪਾਲ ਸਿੰਘ ਨੇ ਹਾਈਲਾਈਟ ਕੀਤਾ, ਉਹ ਤਾਂ ਦੋ ਹੀ ਮੁੱਦੇ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਸੁੱਟੇ ਨੇ। ਉਹਨੇ ਕਿਹਾ ਵੀ ਆ ਕੇ ਸਾਡੇ ਪਿੰਡਾਂ 'ਚ ਦੇਖ ਲਓ, ਉਹਨੇ ਉਹਨੂੰ BBC ਵਾਲੇ ਨੂੰ ਵੀ ਕਿਹਾ ਵੀ ਇੰਨੇ ਨੌਜਵਾਨ ਜਿਹੜੇ ਨੇ ਉਹ ਪੁਲਿਸ ਮੁਕਾਬਲਿਆਂ 'ਚ ਨਹੀਂ ਮਾਰੇ ਗਏ ਜਦੋਂ 1980-90 ਦਾ ਦੌਰ ਚੱਲਿਆ, ਜਿੰਨੇ ਕਿ ਚਿੱਟੇ ਨਾਲ ਮਰ ਗਏ। ਉਹਨਾਂ ਨੇ ਕਿਹਾ ਜੀ ਕੌਣ, ਔਰ ਵਿਜੇ ਕੁੰਵਰ ਵਿਜੇ ਪ੍ਰਤਾਪ ਜਿਹੜਾ ਖੁਦ DGP ਰਿਹਾ, ਉਹਦੀ ਵੀ ਕੱਲ ਸਟੇਟਮੈਂਟ ਸੀ, ਉਹ ਕਹਿੰਦੇ ਵੀ ਸਭ ਸਟੇਟ ਦੀ, ਜੇ ਸਟੇਟ ਜਾਏ ਤਾਂ 3 ਮਹੀਨੇ ਦੇ ਵਿੱਚ ਜਿਹੜੇ ਨੇ ਉਹ ਨਸ਼ੇ ਖਤਮ ਹੋ ਸਕਦੇ ਨੇ। ਔਰ ਇਹ ਬਿਲਕੁਲ ਡੈਲੀਬਰੇਟਲੀ ਉਹਨਾਂ ਨੇ ਇਹ ਡਰੱਗ ਵਾਰਫੇਅਰ ਜਿਹੜੀ ਹੈ ਲਿਆ ਕੇ ਸੁੱਟੀ, ਪਹਿਲਾਂ ਡਰੱਗਸ ਲਿਆਓ ਉਸ 'ਚੋਂ ਪੈਸੇ ਬਣਾਓ, ਮੁੰਡੇ ਮਾਰੋ, ਫਿਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਗੈਂਗਸਟਰ ਕਹਿ ਕੇ ਉਹਨਾਂ ਨੂੰ ਉਹਦੇ 'ਚ ਵੀ ਸਿੱਖਾਂ ਦੇ ਮੁੰਡੇ ਤੁਸੀਂ ਮਾਰ ਰਹੇ ਹੋ, ਔਰ ਇਹ ਇੱਕ ਜੈਨੋਸਾਈਡ ਜਿਹੜਾ ਉਹ ਇੱਕ ਆਪਣੀ ਕਿਸਮ ਦਾ ਜੈਨੋਸਾਈਡ ਚੱਲ ਰਿਹਾ। ਹੁਣ ਇਸ ਕਿਸਮ ਦੇ ਲੋਕਾਂ ਨੇ, ਕਿਉਂਕਿ ਪੋਲੀਟੀਕਲੀ ਅਕਾਲੀ ਪੋਲੀਟੀਕਲ ਨੈਰੇਟਿਵ ਨੂੰ ਤਾਂ ਨੈਗੇਟ ਨਹੀਂ ਕਰ ਸਕਦੇ, ਧਾਰਮਿਕ ਮਰਿਆਦਾ ਦੇ ਥੱਲੇ ਆ ਗਏ ਕਿ ਜੀ ਅਕਾਲ ਤਖ਼ਤ ਦੇ ਜਥੇਦਾਰ ਐਕਟਿੰਗ ਜਿਹੜਾ ਵਿਚਾਰਾ ਵੈਸੇ ਹੀ ਐਕਟਿੰਗ ਕਰਨ 'ਤੇ ਆ, ਬਈ ਇੰਨੀ ਐਕਟਿੰਗ ਕਰ ਲਈ 2 ਸਾਲ ਹੋ ਗਏ, ਫਿਰ ਵੀ ਪੱਕਾ ਨਹੀਂ ਕੀਤਾ ਉਹਨਾਂ ਨੇ ਵੀ ਪੱਕਾ ਹੀ ਕਰਾ ਲਓ, ਇੰਨੀ ਐਕਟਿੰਗ ਹੀ ਕਰਨੀ ਹੈ। ਹੁਣ ਉਹ ਕਰਤਾ ਜੀ ਇਹ ਦੱਸੋ ਜੀ ਇਹ ਮਰਿਆਦਾ ਹੈ ਨਹੀਂ ਹੈ, ਪ੍ਰੋਟੈਸਟਾਂ 'ਤੇ ਜਾਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਸਰੂਪ ਨਹੀਂ ਜਾਣਾ ਚਾਹੀਦਾ, ਇਹ ਬਲੈਕ ਐਂਡ ਵਾਈਟ ਕਰਨ ਦਾ ਹੱਕ ਕਿਹਨੇ ਕਿਹਨੂੰ ਦਿੱਤਾ? ਔਰ ਉਸ ਥੱਲੇ ਕਾਹਲੀ 'ਚ ਹਰਪ੍ਰੀਤ ਸਿੰਘ ਨੇ ਜਿਹੜੀ ਹੈ ਜੀ ਇਹ 15 ਤਰੀਕ ਤੱਕ ਉਹਦੀ ਰਿਪੋਰਟ ਦਿਓ, 15 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਉਹ ਮੈਂ ਦੇਖ ਰਿਹਾ ਸੀ ਕਮੇਟੀ, ਸ਼੍ਰੋਮਣੀ ਕਮੇਟੀ ਪ੍ਰਧਾਨ, ਦਿੱਲੀ ਕਮੇਟੀ ਪ੍ਰਧਾਨ, ਫਲਾਣਾ ਪ੍ਰਧਾਨ ਨਿਹੰਗ ਜਥੇ ਦਾ, ਫਲਾਣਾ ਢਿਮਕੇ ਦਾ, ਕੋਈ ਡਾਇਸਪੋਰਾ ਦੀ ਰਿਪ੍ਰੈਜੈਂਟੇਸ਼ਨ ਨਹੀਂ, ਕੋਈ ਸਿੱਖ ਸਕਾਲਰਸ ਜਾਂ ਉਹੀ ਜਿਹਨਾਂ ਨੇ ਮੱਖੀ 'ਤੇ ਮੱਖੀ ਮਾਰਨੀ ਹੈ, ਜਿਹਨਾਂ ਨੂੰ ਆਪਣੇ ਘਰ 'ਚ ਕੋਈ ਨਹੀਂ ਪੁੱਛਦਾ ਹੈ। ਦਿੱਲੀ ਕਮੇਟੀ ਵਾਲਿਆਂ ਨੂੰ ਪੁੱਛੋ ਕਿ ਵੀ ਜੋ ਕੁਛ ਉਹ ਕਰ ਰਹੇ ਨੇ ਦਿੱਲੀ 'ਚ BJP ਦੀ ਐਕਸਟੈਂਸ਼ਨ, ਉਹ ਮਰਿਆਦਾ ਲਾਗੂ ਕਰ ਰਹੇ ਨੇ? ਈਵਨ ਇਸ ਮਾਮਲੇ 'ਚ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਜਿਹਨਾਂ ਨੂੰ ਅਦਰਵਾਈਜ਼ ਇਹ ਬੜੇ 5 ਤਖ਼ਤਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਵੀ, ਔਰ ਡਾਇਸਪੋਰਾ 5 ਮਿਲੀਅਨ ਸਿੱਖ ਬਾਹਰ ਰਹਿੰਦੇ ਨੇ, ਬਾਹਰ ਜਿਹੜੀਆਂ ਨੇ ਪ੍ਰੋਪਰ ਗੁਰਦੁਆਰਾ ਕੌਂਸਲਾਂ ਨੇ, ਗੁਰਦੁਆਰਾ ਕਮੇਟੀਆਂ ਨੇ, ਪਾਕਿਸਤਾਨ ਦੇ ਵਿੱਚ ਇੱਕ ਆਫੀਸ਼ੀਅਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਤੁਸੀਂ ਜੇ ਕੋਈ ਇਸ ਕਿਸਮ ਦਾ, ਪਹਿਲਾਂ ਤਾਂ ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਕਿ ਤੁਸੀਂ ਰਿਐਕਸ਼ਨ ਦੇ ਤੌਰ ਦੇ ਉੱਤੇ ਉਸ ਗੱਲ ਨੂੰ ਲਓ? ਪਰ ਅਸੀਂ ਸਮਝ, ਹੁਣ ਅੱਜ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਦਰਬਾਰ ਸਾਹਿਬ ਜਦੋਂ ਗਏ, ਕਿਹਾ ਤਾਂ ਇਹੀ ਜਾ ਰਿਹਾ ਕਿ ਜੀ ਕੈਜੂਅਲ ਮੀਟਿੰਗ ਸੀ, ਔਰ ਉਹਨਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੁਲਾਕਾਤ ਹੋਈ ਕਿ ਉਹਦੇ 'ਚ ਹੋਇਆ ਜਾਂ ਨਹੀਂ ਹੋਇਆ। ਹਾਲਾਂ 1-2 ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਕਿ ਨਹੀਂ ਕੋਈ ਨਿਯਤ ਮੀਟਿੰਗ ਨਹੀਂ ਸੀ, ਅਸੀਂ ਤਾਂ ਵੈਸੇ ਹੀ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਹਰ ਥਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਗਏ, ਔਰ ਇਹੀ ਸਾਡਾ ਹੈ ਵੀ ਜੇ ਸਾਨੂੰ ਫਿਰ ਵੀ ਅਕਾਲ ਤਖ਼ਤ ਜਿਹੜਾ ਉਹ ਕੋਈ ਸਜ਼ਾ ਲਾਉਂਦਾ ਅਸੀਂ ਕਰਾਂਗੇ, ਪਰ ਅਸੀਂ ਭਾਂਡੇ ਨਹੀਂ ਮਾਂਜਣੇ, ਸਾਨੂੰ ਕੋਰੜੇ ਮਾਰੋ। ਹੁਣ ਜੇ ਤੁਸੀਂ ਪਰੰਪਰਾ ਹੀ ਅਕਾਲ ਤਖ਼ਤ ਦੇ ਜਥੇਦਾਰ ਦੀ ਕਰਨੀ ਹੈ, ਤਾਂ ਉਹ ਤਾਂ ਅਕਾਲੀ ਫੂਲਾ ਸਿੰਘ ਨੇ ਤਲਬ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਮੋਰਲ ਟਰਪੀਚੂਡ ਦੇ ਇਸ਼ੂ 'ਤੇ, ਉਹਨੂੰ ਕਿਹਾ ਸੀ ਇਹਦੇ ਕੋਰੜੇ ਮਾਰ। ਉਹ ਯਾਦ ਦਹਾਨੀ ਕਰਵਾ ਰਹੇ ਨੇ ਵੀ ਤੁਸੀਂ ਇਹ ਜਿਹੜਾ ਜੋ ਕੁਛ ਇਹ ਫੜਿਆ ਹੋਇਆ ਡਰਾਮਾ ਜਿਹਾ, ਉਹ ਉਹਨੇ ਬਰਨਾਲੇ ਨੇ ਜਿਹੜੀ ਹੈ ਫੌਜ ਭੇਜੀ 29 ਅਪ੍ਰੈਲ ਖਾਲਿਸਤਾਨ ਡੈਕਲਾਰੇਸ਼ਨ ਤੋਂ ਬਾਅਦ, ਅਤੇ ਜੀ ਉਹ ਭਾਂਡੇ ਮਾਂਜ ਲਏ, ਫਲਾਣਾ ਸੰਤੇ ਨੇ ਜਿਹੜਾ ਨਿਹੰਗ ਜਥੇਬੰਦੀ ਵਾਲੇ ਜਿਹਨਾਂ ਦੇ ਨੁਮਾਇੰਦਿਆਂ ਨੂੰ ਹੁਣ ਉਹ ਕਮੇਟੀਆਂ ਬਣਾ ਰਹੇ ਨੇ, ਉਹਨੇ June 84 ਦੇ ਹਮਲੇ ਤੋਂ ਬਾਅਦ ਸਰਕਾਰੀ ਅਕਾਲ ਤਖ਼ਤ ਬਣਾਇਆ, ਉਹਨੂੰ ਸੱਦ ਕੇ ਭਾਂਡੇ ਮੰਜਵਾ ਲਏ। ਤਾਂ ਉਹਨਾਂ ਨੇ ਕਿਹਾ ਵੀ ਫਿਰ ਠੀਕ ਹੈ, ਫਿਰ ਜੇ ਤੁਸੀਂ ਇਹੀ ਲਾਈਨ, ਇਹ ਪੋਲਾਈਟ ਵੇ ਹੈ ਕਹਿਣ ਦਾ, ਉਹਨੇ ਕਿਹਾ ਜੀ ਫਿਰ ਮੈਨੂੰ ਜਿਹੜਾ ਨਾ ਕੋਰੜੇ ਮਾਰੋ, ਸਜ਼ਾ ਉਹ ਦਿਓ ਜੇ ਮੈਂ ਇਸ ਕਿਸਮ ਦਾ ਕੀਤਾ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜੇ ਇਸ ਕਿਸਮ ਦੇ ਇਸ਼ੂ ਨੇ, ਔਰ ਖਾਸ ਤੌਰ 'ਤੇ ਜਦੋਂ ਕਿ ਸਾਡੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਨਾ ਇਹ ਲੋਕ ਕੈਪੇਬਲ ਨੇ, ਜੇ ਇਹਨਾਂ ਦਾ ਹੀ ਕਹਿਣਾ ਹੋਏ ਕਿ ਭਾਈ ਤੁਸੀਂ ਜਿਹੜੇ ਇਕੱਠੇ ਕੀਤੇ ਨੇ ਕਿ ਜੀ ਅਕਾਲ ਤਖ਼ਤ ਦੇ ਥੱਲੇ 15 ਚੋਂ ਪਹਿਲਾਂ ਇਹ ਦੇਖ ਲਓ ਜਿਹੜੀ ਅਕਾਲ ਤਖ਼ਤ ਦੀ ਮਰਿਆਦਾ, ਜਿਹਨੂੰ ਤੁਸੀਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਕਹਿੰਦੇ ਹੋ, ਕਿੰਨੇ ਗਰੁੱਪ ਨੇ ਜਿਹੜੇ ਉਹਨੂੰ ਮੰਨਦੇ ਨੇ, ਔਰ ਕਿਹਨਾਂ ਦੇ ਨਾਲ ਤੁਸੀਂ, ਕਿਹਨਾਂ ਦੀਆਂ ਨੁਮਾਇੰਦਗੀਆਂ ਦੇ ਥੱਲੇ ਤੁਸੀਂ ਪੰਥ ਦਾ ਫੈਸਲਾ ਕਰੋਗੇ? ਇਹ ਜਿਹੜੇ ਇਸ ਕਿਸਮ ਦੇ ਨੇ, ਜਦੋਂ ਕੌਮਾਂ ਦੇ ਅੰਦਰ
एक ठहराव हुंदे है उन्होंने अपने घर हुंदे ने उदों कुछ मुद्दों के उत्ते जिहड़ा वह विचार हुंदी है ऑलरेडी ज्ञानी हरप्रीत सिंह हालां वो है तो तिलक भी मच्छी वांग है उन्होंने पता है भी किवें निकलना है और असं यही कहना चाहते हैं भी मच्छी वांग निकल जाओ पासे की इस किस्म के किसी भी सिद्धांतक इशू के उत्ते खाम खा अपना सिर ना अड़ायो ना ही कोई इस किस्म का एटीट्यूड रखो ता कि यह लगे कि तुम हो तो एक्टिंग कर रहे बादलों के कहते पर जो फिर कोई बहुत ज्यादा एक्टिंग भी कर लग जाए तो फिर अपने ये भी कहते हैं भी ये बहुतियां कनेडा वाले कहते हैं बहुतियां समार्टियां ना मार सो ये बहुतियां समार्टियां की लड़ नहीं है लड़ नहीं है जी डॉक्टर साहब थोड़ा बहुत बहुत शुक्रिया सो फिर ब्रेक व्यूअर्स तुसन इसे तरह जुड़े रहना मिलते हैं आफ्टर दिस शॉर्ट ब्रेक ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫੋਰ ਅ ਸਮਾਲ ਫੀ ਨੋ ਕੰਟਰੈਕਟ ਨੋ ਰਿਜ਼ਰਵ ਐਂਡ ਨੋ ਹਿਡਨ ਫੀਸ ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410-204-2084 ਅਗੇਨ 410-204-2084 दर्शको ब्रेक तो बाद सब का भरपूर स्वागत है सो व्यूअर्स एंड वेल सैक्शन गलबात कर जा रहे हैं कि भारतीय सुप्रीम कोर्ट के चीफ जस्टिस ने अमेरिकन बार एसोसीएशन कॉन्फ्रेंस नूं संबोधन करदिया किया है कि अज झूठिया खबरों का जमाना है ते एना झूठिया खबर ने सच नूं ढा लिया है सो इन्हां हालातों में सिख कौम ते दूसरियां घट गिनतियां जुडिशरी तो किहड़े इंसाफ की तवक्को कर रही ने सो इस बारे आप गलबात कर जा रहे हैं सो असं चाहवांगे कि तुसीं इसे तरह बने रहना देख सुन लिया लिखने लई तुहाडा सब का बहुत बहुत धन्यवाद देखो असीं अपने फेसबुक ते जिन्हां वीरां भैणां ने कमेंट कीते ने उन्हां नूं भी एक्नोलेज करना चाहुंदे अब्बास भट्ट जी ने गुलाब दा सोहणा फुल भेजिआ बहुत बहुत शुक्रिया भट्ट साहब जगदीप सिंह संधू उन्हां ने तुहानूं मैनूं फतेह बुलाई है दलजीत सिंह होरां ने भी फतेह बुलाई है और उन्होंने आस्ट्रेलिया तों ने वीर दलजीत सिंह उन्होंने लिखिआ डॉक्टर साहब 4 मार्च नूं ही कार रैली है ਜਿਹੜੇ ਭੈਣ ਜੀ ਸ਼ਰਨ ਕੌਰ ਜੀ ਨੇ ਸ਼ਾਇਦ ਪੁੱਛਿਆ ਸੀ ਸੋ 4 ਮਾਰਚ ਨੂੰ ਕਾਰ ਰੈਲੀ ਹੈ ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ ਹਰਜਿੰਦਰ ਗਿੱਲ ਭੈਣ ਜੀ ਕੁਲਦੀਪ ਕੌਰ ਕਹਿੰਦੇ ਨੇ ਟਰੂ ਔਰ ਸਿੰਘ ਹਰਮਿੰਦਰ ਉਹਨਾਂ ਨੇ ਸਾਰੇ TV84 ਦੇਖ ਰਹੇ ਵੀਰਾਂ ਭੈਣਾਂ ਨੂੰ ਵੀ ਫਤਿਹ ਬੁਲਾਈ ਹੈ ਔਰ ਇਹ ਜਿਹੜਾ ਫਿਰ ਦਲਜੀਤ ਸਿੰਘ ਉਹਨਾਂ ਨੇ ਲਿਖਿਆ ਕਿ ਬ੍ਰਿਸਬੇਨ ਟਾਈਮ 12 PM ਹੈ ਜਿਹੜਾ ਰੈਲੀ ਦਾ ਬਲਪ੍ਰੀਤ ਕੌਰ ਸਨ ਜੁੱਤੀਆਂ ਖਾਣਗੇ ਐਂਡ ਮੁੱਕੇ ਵਾਕਿਆ ਹੁਣ ਜੁੱਤੀ ਤਾਂ ਨੀ ਲਵਾ ਕੇ ਜਾਂਦੇ ਹਾਂ ਇਹ ਮੁੱਕੇ ਦੀ ਮੈਂ ਗੱਲ ਕੀਤੀ ਸੀ ਜੁੱਤੀਆਂ ਭੁੱਲ ਗਿਆ ਸੀ ਬਿਲਕੁਲ ਠੀਕ ਹੈ ਵੀ ਵੈਸੇ ਜੁੱਤੀਆਂ ਦੇ ਹੱਕਦਾਰ ਹੀ ਨੇ ਵੈਸੇ ਜੁੱਤੀਆਂ ਵੀ 99 ਤੱਕ ਪਹੁੰਚ ਕੇ ਗਿਣਤੀ ਭੁੱਲ ਜਾਓ ਫਿਰ 1-2 ਸ਼ੁਰੂ ਕਰੋ 100 ਨਾ ਪੂਰਾ ਹੋਣ ਦਾ ਗੁਰਸਿੱਖ ਢਿੱਲੋਂ ਖਾਲਿਸਤਾਨ ਜ਼ਿੰਦਾਬਾਦ ਕੁਲਵਿੰਦਰ ਸਿੰਘ ਉਹਨਾਂ ਨੇ ਕਿਹਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ ਜਗਦੀਪ ਸਿੰਘ ਗਰੇਵਾਲ ਨਿਰਮਲ ਸਿੰਘ ਢਿੱਲੋਂ ਦਲਜੀਤ ਸਿੰਘ ਹੋਰਾਂ ਨੇ ਫਿਰ ਪੂਰਾ ਵੇਰਵਾ ਦਿੱਤਾ ਹੈ ਖਾਲਿਸਤਾਨ ਬ੍ਰਿਸਬੇਨ ਰੈਲੀ ਕਾਰ ਟਰੱਕ ਰੈਲੀ ਟਰੱਕ ਵੀ ਹੋਣਗੇ ਉਹਦੇ 'ਚ 12-4 ਬ੍ਰਿਸਬੇਨ ਸਿੱਖ ਟੈਂਪਲ ਤੋਂ ਸਟਾਰਟ ਹੋਏਗੀ ਔਰ ਫਿਰ ਉਹਦਾ ਪੂਰਾ ਰਾਊਟ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਵੇਰਵੇ ਦੇ ਨਾਲ ਵੀ ਗੱਲ ਕਰਾਂਗੇ ਔਰ ਜਸਬੀਰ ਸਿੰਘ ਹੋਰ ਕਹਿੰਦੇ ਨੇ ਪਾਕਿਸਤਾਨ ਐਂਡ ਖਾਲਿਸਤਾਨ 2 ਬ੍ਰਦਰਸ ਗੋਇੰਗ ਟੂ ਵਰਕ ਟੁਗੈਦਰ ਬਿਲਕੁਲ ਕੋਈ ਸ਼ੱਕ ਨਹੀਂ ਹੈ ਹੁਣ ਗੱਲ ਇਹ ਹੈ ਕਿ ਵੀ ਜਦੋਂ ਚੌਂਕੀਦਾਰ ਜਿਹੜਾ ਉਹ ਇਹ ਕਹੇ ਕਿ ਜੀ ਮੈਂ ਤਾਂ ਕੋਈ ਤੁਹਾਡੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਹੈ ਰੱਬ ਅੱਗੇ ਹੀ ਦੁਆ ਕਰੋ ਕਿ ਰੱਬ ਤੁਹਾਨੂੰ ਸੁਰੱਖਿਅਤ ਕਰੇ ਮੈਂ ਜਿਹੜਾ ਉਹ ਤੁਹਾਨੂੰ ਨਹੀਂ ਡਿਫੈਂਡ ਕਰ ਸਕਦਾ ਹੁਣ ਹਾਲਾਤ ਬਿਲਕੁਲ ਭਾਰਤ ਦੇ ਵਿੱਚ ਇਹੀ ਬਣੇ ਹੋਏ ਨੇ ਹੁਣ ਜਦੋਂ ਐਗਜ਼ੈਕਟਿਵ ਜਾਂ ਲੈਜਿਸਲੇਚਰ ਧੱਕਾ ਕਰਦੀ ਹੈ ਤੁਸੀਂ ਜੁਡੀਸ਼ਰੀ ਦੇ ਜਾਂਦੇ ਹੋ ਬਿਲਕੁਲ ਜੁਡੀਸ਼ਰੀ 'ਚ ਸੁਪਰੀਮ ਕੋਰਟ ਭਾਰਤ ਦਾ ਸਭ ਤੋਂ ਵੱਡਾ ਕੋਰਟ ਹੈ ਹੁਣ ਕੱਲ੍ਹ ਅਮੈਰੀਕਨ ਬਾਰ ਐਸੋਸੀਏਸ਼ਨ ਦੀ ਜਿਹੜੀ ਹੈ ਇੰਡੀਆ ਕਾਨਫਰੰਸ 2023 ਜਿਹਨੂੰ ਪ੍ਰਿਜ਼ਾਈਡ ਕੀਤਾ ਹੈ ਇੰਡੀਅਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਚੰਦਰਾਚੂੜ ਨੇ ਔਰ ਜੋ ਗੱਲਾਂ ਉਹਨਾਂ ਨੇ ਉਹਦੇ 'ਚ ਕਹੀਆਂ ਔਰ ਉਹਨਾਂ ਦੇ ਆਪਣੇ ਮੀਡੀਆ PTI ਦੀ ਨਿਊਜ਼ ਉਸ ਦੇ ਉੱਤੇ ਹੈਡਲਾਈਨ ਇਹ ਹੈ ਟਰੂਥ ਹੈਜ਼ ਬਿਕਮ ਵਿਕਟਿਮ ਇਨ ਏਜ ਆਫ ਫਾਲਸ ਨਿਊਜ਼ ਕਿ ਜ਼ਮਾਨਾ ਹੀ ਝੂਠੀਆਂ ਖਬਰਾਂ ਦਾ ਹੈ ਔਰ ਜਿਹੜੀ ਕੈਜੂਐਲਟੀ ਹੈ ਉਹ ਤਾਂ ਸੱਚ ਦੀ ਹੈ ਔਰ ਇਹ ਲੰਬੀ ਚੌੜੀ ਖਬਰ ਹੈ ਉਹਦੇ 'ਚ ਉਹਨਾਂ ਨੇ
ਕਿਹਾ ਕਿ ਭਾਈ ਇਹ ਕਿਉਂਕਿ ਅੱਜ ਸੋਸ਼ਲ ਮੀਡੀਆ ਵੀ ਆ ਗਿਆ, ਉਹਨੇ ਇਵੇਂ ਸਪਰੈਡ ਕੀਤਾ ਸਮਥਿੰਗ ਵਿਚ ਇਜ਼ ਸੈਡ ਐਜ਼ ਏ ਸੀਡ ਜਰਮੀਨੇਟਸ ਇਨ ਟੂ ਵਰਚੁਅਲੀ ਏ ਹੋਲ ਥਿਊਰੀ ਦੈਟ ਕੈਨ ਨੈਵਰ ਬੀ ਟੈਸਟਡ ਔਨ ਦਾ ਐਨਵਿਲ ਆਫ ਰੈਸ਼ਨਲ ਸਾਇੰਸ, ਕਿ ਉਹ ਜਿਹਨੂੰ ਕਹਿੰਦੇ ਨੇ ਰਾਈ ਦਾ ਪਹਾੜ ਬਣਾਉਣਾ ਹੁਣ ਉਹਨਾਂ ਸਾਰਿਆਂ ਦੇ ਥੱਲੇ। ਔਰ ਇਹ ਗੱਲ ਚੰਦਰਚੂੜ ਜਿਹੜਾ ਹੈ ਉਹਨਾਂ ਕੁਛ ਜੱਜਾਂ ਸ਼ਾਮਿਲ ਸੀ ਜਿਹਨੇ ਇਹਨਾਂ ਦੇ ਖਿਲਾਫ਼ ਵਿਦਰੋਹ ਦਾ ਝੰਡਾ ਚੁੱਕਿਆ ਸੀ। ਔਰ ਹਾਲਾਂ ਬਾਅਦ 'ਚ ਵੱਖਰੀ ਕਹਾਣੀ ਹੈ ਕਿ ਰੰਜਨ ਗੋਗੋਈ ਨੂੰ ਕਿਵੇਂ ਉਹਨਾਂ ਨੇ ਬਲੈਕਮੇਲ ਕੀਤਾ ਔਰ ਬਾਬਰੀ ਮਸੀਤ ਨੂੰ ਮੰਦਰ ਬਣਵਾ ਲਿਆ। ਪਰ ਇਸ ਦੇ ਇਹ ਵੀ ਜਿਵੇਂ ਹੁਣ ਇਲੈਕਸ਼ਨ ਕਮਿਸ਼ਨ ਇੰਡੀਆ ਦਾ ਹੈ ਉਹਦੇ 'ਤੇ ਕੱਲ੍ਹ ਫੈਸਲਾ ਦਿੱਤਾ ਕਿ ਭਾਈ ਇਹ ਇਕੱਲਾ ਹੱਕ ਸਰਕਾਰ ਨੂੰ ਹੱਕ ਨਹੀਂ ਹੈ, ਉਹਦੇ 'ਚ ਓਪੋਜੀਸ਼ਨ ਲੀਡਰ। ਸੋ ਕਈ ਵਾਰ ਤੁਸੀਂ ਵਿਦ ਇਨ ਚੇਅਰ ਦੇ ਹੁੰਦਿਆਂ ਵੀ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋ। ਔਰ ਜਦੋਂ ਚੰਦਰਚੂੜ ਇਹ ਕਹਿ ਰਿਹਾ ਕਿ ਭਾਈ ਇੱਥੇ ਤਾਂ ਫਾਲਸ ਨਿਊਜ਼ 'ਤੇ ਹੀ ਟਰੂਥ ਫੈਕਟਰ ਬਣਨਾ, ਮਤਲਬ ਇਹ ਹੈ ਕਿ ਵੀ ਅਸੀਂ ਤਾਂ ਉਹ ਸਾਰੇ 'ਚ ਘਿਰੇ ਹੋਏ ਹਾਂ ਜਿਹਦੇ 'ਚ ਅਸੀਂ ਕਿਸੇ ਨੂੰ ਜਸਟਿਸ ਨਹੀਂ ਦੇ ਸਕਦੇ। ਔਰ ਉਸੇ ਪੀਰੀਅਡ 'ਚ ਇਹ ਖਬਰ ਹੈ ਹਾਥਰਸ ਯੂਪੀ ਦੇ ਵਿੱਚ ਉਹ ਵਾਕਿਆ ਜਿੱਥੇ ਇੱਕ ਦਲਿਤ ਬੱਚੀ ਜਿਹਦੇ ਨਾਲ ਉਸੇ ਹੀ ਪਿੰਡ ਦੇ ਚਾਰ ਉੱਚ ਜਾਤੀ ਨੌਜਵਾਨਾਂ ਨੇ ਜਿਹੜਾ ਉਹ ਜਬਰਜਨਾ ਕਰਕੇ ਉਹਦਾ ਮਰਡਰ ਕੀਤਾ ਦਲਿਤ ਬੱਚੀ ਨਾਲ। ਰੌਲਾ ਪਿਆ ਔਰ ਲੋਕ ਦੌੜੇ, ਓਪੋਜੀਸ਼ਨ ਲੀਡਰ ਰੋਕ ਦਿੱਤੇ ਗਏ। ਕੇਰਲਾ ਦਾ ਇੱਕ ਵਿਚਾਰਾ ਜਰਨਲਿਸਟ ਜਿਹੜਾ ਉਹਦਾ ਨਾਂ ਸੀ ਸਦੀਕੀ ਕਪਨ, ਉਹ ਜਿਹੜਾ ਹਾਥਰਸ ਇੰਸੀਡੈਂਟ ਨੂੰ ਕਵਰ ਕਰਨ ਆਇਆ ਉਹਨੂੰ ਰਾਹ 'ਚ ਰੋਕ ਕੇ ਉਹਨੂੰ ਕਿਹਾ ਜੀ ਤੂੰ ਤਾਂ ਪੀਪਲਸ ਫਰੰਟ ਆਫ ਇੰਡੀਆ ਜਥੇਬੰਦੀ ਦਾ। ਉਹ 2 ਸਾਲ ਬਾਅਦ ਉਹਦੀ ਜ਼ਮਾਨਤ ਹੋਈ। ਫਿਰ ਇਕੱਲਾ ਇਹੀ ਨਹੀਂ ਕਿ ਹਾਥਰਸ ਦੀ ਇਸ ਦਲਿਤ ਬੱਚੀ ਨੂੰ ਉਹਦਾ ਪ੍ਰੋਪਰ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ ਕਿਉਂਕਿ ਸਾਰਾ ਐਡਮਿਨਿਸਟ੍ਰੇਸ਼ਨ ਨਾਲ ਰਲਿਆ ਹੁੰਦਾ। ਔਰ ਅੱਧੀ ਰਾਤ ਨੂੰ ਜਿਹੜਾ ਉਹਨੂੰ ਸਾੜ ਦਿੱਤਾ ਗਿਆ, ਉਹ ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ਼, ਤਾਂ ਕਿ ਕੋਈ ਨਾ, ਬਹੁਤ ਐਜੀਟੇਸ਼ਨ ਚੱਲੀ, ਬਹੁਤ ਰੌਲਾ ਪਿਆ, ਜਸਟਿਸ ਇਨਸਾਫ਼ ਦੂਜੇ ਤੀਜੇ। ਹੁਣ ਅੱਜ ਖਬਰ ਹੈ ਕਿ ਉਹ ਫੈਸਲਾ ਜੱਜ ਨੇ ਸੁਣਾ ਦਿੱਤਾ, ਤਿੰਨਾਂ ਨੂੰ ਬਿਲਕੁਲ ਬਰੀ ਕਰਤਾ। ਔਰ ਇਹ ਕਿਹਾ ਕਿ ਜੀ ਉਹਦਾ ਤਾਂ ਹੋਇਆ ਹੀ ਨਹੀਂ ਜ਼ਬਰ ਜਨਾਹ, ਹਾਂ ਚੌਥਾ ਜਿਹੜਾ ਉਹਨੂੰ ਕੀਤਾ। ਔਰ ਉਹਨਾਂ ਦੇ ਘਰ ਵਾਲੇ ਕਹਿ ਰਹੇ ਨੇ ਫਾਈਟ ਫਾਰ ਜਸਟਿਸ ਵਿਲ ਗੋ ਔਨ ਸੇਜ਼ ਹਾਥਰਸ ਵਿਕਟਮਸ ਫੈਮਿਲੀ ਆਫਟਰ ਕੋਰਟ ਕਨਵਿਕਟਸ ਕੀ ਐਕਿਊਜ਼ਡ ਐਕਵਿਟਸ 3। ਤਿੰਨ ਜਿਹੜੇ ਛੱਡ ਦਿੱਤੇ ਔਰ ਜਿਹਨੂੰ ਮੰਨਿਆ ਵੀ ਉਹਨੂੰ ਵੀ ਉਹਨਾਂ ਨੇ ਡੈਥ ਸੈਂਟੈਂਸ ਨਹੀਂ ਦੇ, ਉਹਨਾਂ ਨੇ ਕਿਹਾ ਜੀ ਇਹ ਪ੍ਰੂਵ ਨਹੀਂ ਹੋਇਆ ਕਿਉਂਕਿ ਇਹ ਮਰਡਰ ਵੀ ਨਹੀਂ ਕੋਈ, 7 ਦਿਨ ਉੱਥੇ ਹੀ ਰਿਹਾ ਬੰਦਾ, ਇਹ ਲਾਈਫ ਇੰਪ੍ਰਿਜ਼ਨਮੈਂਟ ਕੀਤਾ, ਉਹ ਵੀ ਉੱਪਰਲੇ ਕੋਰਟ 'ਚ ਜਾ ਕੇ ਖਤਮ ਹੋ ਜਾਏਗੀ। ਸੋ ਇਸ ਲੈਵਲ ਦਾ ਕੇਸ, ਹਾਥਰਸ ਕੇਸ ਇੰਟਰਨੈਸ਼ਨਲੀ ਕੋਰਟ ਹੋਇਆ ਔਰ ਉੱਥੇ ਕਿੰਨੀ ਐਜੀਟੇਸ਼ਨ, ਕਿੰਨੇ ਹਜ਼ਾਰਾਂ ਲੋਕ ਪ੍ਰੋਟੈਸਟ, ਇਹ ਵੋ, ਅਤੇ ਇਨ ਦਾ ਐਂਡ ਅਸੀਂ ਤਾਂ ਨਵੰਬਰ 84 ਦੇ ਜਸਟਿਸ ਦੀ ਗੱਲ ਕਰਦੇ ਹਾਂ, 2002 ਦੇ ਵਿੱਚ ਕੀ ਹੋਇਆ ਗੁਜਰਾਤ ਦੇ ਵਿੱਚ ਉਸ ਦੀ ਗੱਲ ਕਰਦੇ ਹਾਂ। ਪਰ ਇਹ ਕੇਸ ਜਿਹੜਾ ਪਬਲਿਕ ਆਈ 'ਚ ਔਰ ਹੁਣੇ ਹੀ ਅਜੇ ਮੇਰਾ ਖਿਆਲ ਹੈ 1.5 ਸਾਲ ਹੈ, ਪੋਸਟ ਕੋਵਿਡ ਦਾ ਹੀ ਕੇਸ ਹੈ ਕਿ ਕਿਸ ਲੈਵਲ ਦਾ ਸੀ ਔਰ ਕਿੱਥੇ ਕੁ ਜਸਟਿਸ ਹੈ। ਔਰ ਇਹ ਇਕੱਲਾ ਇਹੀ ਨਹੀਂ ਕਿ ਫਾਲਸ ਨਿਊਜ਼ ਇੰਨੀਆਂ ਕੁ ਘੁੰਮੀਆਂ ਹੋਈਆਂ ਨੇ ਕਿ ਟਰੂਥ ਇਜ਼ ਦਾ ਕੈਜੂਐਲਿਟੀ, ਇਨ ਫੈਕਟ ਸਿਸਟਮ ਦੇ ਸਾਰੇ ਹੀ ਜਿਹੜੇ ਫਰੰਟ ਨੇ ਉਹਨਾਂ ਦੇ ਉੱਤੇ ਹਿੰਦੂ ਤਵੀ। ਔਰ ਦੇਖੋ ਗੱਲ, ਜਦੋਂ ਅਸੀਂ ਦਇਆ ਦੀ, ਅਦਲ ਜਿਹੜਾ ਹੈ, ਜਦੋਂ ਵੀ ਕੋਈ ਇਨਸਾਫ ਲੈਣ ਲਈ ਜਿਹੜਾ, ਜਦੋਂ ਕੋਈ, ਜਦੋਂ ਬਾਦਸ਼ਾਹਾਂ ਦਾ ਸਿਸਟਮ ਵੀ ਸੀ, ਮੋਨਾਰਕੀਜ਼ ਵੀ ਸੀ, ਅਤੇ ਉਹ ਪਹਿਲਾਂ ਇਹੀ ਆਵਾਜ਼ ਚੁੱਕਦੇ ਸੀ ਕਿ ਭਾਈ ਅਦਲ ਅਦਲ, ਜਸਟਿਸ ਜਸਟਿਸ ਜਸਟਿਸ, ਅਤੇ ਜੇ ਉਹਦੇ 'ਚ ਕੋਈ ਐਕਸਟ੍ਰੀਮ ਪਨਿਸ਼ਮੈਂਟ ਫਿਰ ਰਹਿਮ ਰਹਿਮ ਰਹਿਮ। ਹੁਣ ਕਿਉਂਕਿ ਰੱਬ ਨੂੰ ਵੀ ਜਦੋਂ ਅਸੀਂ ਰੱਬ ਦਾ ਇੱਕ ਵੱਡਾ ਗੁਣ, ਜਿਸ ਜਿਹੜੇ ਜਦੋਂ ਰੱਬ ਦੇ ਗੁਣ ਬਿਆਨੇ ਜਾਂਦੇ ਨੇ, ਉਹਨਾਂ ਦੇ ਵਿੱਚ ਤਾਂ ਇਹੀ ਹੈ ਕਿ ਰੱਬ ਅਦਲ ਕਰਨ ਵਾਲਾ। ਇਸ ਲਈ ਜੇ ਉਸ ਦੁਨੀਆਂ ਦੇ ਵਿੱਚ ਕਿਸੇ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਤੁਸੀਂ ਜਿੱਥੇ ਸੇਫਟੀ ਸਿਕਿਉਰਿਟੀ ਕਿਸੇ ਵੀ ਸ਼ਹਿਰੀ ਦੀ, ਉਹ ਸਟੇਟ ਦਾ ਕੰਮ ਹੈ ਆਪਣੇ ਸਿਟੀਜ਼ਨ ਨੂੰ ਸੇਫ ਕਰਨਾ, ਸਿਕਿਉਰਿਟੀ ਦੇਣਾ, ਨਾਲ ਸਭ ਤੋਂ ਵੱਡਾ ਹੁੰਦਾ ਅਦਲ, ਜਸਟਿਸ ਦੇਣਾ, ਇਨਸਾਫ਼ ਦੇਣਾ। ਅਤੇ ਜਿੱਥੇ ਜਸਟਿਸ ਦੇਣ ਵਾਲੇ ਜਿਹੜੇ ਨੇ ਉਹ ਕਾਤਲਾਂ ਦੇ ਸਾਥੀ ਹੋਣ ਔਰ ਉਸ 'ਚੋਂ ਬਚ ਨਿਕਲਣ, ਅਤੇ ਉਹ ਫਿਰ ਥਾਂ, ਉਹ ਸਟੇਟ ਰਹਿਣ ਦੇ ਕਾਬਲ ਨਹੀਂ ਹੁੰਦੀ। ਉਸ ਦਾ ਫਿਰ ਜਿਹੜਾ ਉਹ ਭੋਗ ਪਾਇਆ ਜਾਂਦਾ, ਉਹਨੂੰ ਡਿਸਟਰੋਏ ਕੀਤਾ ਜਾਂਦਾ। ਔਰ ਇਹੀ ਜਿੱਥੇ ਨਿਆਂ ਹੀ ਨਹੀਂ ਹੈ, ਔਰ ਇਹ ਹੁਣ ਬੱਚੀ ਜਿਹੜੀ ਹੈ 13-14 ਸਾਲ ਦੀ, ਇੱਕ ਗਰੀਬ ਦਲਿਤ ਪਰਿਵਾਰ ਦੀ, ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖਾਂ ਨਾਲ ਕੀ ਹੋ ਰਿਹਾ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਦਲਿਤਾਂ ਦੇ ਖਿਲਾਫ਼ ਜਦੋਂ ਦਾ, ਖਾਸ ਤੌਰ 'ਤੇ 2014 ਤੋਂ ਮੋਦੀ ਦੀ ਹਕੂਮਤ ਆਈ ਹੈ, ਯੂਪੀ ਦੇ ਵਿੱਚ ਉਹੀ ਗੁੰਡਾ ਆਦਿੱਤਿਆ ਨਾਥ ਯੋਗੀ,
ਬੁਲਡੋਜ਼ਰ ਚਲਾ ਕੇ ਮੁਸਲਮਾਨਾਂ ਦੇ ਘਰਾਂ ਦੇ ਘਰ, ਉਹਨਾਂ ਦੀਆਂ ਪ੍ਰੋਪਰਟੀਜ਼, ਉਹਨਾਂ ਦੀਆਂ ਬਿਜ਼ਨੈਸਿਸ, ਉਹਨਾਂ ਨੂੰ ਡਿਸਟਰੋਏ ਕੀਤਾ ਜਾ ਰਿਹਾ ਔਰ ਕਿਸੇ ਦੀ ਆਵਾਜ਼ ਨਹੀਂ ਹੈ। ਔਰ ਚਾਰ ਚਫੇਰੇ ਜਿਹੜਾ ਰੌਲਾ ਹੈ, ਹਿੰਦੂ ਰਾਸ਼ਟਰ ਔਰ ਝੂਠ, G20 ਦੀ ਮੀਟਿੰਗ ਚੱਲ ਰਹੀ, ਬੜੇ ਬੜੇ ਇਸ਼ਤਿਹਾਰ ਕੇ ਜੀ ਵਰਲਡ ਗੁਰੂ ਬਣ ਗਿਆ, ਵਿਸ਼ਵ ਗੁਰੂ ਭਾਰਤ ਬਣ ਗਿਆ, ਦੇਖੋ ਮੋਦੀ ਇੰਟਰਨੈਸ਼ਨਲ ਲੀਡਰ ਬਣ ਗਿਆ, ਪਰ ਇਨ ਦਾ ਐਂਡ ਜੋ ਹਾਲਾਤ ਉੱਥੇ ਚੱਲ ਰਹੇ ਨੇ ਔਰ ਦਲਿਤਾਂ ਦੇ ਹਵਾਲੇ ਨਾਲ, ਤਾਂ ਜਦੋਂ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਲਿਖੀ ਸੀ ਬਾਂਗੇ ਦਰਾ 'ਚ, ਤਾਂ ਉਹਨਾਂ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ ਲੀਏ ਹਿੰਦੁਸਤਾਨ ਗਮ ਖਾਨਾ ਹੈ, ਦਰਦ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ। ਕਿ ਇਨਸਾਨੀ ਦਰਦ ਕੀ ਹੁੰਦਾ ਇਸ ਬਸਤੀ ਦੇ ਲੋਕਾਂ ਨੂੰ, ਕਿਉਂਕਿ ਬ੍ਰਾਹਮਣ ਜਿਹਦੇ ਜਿਹੜਾ ਸਮਾਜ ਦੇ ਉੱਤੇ ਡੰਡੇ ਤੇ ਬੈਠ ਕੇ ਕੰਟਰੋਲ ਕਰਦਾ ਚਾਰ ਵਰਨਾਂ ਦਾ, ਉਸ ਦਾ ਤਾਂ ਕਰੈਕਟਰ ਇਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਡਿਸਕ੍ਰਾਈਬ ਕੀਤਾ। ਔਰ ਸਿੱਖ ਰੋਜ਼ਾਨਾ ਆਸਾ ਦੀ ਵਾਰ 'ਚ ਪੜ੍ਹਦੇ ਨੇ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਦੇ ਮੱਥੇ 'ਤੇ ਟਿੱਕਾ ਹੈ, ਕਖਾਈ ਸਟਾਈਲ ਦੀ ਧੋਤੀ ਹੈ, ਇਹਦੇ ਹੱਥ 'ਚ ਛੁਰੀ ਹੈ, ਇਹ ਬੁੱਚਰ ਆਫ ਦਾ ਵਰਲਡ ਹੈ। ਹੁਣ ਜਦੋਂ ਬੁੱਚੜ ਦੇ ਵਾ ਆਮ ਜਦੋਂ ਹੁੰਦਾ ਸੀ, ਕਹਿੰਦੇ ਸੀ ਕੀ ਹੈ ਜੀ, ਕਸਾਈਆਂ ਦੇ ਵੱਸ ਪੈ ਗਏ, ਔਰ ਇਹਨਾਂ ਤੋਂ ਵੱਡੇ ਹੋਰ ਕੌਣ ਕਸਾਈ ਨੇ, ਇਹ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ, OBC ਹੋਣ, ਟ੍ਰਾਈਬਲਸ ਹੋਣ, ਜਦੋਂ ਤੱਕ ਇਸ ਬੁੱਚੜ ਦਾ ਅੰਤ ਨਹੀਂ ਹੁੰਦਾ, ਇਸ ਕਸਾਈ ਦਾ ਜਿਹੜਾ ਰਾਜ ਹੈ ਇਸ ਨੂੰ ਖਤਮ ਨਹੀਂ ਕੀਤਾ ਜਾਂਦਾ, ਸਾਊਥ ਏਸ਼ੀਆ ਦੇ ਵਿੱਚ ਅਮਨ, ਅਮਾਨ, ਪ੍ਰੋਸਪੈਰਿਟੀ, ਇਨਸਾਨੀ ਕਦਰਾਂ ਕੀਮਤਾਂ, ਮਨੁੱਖੀ ਹੱਕ, ਹਿਊਮਨ ਰਾਈਟਸ, ਲਫ਼ਜ਼ ਜਿਹੜੀ ਮਰਜ਼ੀ ਜ਼ਬਾਨ 'ਚ ਕਰ ਲਓ, ਇਨ ਦਾ ਐਂਡ ਜਿਹੜਾ ਉਹ ਹਾਸਲ ਨਹੀਂ ਹੋ ਸਕਣੇ। ਇਹੀ ਇਨ ਦਾ ਐਂਡ ਇੱਕੋ ਇੱਕ ਹੱਲ ਹੈ ਕਿ ਇਹ ਜਿਹੜਾ ਸੈਂਟਰਲਾਈਜ਼ਡ ਹੈਜੇਮੋਨਿਕ ਗਲਬੇ ਵਾਲਾ ਦਿੱਲੀ ਦਾ ਬ੍ਰਾਹਮਣਵਾਦ ਦਾ ਐਮਪਾਇਰ ਹੈ, ਇਸ ਨੂੰ ਤਾਰ ਤਾਰ ਕਰਕੇ ਉਸੇ ਹੀ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਸੁੱਟੋ, ਔਰ ਉਸ ਧਰਤੀ ਦੇ ਉੱਤੇ ਇਨਸਾਫ ਦਾ ਸੂਰਜ, ਆਜ਼ਾਦੀ ਦਾ ਸੂਰਜ ਸਾਰੀਆਂ ਕੌਮਾਂ ਦੇ ਲਈ ਆਏ, ਤਾਂ ਕਿ ਸੱਚ, ਹੱਕ, ਇਨਸਾਫ ਦੇਣ ਵਾਲੇ ਰਜੀਮ ਆਪੋ ਆਪਣੇ ਢੰਗ ਨਾਲ ਕੌਮਾਂ ਪੰਜਾਬ ਦੇ ਵਿੱਚ, ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਖਾਲਿਸਤਾਨ, ਕਸ਼ਮੀਰ ਦੇ ਲੋਕ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਸੇ ਤਰ੍ਹਾਂ ਜਿਹੜੀਆਂ ਬਾਕੀ ਨੌਰਥ ਈਸਟ ਦੀਆਂ ਸਟੇਟਾਂ ਨੇ ਦਲਿਤ ਭਾਈਚਾਰਾ ਉਹ ਆਪਣੇ ਢੰਗ ਨਾਲ, ਹੁਣ ਵੈਸੇ ਵਿਦ ਇਨ ਇੰਡੀਆ ਦਲਿਤਸਤਾਨ ਦੀ ਮੰਗ ਵੀ ਹੋਣ ਲੱਗ ਗਈ ਕਿ ਭਾਈ ਜੇ ਇਹੋ ਹੀ ਤੁਹਾਡਾ ਹਿੰਦੂ ਰਾਸ਼ਟਰ ਆ, ਕੱਲ੍ਹ ਇੱਕ ਦਲਿਤ ਵਕੀਲ ਕਹਿ ਰਿਹਾ ਸੀ, ਫਿਰ ਜੋ ਮੁਸਲਮਾਨਾਂ ਨੂੰ ਵੀ ਆਜ਼ਾਦ ਕਰੋ, 220 ਕਰੋੜ ਉੱਥੇ ਬੈਠੇ ਹੋਏ ਨੇ, ਦਲਿਤਸਤਾਨ ਵੀ ਬਣਾਓ, ਇਨ ਦਾ ਐਂਡ ਇਹੀ ਇਹਦਾ ਹੱਲ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਰਸ ਕੋਲ ਨੇ ਇਜਾਜ਼ਤ, ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSATV84.tv ਤੇ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84, ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।